ਤਰਕਸੀਰ ਸੋਸਾਇਟੀ ਨਾਲ ਵੀ ਮੇਰਾ ਸਬੰਧ ਸ਼ਾਇਦ ਉਦੋਂ ਤੋਂ ਹੀ ਹੈ ਜਦੋਂ ਮੈਂ ਕਾਲਜ ਆਇਆ ਸੀ ਉਦੋਂ ਤਰਕਸੀਰ ਸੋਸਾਇਟੀ ਬਣੀ ਸੀ ਪੰਜਾਬ ਚ ਪਹਿਲੀ ਕਿਤਾਬ ਜਿਹੜੀ ਟ੍ਰਾਂਸਲੇਟ ਹੋ ਕੇ ਆਈ ਸੀ ਉਹ ਡਾਕਟਰ ਕਬੂਰ ਦੀ ਸੀ ਤੇ ਦੇਵਪੁਰ ਸਾਰ ਕੇ ਉਦੋਂ ਦੂਜੀ ਕਿਤਾਬ ਦੇਵ ਦਾਇਮ ਤੇ ਰੂਹਾਂ ਫਿਰ ਬਾਕੀ ਚੱਲਿਆ ਪਹਿਲਾਂ ਪੜ੍ਹਾਈ ਦਾ ਸਿਲਸਲਾ ਉਹਨਾਂ ਕਿਤਾਬਾਂ ਤੋਂ ਸ਼ੁਰੂ ਹੋਇਆ ਸੀ ਕਾਲਜ ਚ ਜਾਂਦੇ ਮੇਰੇ ਪਿੰਡ ਦੀ ਸਭ ਤੋਂ ਜ਼ਿਆਦਾ ਰੌੜਾ ਵੀ ਪੈ ਗਿਆ ਸੀ ਉਸ ਸਮੇਂ ਲੋਕਾਂ ਨੇ ਸਾਡਾ ਬਾਈਕਾਟ ਵੀ ਕੀਤਾ ਕਿਉਂਕਿ ਤਾਜ਼ਾ-ਤਾਜ਼ੀ ਕਿਤਾਬ ਪੜ੍ਹ ਕੇ ਜਿਹੜਾ ਇੱਕ ਜੰਗ ਬੰਦੇ ਦੇ ਵਿੱਚ ਅਸਰ ਹੁੰਦਾ ਨਾ ਜਾ ਕੇ ਤੁਸੀਂ ਲਾਗੂ ਕਰਨ ਦੀ ਟਰਾਈ ਕਰਦੇ ਹੋ ਉਵੇਂ ਕਿ ਕੋਈ ਰੱਬ ਨਹੀਂ ਕੋਈ ਕੁਛ ਨਹੀਂ ਤੁਸੀਂ ਐਂ ਕਹਿੰਦੇ ਹੋ ਅਸੀਂ ਡਰਾਮੇ ਕਰਾਏ ਸੀ ਪ੍ਰੋਫੈਸਰ ਆਹ ਲਖਦੇ ਉੱਥੇ ਤਕਰੀਰ ਕਰਤੀ ਤਾਂ ਤਕਰੀਰ 'ਚ ਲੋਕਾਂ ਦਾ ਇੱਕ ਵਾਰ ਕਾਫੀ ਕੋਹ ਹਾਲਾ ਫਿਰ ਲੱਗਿਆ ਨਹੀਂ ਕਿ ਸੰਜਮ ਨਾਲ ਕਿਸੇ ਕੋਈ ਤਰੀਕੇ ਨਾਲ ਵੀ ਲੋਕਾਂ ਦਾ ਲੈਵਲ ਜਿੱਥੇ ਖੜਾ ਹੈ ਉਹਦੇ ਤੋਂ ਹੌਲੀ-ਹੌਲੀ ਹੌਲੀ-ਹੌਲੀ ਇਸ ਤਰੀਕੇ ਨਾਲ ਹੀ ਕਾਰਗੂਮੈਂਟ ਬਿਲਡ ਕਰਨ ਦੀ ਇੱਕ ਦਲੀਲ ਬਿਲਡ ਕਰਨ ਦੀ ਜਾਂਚ ਹੋਣੀ ਚਾਹੀਦੀ ਹੈ ਕਰਦੇ ਕਰਦੇ ਖੈਰ ਜਿਹੜਾ ਵੀ ਇੱਕ ਮਾਹੌਲ ਜਿਹੜੇ ਸਾਰੇ ਸੱਜਣ ਸਮਾਜ ਚ ਵਿਚਰਦੇ ਨੇ ਤਾਂ ਸਮਾਜ ਚ ਵਿਚਰਦੇ ਹੋਏ ਅੱਜ ਦੇ ਜਿਹੜੇ ਮਾਹੌਲ ਚ ਅਸੀਂ ਰਹਿ ਰਹੇ ਆਂ ਤੇ ਸਾਰੇ ਇੱਥੇ ਚਿੰਤਕ ਵੀ ਤੇ ਚਿੰਤਤ ਲੋਕ ਅਸੀਂ ਬੈਠੇ ਹੋਇਆ ਜਿਹੋ ਜਿਹਾ ਸਮਾਜ ਸਾਡੇ ਸਾਹਮਣੇ ਆ ਉਹਦੇ ਚੋਂ ਮੀਡੀਆ ਇੱਕ ਹਿੱਸਾ ਹੈ ਉਹਦਾ ਇੱਕ ਪੱਖ ਹੈ ਕਿਉਂਕਿ ਮੀਡੀਆ ਦੀ ਜਿਹੜੀ ਮਾਰ ਹੈ ਜਾਂ ਮੀਡੀਆ ਦੀ ਜਿਹੜੀ ਪਹੁੰਚ ਹੈ ਉਹ ਕਿਹੜੇ ਪਲੇਟਫਾਰਮ ਨੇ ਜਿਹੜੇ ਇੰਪੈਕਟ ਬਹੁਤ ਵੱਡੇ ਪੱਧਰ ਤੇ ਕਰਦੇ ਨੇ ਅਸਰ ਬਹੁਤ ਵੱਡੇ ਪੱਧਰ ਤੇ ਕਰਦੇ ਨੇ ਉਹ ਮਾਨਸਿਕਤਾ ਬਣਾਉਣੀ ਹੋਵੇ ਮਾਨਸਿਕਤਾ ਡੈਮੇਜ ਕਰਨੀ ਹੋਵੇ ਜਾਂ ਸਮਾਜ ਦੇ ਵਿੱਚ ਜਿਹੜਾ ਨੈਰੇਟਿਵ ਸਿਰਜਣਾ ਹੈ ਬਿਰਤਾਂਤ ਸਿਰਜਣਾ ਹੈ ਉਹਦੇ ਵਿੱਚ ਜਿਹੜੀ ਭੂਮਿਕਾ ਨਿਭਾਉਣੀ ਹੁੰਦੀ ਆ ਉਹ ਬਹੁਤ بڑے ਵੱਡੇ ਪੱਧਰ ਦੇ ਉੱਤੇ ਹੁੰਦੀ ਆ ਔਰ ਇਸੇ ਕਰਕੇ ਵਰਲਡ ਵਾਰਾਂ ਤੋਂ ਲੈ ਕੇ ਕਿਵੇਂ ਉਹਦਾ ਇਸਤੇਮਾਲ ਕੀਤਾ ਗਿਆ মিডিਆ ਦਾ ਬਾਅਦ ਦੇ ਵਿੱਚ ਜੋ ਰਿਪੋਰਟਾਂ ਆਉਂਦੀਆਂ ਨੇ ਕਹਾਣੀ ਹੋਰੇ ਨਿਕਲਦੀ ਆ ਅਸਲ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਇਰਾਕ ਤੇ ਲੜਾਈ ਤੋਂ ਬਾਅਦ ਵੀ ਜਿਹੜੀ ਰਿਪੋਰਟਾਂ ਆਈਆਂ ਸਭ ਦੇ ਸਾਹਮਣੇ ਯੂਕੇ ਦਾ ਤਾਂ ਪ੍ਰਾਈਮ ਮਿਨਿਸਟਰੀ ਚਲਾ ਗਿਆ ਸੀ ਉਹਦੇ ਤੇ ਕਿ ਤੁਸੀਂ ਫਰਾਡ ਕੀਤਾ ਲੋਕਾਂ ਨਾਲ ਇਹ ਕਹਿੰਦੇ ਰਹੇ ਉਹਦੇ ਆ ਆ ਨਹੀਂ ਹਾਲਾਂਕਿ ਜਿੰਨੀਆਂ ਜਾਂਚਾਂ ਹੋਈਆਂ ਉਸ ਤੋਂ ਬਾਅਦ ਉਹ ਕੁਝ ਹੋਰ ਨਿਕਲਦਾ ਤੇ ਉਹਦੇ ਚੋਂ ਇੱਕ ਸ਼ਬਦ ਨਿਕਲਿਆ ਸੀ ਇੰਬੈਡਡਡ ਜਰਨਲਿਜ਼ਮ ਜਿਹੜੀ ਵਾਰ ਦੇ ਦੌਰਾਨ ਇੰਬੈਡਡਡ ਜਰਨਲਿਜ਼ਮ ਦਾ ਮਤਲਬ ਸੀ ਕਿ ਜਿਹੜਾ ਸਰਕਾਰ ਨਾਲ ਜਾਂ ਅਥਾਰਟੀ ਨਾਲ ਜਾਂ ਉਸ ਕਿਸਮ ਦੇ ਪਾਵਰਫੁੱਲ ਲੋਬੀ ਨਾਲ ਮਿਲ ਕੇ ਚੱਲਦਾ ਜੋ ਕਹਿੰਦੇ ਨੇ ਉਹ ਪਰੋਸਦਾ ਉਦੋਂ ਬਿਨਾ ਆਪਣੀ ਕੋਈ ਔਕਾਤ ਜਾਂ ਇੰਡੀਪੈਂਡੈਂਟ ਹਾਇਸੀਅਤ ਜਿਹੜੀ ਹੈ ਉਹ ਨਹੀਂ ਬਚਦੀ ਉਸ ਮਾਮਲੇ ਦੇ ਵਿੱਚ ਜਿੰਨਾ ਹੀ ਇਹ ਜ਼ਰੂਰੀ ਚੀਜ਼ ਹੈ ਉਨਾ ਹੀ ਇਹਦੇ ਚੰਗੇ ਤੇ ਮਾੜੇ ਪੱਖ ਵੀ ਨੇ ਔਰ ਜਿਹੜੇ ਸਾਡੇ ਅਸਲ 'ਚ ਮੀਡੀਆ ਜੇਕਰ ਅਸੀਂ ਦੇਖਦੇ ਹਾਂ ਸਾਡੇ ਕੰਟਰੀ ਦੇ ਵਿੱਚ ਸਾਡੇ ਮੀਡੀਆ ਦੀ ਜਿਹੜੀ ਹੋਂਦ ਹੈ ਜਾਂ ਉਹਦਾ ਜਿਹੜਾ ਵਿਕਾਸ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਖ-ਵਖ ਕਿਸਮ ਦੀਆਂ ਚੱਲੀਆਂ ਲਹਿਰਾਂ ਦੇ ਨਾਲ ਜੁੜਿਆ ਹੋਇਆ ਇੰਡੀਪੈਂਡੈਂਟ মিডিਆ ਉਸ ਸਮੇਂ ਸਟਾਰਟਿੰਗ 'ਚ ਨਹੀਂ ਆਇਆ ਜਦੋਂ ਵੀ ਆਇਆ ਕਿਉਂਕਿ ਪਿਛਲੇ ਲੰਮੇ ਸਮੇਂ 'ਚ ਅੱਜ ਵੀ ਹੈ ਅੱਜ ਥੋੜਾ ਜਿਹਾ ਉਹਨਾ ਨਹੀਂ ਹੈ ਉਹ ਹੋਰ ਰੂਪ ਦੇ ਵਿੱਚ ਹੈ ਸਭ ਨੂੰ ਇਹ ਪਤਾ ਲੱਗਦਾ ਸੀ ਕਿ ਜੇਕਰ ਮੂਵਮੈਂਟ ਚਲਾਉਣੀ ਹੈ ਮੂਵਮੈਂਟ ਦੇ ਪ੍ਰਚਾਰ ਦੇ ਲਈ ਚੀਜ਼ਾਂ ਚਾਹੀਦੀਆਂ ਨੇ ਚਾਹੇ ਉਹ ਗਦਰੀਆਂ ਨੇ ਗਦਰ ਦੀ ਗੂੰਜ ਕੱਢਿਆ ਹੋਵੇ ਤੇ ਲੋਕਾਂ ਚ ਲਿਜਾਣਾ ਹੋਵੇ ਵਖ-ਵਖ ਭਾਸ਼ਾਵਾਂ ਦੇ ਵਿੱਚ ਚਾਹੇ ਉਹ ਇੱਥੇ ਭਗਤ ਸਿੰਘ ਹੋਣਾ ਦੀ ਮੂਵਮੈਂਟ ਹੋਵੇ ਜਿਹਦੀਆਂ ਵੀ ਮੂਵਮੈਂਟਾਂ ਜਿਹੜੇ ਜਿਹੜੇ ਸੋਬੇ 'ਚ ਚੱਲੀਆਂ ਤੇ ਉਹ ਮੂਵਮੈਂਟਾਂ ਦੇ ਨਾਲ ਟਰੈਵਲ ਕੀਤੇ ਨੇ ਜਿਹੜੇ মিডিਆ ਉਦੋਂ ਜ਼ਿਆਦਾ ਪ੍ਰਿੰਟ মিডিਆ ਦੀ ਗੱਲ ਸੀ ਪ੍ਰਿੰਟ ਹੀ ਆਉਂਦਾ ਸੀ ਉਸ ਪੱਧਰ ਦੇ ਉੱਤੇ ਤੇ ਇਸੇ ਕਰਕੇ ਉਹਨੂੰ ਕਮਿਟਡ মিডিਆ ਕਿਹਾ ਜਾਂਦਾ ਸੀ ਪ੍ਰਤੀਬੰਧ ਮੀਡੀਆ ਦੇ ਤੌਰ ਤੇ ਕਿਉਂਕਿ ਉਹ ਤਾਂ ਇੱਕ ਟੂਲ ਹੈ ਉਸੇ ਚੀਜ਼ ਨੂੰ ਲਿਜਾਣ ਦਾ ਤੇ ਉਹ ਇਹ ਦਮਬ ਨਹੀਂ ਭਰਦਾ ਕਿ ਮੈਂ ਇੰਡੀਪੈਂਡੈਂਟ ਹਾਂ ਉਹ ਕਹਿੰਦੇ ਵੀ ਮੈਂ ਤਾਂ ਇਸ ਦਾ ਟੂਲ ਹਾਂ ਜਿਹੜੀ ਚੀਜ਼ੇ ਚੱਲ ਰਹੀ ਹੈ ਮੈਂ ਇਹਦੇ ਨਾਲ ਜੁੜਿਆ ਹੋਇਆ ਹਾਂ ਉਸ ਪੱਧਰ ਦੇ ਉੱਤੇ ਜਾ ਕੇ ਔਰ ਉਸੇ ਦਾ ਫਿਰ ਚੱਲਦੇ ਚੱਲਦੇ ਇੱਕ ਵਿਕਾਸ ਹੁੰਦਾ ਜਿਹਨੂੰ ਅਸੀਂ ਕਹਿੰਦੇ ਆ ਇੰਡੀਪੈਂਡੈਂਟ মিডিਆ ਹੋ ਗਿਆ ਜੀ ਹੁਣ মিডিਆ ਇਹ ਕਿਸੇ ਇੱਕ ਧਿਰ ਦਾ ਨਹੀਂ ਕਮਿਟਡ ਨਹੀਂ ਇੱਕ ਪਾਰਟੀ ਦਾ ਨਹੀਂ ਇੱਕ ਜਥੇਬੰਦੀ ਦਾ ਨਹੀਂ ਇੱਕ ਸਟ੍ਰੀਮ ਦਾ ਨਹੀਂ ਇਹ ਸ਼ਾਇਦ ਅਲੱਗ-ਅਲੱਗ ਤਰੀਕੇ ਦੇ ਨਾਲ ਚੱਲੇਗਾ ਹਾਲਾਂਕਿ ਜੇਕਰ ਦੇਖਿਆ ਜਾਏ ਪ੍ਰੈਕਟੀਕਲੀ ਕੋਈ ਚੀਜ਼ ਐਸ ਪੱਧਰ ਦੀ ਡਿਪੈਂਡੈਂਟ ਨਹੀਂ ਹੁੰਦੀ ਕਿਉਂਕਿ ਸਾਈਕੋਲੋਜੀ ਵੀ ਉਹ ਗੱਲ ਕਰਦੇ ਲੋਕਾਂ ਦੇ ਵਿਚਾਰਾਂ ਦਾ ਵੀ ਕੁਐਸਚਨ ਹੈ ਜਿੱਧਰ ਟਿਲਟ ਹੁੰਦਾ ਜਿੱਦਰ ਉਹਦੀ ਓਨਰਸ਼ਿਪ ਆ ਥੋੜਾ ਬਹੁਤ ਚੱਕਾ ਹਜਾ ਨਾ ਮਰਜੀ ਕੋਈ ਕਹੇ ਮੈਂ ਇੰਡੀਪੈਂਡੈਂਟ 100% ਜੇ 100% ਆਜ਼ਾਦ ਹੋਣਾ ਜਾਂ ਸਭ ਨੂੰ ਬਰਾਬਰ ਦਾ ਔਰ ਨਾ ਹੀ ਦਿੱਤਾ ਜਾ ਸਕਦਾ ਨਾ ਹੀ ਦੇਣਾ ਚਾਹੀਦਾ ਵੀ ਹੈ ਮੇਰਾ ਮੇਰਾ ਖਿਆਲ ਹੈ ਕਿ ਮੈਨੂੰ ਇਹ ਲੱਗਦਾ ਕਿ ਐਸੀ ਇੰਡੀਪੈਂਡੈਂਸ ਕੋਈ ਨਹੀਂ ਬਰਾਬਰ ਦਾ ਦੇਉ ਇੱਕ ਰੇਪਿਸਟ ਨੂੰ ਵੀ ਬਰਾਬਰ ਦਾ ਥਾਂ ਉਹਦੇ ਵਿੱਚ ਦਿਓਗੇ ਤੇ ਬੈਲੈਂਸ ਐ ਬਣਦਾ ਹੁੰਦਾ ਜਿਹੜਾ ਇਹੋ ਜਿਹੇ ਬੈਲੈਂਸ ਵਾਲੇ ਤਰੀਕੇ ਨੇ ਇਹ ਕੋਈ ਬਰਾਬਰੀ ਦੇ ਤਰੀਕੇ ਨਹੀਂ ਹੁੰਦੇ ਕਿ ਉਹਦਾ ਵੀ ਉਨਾ ਹੀ ਹੱਕ ਆ ਉਹਦਾ ਵੀ ਉਨਾ ਹੀ ਹੱਕ ਆ ਇਹ ਕਈ ਵਾਰ ਐਮਏ ਟੈਕਨੀਕਲੀ ਵੀ ਲੋਕ ਬਰਾਬਰਤਾ ਦੀ ਗੱਲ ਕਰਦੇ ਨੇ ਕਿ ਇਸ ਤਰੀਕੇ ਦੀ ਗੱਲ ਹੋ ਗਈ। ਸਾਨੂੰ ਕਾਫੀ ਲੋਕਾਂ ਨੇ ਕਿਹਾ ਜਿਵੇਂ ਪੰਜਾਬੀ ਟ੍ਰਿਬਿਊਨ ਵੀ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਲਗਭਗ ਉਹ ਸਾਲ ਸਵਾ ਸਾਲ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਕੁਝ ਹੋਰ ਛਪਿਆ ਹੈ। ਇਹਦੇ ਤੋਂ ਬਿਨਾ ਅੰਦੋਲਨ ਦੇ ਨਾਲ ਜੁੜੇ ਉਹ ਕਹਿੰਦੇ ਤੁਸੀਂ ਨਾਹਰਾ ਬਣ ਗਿਓ। ਦੂਜੀ ਸਾਈਡ ਤੁਹਾਡੇ ਤੁਹਾਨੂੰ ਦਿਖਾਇੀ ਨਹੀਂ ਤੁਸੀਂ ਜਾਣ ਬੁੱਝ ਕੇ ਇਹ ਗੱਲ ਕਰ ਰਹੇ ਹੋ ਤੁਹਾਡਾ ਇਹ ਇੰਡੀਪੈਂਡੈਂਟ ਨਹੀਂ ਰਿਹਾ। ਇਹ ਦੂਸਰੀ ਸਾਈਡ ਤੋਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀ ਲਿਖਿਆ ਕਾਫੀ ਲੋਕੇ ਕਹਿੰਦੇ ਵੀ ਰਹੇ ਵੀ ਸ਼ਾਇਦ ਇਹ ਹੁਣ ਤੁਸੀਂ ਤਾਂ ਇੱਕ ਨੂੰ ਵੇਚਤਾ ਹੈ ਮਤਲਬ ਇੱਕ ਸਾਈਡ ਤੇ ਖੜੇ ਹੋਗੇ ਹੋ ਤੇ ਦੂਜੀ 19 ਦਲੀਲ ਨਾਲ 19 ਸਪੇਸ ਜਿਹੜੀ ਦੂਜਿਆਂ ਨੂੰ ਦੇਣੀ ਚਾਹੀਦੀ ਹੈ ਜਿੰਨੇ ਆਰਟੀਕਲ ਤੇ ਉਹ ਵੀ ਲਾਓ ਫਿਰ ਬਰਾਬਰ ਬਰਾਬਰ ਦੂਜੀਆਂ ਚੀਜ਼ਾਂ ਵੀ ਲਾਓ ਪਰ ਉਹ ਤਰੀਕਾ ਕਦੇ ਹੁੰਦਾ ਨਹੀਂ ਉਸ ਪੱਦਰ ਦੇ ਉੱਤੇ ਪ੍ਰਿੰਟ ਮੀਡੀਆ ਦਾ ਆਪਣਾ ਇੱਕ ਦੌਰ ਸੀ ਔਰ ਹੜੀ ਹੜੀ ਚੱਲਦੇ ਚੱਲਦੇ ਸ਼ਾਇਦ ਹੁਣ ਮੇਰੇ ਖਿਆਲ ਹੈ ਇਹ ਬਦਲ ਰਿਹਾ ਹੈ ਪ੍ਰਿੰਟ ਦਾ ਸਵਾਲ ਜਿਵੇਂ ਇਹ ਕਪਤਾ ਨਾ ਕਿਤਾਬਾਂ ਤੇ ਤੋੜ ਜੰਮ ਗਈ ਹੈ ਕਿਤਾਬਾਂ ਤੇ ਤੋੜਲੀ ਟੋਟਲ ਪ੍ਰਿੰਟ ਮਟੀਰੀਅਲ ਤੇ ਤੋੜ ਜੰਮਦੀ ਦਿਖਾਈ ਦੇ ਰਹੀ ਹੈ ਨਾ ਜਿਹੜਾ ਪ੍ਰਿੰਟ ਪ੍ਰਿੰਟਡ ਮੈਟਰ ਹੈ ਟੋਟਲ ਜਿਹੜਾ ਡੇਲੀ ਅਖਬਾਰ ਮੈਗਜ਼ੀਨ ਬਕ ਬਕ ਟਾਈਪ ਦੇ ਜਿਹੜੀਆਂ ਚੀਜ਼ਾਂ ਉਸ ਲੈਵਲ ਤੇ ਚੱਲਦੀਆਂ ਸੀ ਜਿਹੜਾ ਵੈਸਟਰਨ ਵਰਲਡ ਹੈ ਉੱਥੇ ਤਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਇੰਡੀਆ ਉਹਦਾ અપਵਾਦ ਹੈ ਇੱਕ ਇਸ ਮਾਮਲੇ ਦੇ ਵਿੱਚ ਜਿਹੜਾ ਵੱਖਰੇ ਵੱਖਰੇ ਕਿਸਮ ਦੇ ਵਿੱਚ ਅਮਰੀਕਾ ਦੇ 1/4 ਅਖਬਾਰ ਬੰਦ ਹੋ ਚੁੱਕੇ ਨੇ ਡੇਲੀ ਤੇ ਵੀਕਲੀ 1/4 ਵੱਡੇ ਵੱਡੇ ਡੇਲੀ ਅਖਬਾਰ ਤੇ ਬਾਕੀ ਸਾਰੇ ਬੰਦ ਹੋ ਚੁੱਕੇ ਨੇ ਕਿਉਂਕਿ ਪ੍ਰਿੰਟ ਦੀ ਸਾਈਡ ਹੁਣ ਉਧਰ ਜਾ ਰਹੀ ਹੈ ਦੂਜੇ ਵੀ ਡਿਜੀਟਲਾਈਜ਼ ਹੋਦੇ ਜਾ ਰਹੇ ਨੇ ਜਿੰਨੇ ਵੀ ਚਾਹੇ ਵੱਡੇ ਵੱਡੇ ਚਾਹੇ ਨਿਊਯਾਰਕ ਟਾਈਮ ਜੋ ਚਾਹੇ ਵਾਸ਼ਿੰਗਟਨ ਪੋਸਟ ਡਿਫਰੈਂਟ ਟਾਈਪ ਦੇ ਜਿਹੜੇ ਵੱਡੇ ਵੱਡੇ ਅਖਬਾਰ ਮੰਨੇ ਜਾਂਦੇ ਨੇ ਉਹ ਵੀ ਸ਼ਿਫਟ ਹੋ ਰਹੇ ਨੇ ਉਸ ਮਾਮਲੇ 'ਚ ਪ੍ਰਿੰਟ ਦੇ ਸਾਰੇ ਉਸ ਕਿਸੇ ਵੀ ਕੰਟਰੀ 'ਚ ਵੈਸਟਰਨ ਕੰਟਰੀ ਦੇ ਵਿੱਚ ਨਵੇਂ ਅਖਬਾਰ ਨਹੀਂ ਨਿਕਲ ਰਹੇ ਪੁਰਾਣੇ ਬੰਦ ਹੋ ਰਹੇ ਨੇ ਲਗਾਤਾਰ ਇੰਡੀਆ ਦਾ ਸਿਸਟਮ ਉਹ ਤੋਂ ਅਲੱਗ ਹੈ ਇੱਥੇ ਅਜੇ ਵੀ ਨਵੇਂ ਅਖਬਾਰ ਵੀ ਨਿਕਲ ਰਹੇ ਨੇ ਤੇ ਅਖਬਾਰ ਬੰਦ ਹੋਣ ਦੀ ਜਿਹੜਾ ਰਫ਼ਤਾਰ ਹੈ ਉਹ ਉਸ ਕਿਸਮ ਦੀ ਨਹੀਂ ਹੈ ਅਜੇ ਤੱਕ ਰੀਡਰ ਇੱਥੇ ਫਿਰ ਵੀ ਵੱਧ ਰਿਹਾ ਮਤਲਬ ਕਈ ਵਾਰ ਇੱਕੋ ਜੀ ਚੀਜ਼ ਨਹੀਂ ਹੁੰਦੀ ਸਾਰੇ ਕਿਤੇ ਜਦੋਂ ਆਪਾਂ ਦੇਖਦੇ ਹਾਂ ਕਿ ਸਾਰੀ ਦੁਨੀਆ ਸ਼ਾਇਦ ਇਹ ਹੋ ਜੀਆ ਉਹਦਾ ਕਾਰਨ ਇੱਥੇ ਸ਼ਾਇਦ ਬਹੁਤ ਜ਼ਿਆਦਾ ਬਨਸਵਰਤਾ ਵੀ ਹੈ ਬਹੁਤ ਲੰਮੇ ਸਮੇਂ ਤੋਂ ਕੰਨ ਪੜਦਾ ਵੀ ਰਹੀ ਹੈ ਜਿਵੇਂ ਜਿਵੇਂ ਥੋੜਾ ਥੋੜਾ ਹਜੇ ਤਾਂ ਬਹੁਤ ਸੈਕਸ਼ਨ ਨੇ ਹੋਰ ਪੜ੍ਹਨਾ ਹੈ ਥੋੜਾ ਥੋੜਾ ਅੱਖਰ ਗਿਆਨ ਲੈਣਾ ਫਿਰ ਉਹ ਆਪਣੀਆਂ ਬੋਲੀਆਂ ਦੇ ਵਿੱਚ ਕੋਈ ਮੈਗਜ਼ੀਨ ਕੱਢਦਾ ਕੋਈ ਅਖਬਾਰ ਕੱਢਦਾ ਕੋਈ ਕੁਝ ਕੱਢਦਾ ਤੇ ਉਧਰ ਨੂੰ ਇੱਕ ਇਨੀਸ਼ਲ ਲੋਡ ਹੈਗੀ ਹੈ ਸ਼ੁਰੂਆਤੀ ਲੋਡ ਉਸ ਲੈਵਲ ਦੇ ਉੱਤੇ ਹੈਗੀ ਹੈ ਇਹ ਚੱਲਦੇ ਚੱਲਦੇ ਪਰ ਇੱਕ ਹਕੀਕਤ ਹੈ ਇੱਥੇ ਵੀ ਉਹ ਇਹ ਹੈ ਕਿ ਜਿਹੜਾ ਇਲੈਕਟ੍ਰੋਨਿਕ ਮੀਡੀਆ ਆਇਆ ਜਦੋਂ ਉਸ ਤੋਂ ਬਾਅਦ ਤਾਂ ਇਲੈਕਟ੍ਰੋਨਿਕ ਮੀਡੀਆ ਦੀ ਡੋਮਿਨੈਂਸ ਜਿਹੜੀ ਹੈ ਉਹ ਕੰਪੈਰੀਟਿਬਲੀ ਪ੍ਰਿੰਟ ਮੀਡੀਆ ਤੇ ਦਿਖਾਈ ਦੇਣ ਲੱਗੀ ਸਾਡੇ ਵੀ ਦਿੰਦੀ ਹੈ ਤੇ ਲਗਾਤਾਰਤਾ ਚ ਹੋਈ ਹੈ ਉਦਾ ਕਾਰਨ ਹੈ ਕਿ ਕਿ ਜਿਹੜਾ ਵਿਜ਼ੂਅਲ ਦਾ ਇੰਪੈਕਟ ਹੈ ਕਿਸੇ ਦੇ ਮਾਈਂਡ ਦੇ ਉੱਤੇ ਦੋ ਤਰ੍ਹਾਂ ਇੱਕ ਸ਼ਬਦ ਦਾ ਇੰਪੈਕਟ ਹੈ ਇੱਕ ਵਾਇਸ ਦਾ ਇੰਪੈਕਟ ਹੈ ਇੱਕ ਵਿਜ਼ੂਅਲ ਦਾ ਇੰਪੈਕਟ ਹੈ ਸ਼ਬਦ ਦਾ ਇੰਪੈਕਟ ਤਾਂ ਉਦੋਂ ਆਊਗਾ ਪਹਿਲੇ ਪਹਿਲੀ ਉਹਦੀ ਸ਼ਰਤ ਹੈ ਕਿ ਬੈਠ ਕੇ ਪੜ੍ਹੂਗਾ ਪੜ੍ਹ ਕੇ ਦੇਖੂਗਾ ਕਿ ਗੰਭੀਰ ਇਕਾਗਰ ਚਿਤ ਬੰਦਾ ਕੋਈ ਮੰਦਾ ਧਿਆਨ ਦੇਊਗਾ ਧਿਆਨ ਚੋਂ ਸ਼ਬਦ ਨੇ ਇੰਪੈਕਟ ਕਰਨਾ ਵਾਇਸ ਕਿਸੇ ਦੀ ਬਹੁਤ ਵਧੀਆ ਉਹ ਵੀ ਕੀਰ ਲੈਂਦੀ ਹੈ ਵਾਇਸ ਦਾ ਵੀ ਇੰਪੈਕਟ ਪੈਂਦਾ ਜਦੋਂ ਤੁਸੀਂ ਕਿਸੇ ਨੂੰ ਸੁਣਦੇ ਹੋ ਲਗਾਤਾਰ ਰੇਡੀਓ ਇੱਕ ਸਮੇਂ ਬਿਲਕੁਲ ਬਹੁਤ ਇੰਪੋਰਟੈਂਟ ਚੀਜ਼ ਸੀ ਰੇਡੀਓ ਫਿਰ ਮਰਿਆ ਤੇ ਦੁਬਾਰਾ ਜਿਉ ਰਿਹਾ ਹੁਣ ਕਾਰਾਂ ਦੇ ਵਿੱਚ ਲੱਗਣ ਤੋਂ ਬਾਅਦ ਬਖ ਬਖ ਜਿਵੇਂ ਵੈਸਟਰਨ ਵਰਲਡ ਦੇ ਵਿੱਚ ਤਾਂ ਰੇਡੀਓ ਕਦੇ ਡਾਊਨ ਨਹੀਂ ਗਿਆ ਉਹਦਾ ਕਾਰਨ ਹੈ ਕਿ ਬਨਸਵਾਨਾ ਮੌਸਮ ਇਹੋ ਜਿਹਾ ਹੈ ਰੋਜ਼ ਲੋਕਾਂ ਨੂੰ ਲੋੜ ਹੈ ਰੋਜ਼ ਨੀਡ ਨਾਲ ਜੁੜਿਆ ਹੋਇਆ ਸੀ ਇਸੇ ਕਰਕੇ ਉਹ ਨਹੀਂ ਸਾਡੇ ਰੇਡੀਓ ਬਿਲਕੁਲ ਇੱਕ ਵਾਰ ਆਊਟਡੇਟਡ ਹੋ ਗਿਆ ਸੀ ਪਰ ਹੁਣ ਸਾਡੇ ਵੀ ਰੇਡੀਓ ਦੁਬਾਰਾ ਰਿਵਾਈਵ ਹੋ ਰਿਹਾ ਐਫਐਮ ਦੇ ਰੂਪ ਚ ਬਖ ਬਖ ਰੂਪਾਂ ਚ ਜਿਸ ਰੂਪ ਦੇ ਵਿੱਚ ਵੀ ਆ ਰਿਹਾ ਲੋਕ ਉਹਨੂੰ ਸੁਣਨ ਲੱਗੇ ਨੇ ਕਾਫੀ ਹੱਦ ਤੱਕ ਏਰੀਆ ਵਾਈਜ਼ ਪਰ ਜਿਹੜਾ ਵਿਜ਼ੂਅਲ ਦਾ ਇੰਪੈਕਟ ਹੈ ਵੀਡੀਓ ਦਾ ਇੰਪੈਕਟ ਹੈ ਉਹ ਆਪਾਂ ਟੋਟਲ ਜਨਰਲ ਜੰਗ ਜਨਰੇਸ਼ਨ ਬੱਚਿਆਂ ਤੇ ਦੇਖ ਸਕਦੇ ਹਾਂ ਜਦੋਂ ਨੈਟ ਤੇ ਬੈਠਦੇ ਨੇ ਜਦੋਂ ਬਾਕੀ ਚੀਜ਼ਾਂ ਸੁਣਦੇ ਨੇ ਦੇਖਦੇ ਨੇ ਉਹ ਛਪਦਾ ਹੈ ਦਿਮਾਗ ਦੇ ਉੱਤੇ ਵਿਜ਼ੂਅਲ ਛਪਦਾ ਹੈ ਇਸ ਪੱਧਰ ਦਾ ਕੀ ਹੋ ਰਿਹਾ ਕੀ ਹੈ ਇਸ ਲੈਵਲ ਤੇ ਹੁਣ ਇਸ ਤੋਂ ਪਹਿਲਾਂ ਅਖਬਾਰਾਂ 'ਚ ਤਾਂ ਇਹ ਸੀਗਾ ਕਿ ਕੋਈ ਵੀ ਫੋਟੋ ਇਹ ਜਿਹੀ ਨਹੀਂ ਛਪ ਸਕਦੀ ਕਿਸੇ ਵਿਕਟਮਦਾਰ ਨਾ ਤਰ ਤੁਸੀਂ ਰੇਪ ਵਿਕਟਮ ਨੂੰ ਨਹੀਂ ਛਾਪ ਸਕਦੇ ਫਲਾਨਾ ਹੁਣ ਟੀਵੀ ਤੇ ਕੀ ਕਰਦੇ ਨੇ ਮਾੜਾ ਜਿਹਾ ਅੱਖਾਂ ਤੇ ਬਲਰ ਜਿਹਾ ਕੀਤਾ ਉਹ ਕੁੜੀ ਵੀ ਦਿਖਾ ਰਹੇ ਨੇ ਸਭ ਚੀਜ਼ਾਂ ਜਿੰਨੀਆਂ ਚੀਜ਼ਾਂ ਨੇ ਜੋ ਮਰਜੀ ਹੈ ਮਤਲਬ ਉਹ ਜਿਹੜੀ ਪ੍ਰਿੰਟ ਦੀ ਇੱਕ ਮਰਿਆਦਾ ਟਾਈਪ ਦਾ ਸਿਸਟਮ ਜਾਂ ਸੀ ਨਾ ਕੜਿਆ ਕੜਾਇ ਉਹ ਸਾਰਾ ਗਾਇਬ ਹੁੰਦਾ ਜਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਕਰਕੇ ਉਹ ਇਲੈਕਟ੍ਰੋਨਿਕ মিডিਆ ਜਿਹੜਾ ਆਇਆ ਜਿਸ ਲੈਵਲ ਦੇ ਉੱਤੇ ਤੇ ਉਹਨੇ ਬੜਾ ਵੱਡੇ ਪੱਧਰ ਤੇ ਇੰਪੈਕਟ ਕੀਤਾ ਤੇ ਇਹਦੇ ਨਾਲ ਨਾਲ ਜੁੜ ਗਈ ਓਨਰਸ਼ਿਪ ਅਸਲ ਦੇ ਵਿੱਚ ਸਾਡੇ ਕੰਟਰੀ ਦੇ ਵਿੱਚ ਜਿਹੜੀ ਮੀਡੀਆ ਦੀ ਓਨਰਸ਼ਿਪ ਹੈ ਇਸੇ ਕਰਕੇ ਉਹ ਆਈਸੋਲੇਸ਼ਨ 'ਚ ਨਹੀਂ ਦੇਖਿਆ ਜਾ ਸਕਦਾ ਕਿ ਉਹਦਾ ਰੋਲ ਕੀ ਆ ਜਾਂ ਅੱਜ ਹਾਲਾਤ ਕੀ ਨੇ ਅੱਜ ਦੇ ਹਾਲਾਤ ਦੇ ਵਿੱਚ ਉਹ ਬੜੇ ਵੱਡੇ ਪੱਧਰ ਦੇ ਉੱਤੇ ਜਾਂ ਪੋਲੀਟੀਕਲ ਲੋਕ ਨੇ ਤੇ ਜਾਂ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਹੱਥ 'ਚ ਉਹਦੀ ਕਮਾਂਡ ਹੈ ਤੇ ਓਨਰਸ਼ਿਪ ਹੈ ਲਗਭਗ 892 ਚੈਨਲ ਨੇ ਇੰਡੀਆ 'ਚ ਜਿਹੜੇ ਸੈਟਲਾਈਟ ਚੈਨਲ ਚੱਲ ਰਹੇ ਨੇ ਇਸ ਸਮੇਂ 892 ਚੈਨਲਾਂ ਚੋਂ 70 ਚੈਨਲ ਅੰਬਾਨੀ ਦੀ ਓਨਰਸ਼ਿਪ ਚ ਡਾਇਰੈਕਟ ਨੇ ਇਨਡਾਇਰੈਕਟ ਵੀ ਜਿਨ੍ਹਾਂ ਨੂੰ ਪੈਸੇ ਦਿੰਦਾ ਜਾਂ ਜਿਨ੍ਹਾਂ ਦਾ ਉਹ ਸਾਰਾ ਬਾਕੀ ਅੱਜ ਜਿੰਨਾ న్యూਸ 18 ਨੈਟਵਰਕ ਹੈ ਟੋਟਲ ਏਸ਼ੀਆ ਦਾ ਸਭ ਤੋਂ ਵੱਡਾ ਨੈਟਵਰਕ ਮੰਨਿਆ ਜਾਂਦਾ ਹੈ ਟੋਟਲ ਅੰਬਾਨੀ ਜਿੱਦ ਅੱਜ ਨੇ ਕਲਰ ਟੀਵੀ ਫਲਾਨੇ ਟੀਵੀ ਜਿੰਨੇ ਅਸੀਂ ਆ ਸਾਰਾ ਦੇਖਦੇ ਆ ਸਾਸ ਬਹੂ ਜੇਬ ਉਹ ਵੀ ਤਾਂ মিডিਆ ਨਾ ਇਹ ਵੀ ਇੰਪੈਕਟ ਕਰਦਾ ਘਰ ਤੇ ਬੈਠ ਕੇ ਜਦੋਂ ਘੰਟਿਆਂ ਬੰਦੀ ਬੰਦਾ ਉਹ ਸੀਰੀਅਲ ਦੇਖਦੇ ਨੇ ਜਿਹੜੇ ਬਣ ਰਹੇ ਨੇ ਉਹਨਾਂ ਤੋਂ ਇੰਪੈਕਟ ਹੁੰਦਾ ਓ ਉਹਦੇ ਚੋਂ 380 ਨਿਊਜ਼ ਚੈਨਲ ਨੇ 380 ਨਿਊਜ਼ ਚੈਨਲਾਂ ਦੇ ਵਿੱਚੋਂ ਬਾਕੀ ਤੇ ਤਾਂ ਉਹਨਾਂ ਦਾ ਕੰਟਰੋਲ ਹੈ ਹੀ ਹੈ ਨਿਊ ਚੈਨਲ ਤੇ 70 ਤੇ ਲਗਭਗ ਉਹਨਾਂ ਦਾ ਕਬਜ਼ਾ ਹੈ ਅੰਬਾਨੀ ਦਾ ਤੇ ਅੱਜ ਕੱਲ ਨਵੇਂ ਅਮੀਰ ਜਿਹੜੇ ਅੱਜ ਕੱਲ ਸੰਕਟ ਚ ਨੇ ਅਡਾਨੀ ਨੇ ਵੀ ਪੈਰ ਧਰ ਲਿਆ ਐਨਡੀ ਟੀਵੀ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਭ ਦੇ ਸਾਹਮਣੇ ਆਇਆ ਲੋਕਾਂ ਨੂੰ ਲੱਗਿਆ ਐਨਡੀ ਟੀਵੀ ਵੀ ਹਾਲਾਂਕਿ ਪਹਿਲੇ ਦਿਨ ਨਹੀਂ ਹੁੰਦਾ ਇੱਕ ਪ੍ਰੋਸੈਸ ਹੁੰਦਾ ਹੈ ਜਦੋਂ ਤੋਂ ਚੱਲਿਆ ਔਰ ਐਨਡੀਟੀਵੀ ਕਦ ਤੱਕ ਕਦੋਂ ਤੋਂ ਅਦਾਨੀ ਤੋਂ ਪੈਸੇ ਲੈ ਕੇ ਪਹਿਲਾਂ ਉਹ ਮਾਨੀ ਦੀ ਕੰਪਨੀ ਸੀ ਉਹੀ ਕੰਪਨੀ ਅਦਾਨੀ ਨੇ ਖਰੀਦੀ ਹੈ ਐਕਚੁਅਲੀ ਐਨਡੀਟੀਵੀ ਦੀ ਵੀ ਜੈ ਰਿਐਲਿਟੀ ਦਾ ਤੌਰ ਤੇ ਦੇਖਿਆ ਜਾਵੇ ਜਿੰਨਾ ਪੈਸਾ ਉਹਦੇ ਚ ਆਇਆ ਜੱਜ ਸਲੇਬਨ ਦੀ ਗੱਲ ਹੋਈ ਉਹ ਤਾਂ ਕਈ ਵਾਰ ਸੈਚੂਰੇਸ਼ਨ ਪੁਆਇੰਟ ਤੇ ਬੈਠ ਕੇ ਜਦੋਂ ਸਦ ਦਿਗਦੀ ਹੈ ਕੋਈ ਚੀਜ਼ ਸਾਨੂੰ ਉਦੋਂ ਪਤਾ ਲੱਗਦੀ ਹੈ ਪਰ ਪਹਿਲਾਂ ਹੀ ਉਹਦੇ ਅੰਦਰ ਇੱਕ ਪ੍ਰੋਸੈਸ ਚੱਲ ਰਿਹਾ ਹੁੰਦਾ ਤੇ ਉਹ ਪ੍ਰੋਸੈਸ ਉਹਨੂੰ ਉੱਥੇ ਤੱਕ ਲੈ ਜਾਂਦਾ ਚੱਲਦੇ ਚੱਲਦੇ ਐਨਡੀਟੀਵੀ ਦੇ ਵੀ ਇੱਕ ਦੋ ਪ੍ਰੋਗਰਾਮ ਲੋਕਾਂ ਨੂੰ ਲੱਗਦੇ ਹੁੰਦੇ ਨੇ ਕਰਬੀਸ਼ ਕੁਮਾਰ ਦਾ ਨਾਮ ਸਾਨੂੰ ਜਾਣਕਾਰੀ ਹੈ ਕਿਉਂਕਿ ਉਹ ਇੱਕ ਲੈਵਲ ਦਾ ਆਈਕਨ ਫਿਗਰ ਬਣ ਜਾਂਦਾ ਜਦੋਂ ਕੋਈ ਕਿਉਂਕਿ ਸਾਡੀ ਸੋਸਾਇਟੀ ਹੀਰੋ 'ਚ ਯਕੀਨ ਕਰਦੀ ਹੈ ਜਰਨਲ 'ਚ ਯਕੀਨ ਘੱਟ ਕਰਦੀ ਹੈ ਨਾ ਇੱਕ ਹੀਰੋ ਲੱਭਦੀ ਹੈ ਕਿਤੋਂ ਵੀ ਕਿਤੋਂ ਵੀ ਲੰਬੇ ਚਾਹੀਏ ਵੈਸੇ ਅਸੀਂ ਕਹਿੰਦੇ ਅਸੀਂ ਬਹੁਤ ਰੈਸ਼ਨਲ ਨਾ ਬਹੁਤ ਉਹਦੇ 'ਚ ਲੋਕਾਂ ਦੀ ਕੰਟਰੀਬਿਊਸ਼ਨ ਹੋਰ ਛੋਟੇ-ਛੋਟੇ ਹੀਰੋ 3500 ਫਿਰਦੇ ਹੁੰਦੇ ਨੇ ਉਹਨਾਂ ਦੀ ਹਿੱਸੇਦਾਰੀ ਜੇ ਉਹ ਨਾਊ ਹਿਸਟਰੀ 'ਚ ਅਸੀਂ ਓਨ ਕਰਦੇ ਆ ਕਦੇ ਉਹਨੂੰ ਮਤਲਬ ਸਵੀਕਾਰ ਕਰਦੇ ਆ ਉਸ ਰੂਪ ਦੇ ਵਿੱਚ ਨਾ ਅਸੀਂ ਬਾਕੀ ਕਿਤੇ ਕਰਦੇ ਆ ਤੇ ਉਹ ਹੀਰੋਇਜ਼ਮ 'ਚੋਂ ਰਵੀਸ ਸਾਡੇ ਸਾਹਮਣੇ ਐ ਐਜੇ ਐਕੀ ਬਹੁਤ ਮੈਂ ਸੋਸ਼ਲ ਮੀਡੀਆ ਤੇ ਦੇਖਦਾ ਚੰਗੇ ਚੰਗੇ ਪੜੇ ਲਿਖੇ ਵੀ ਇੱਕੋ ਬੰਦਾ ਜਿਹੜਾ ਲੜ ਰਿਹਾ ਹੈ ਬਾਕੀ ਤਾਂ ਬੰਦੇ ਨਹੀਂ ਐ ਪਰ ਬੰਦੇ ਉਹ ਦਿਖਾਈ ਨਹੀਂ ਦਿੰਦੇ ਜਿਹੜੇ ਮਤਲਬ ਵਿਚਾਰੇ ਜਿਹੜਾ ਚ ਨੇ ਵੈਸੇ ਹੀ ਫੜ ਕੇ ਜਿਹੜਾ ਦੇ ਵਿੱਚ ਨੇ ਉਹਨਾਂ ਦੇ ਜ਼ਮਾਨਤਾਂ ਵੀ ਨਹੀਂ ਹੋਈਆਂ ਕਪਨ ਸਦੀਕੀ ਵਰਗੇ ਅਜੇ ਰਿਪੋਰਟ ਕਰਨ ਬੰਦਾ ਜਾ ਰਿਹਾ ਥੋਨੂੰ ਪਹਿਲਾਂ ਹੀ ਪਤਾ ਲੱਗ ਗਿਆ ਖਰਾਬ ਰਿਪੋਰਟਿੰਗ ਕਰੋ ਚੱਕ ਕੇ ਅੰਦਰ ਬੰਦ ਕਰ ਦਿਓ ਮਤਲਬ ਟੋਰ ਪਲਾਜੇ ਤੋਂ ਚੱਕ ਲੋ 2 ਸਾਲ ਉਹਦੀ ਜ਼ਮਾਨਤ ਨਾ ਕਰਾਓ ਤੇ ਉਹ ਸਾਡਾ ਹੀਰੋ ਦੇ ਰੂਪ ਵਿੱਚ ਨਹੀਂ ਮੰਨਿਆ ਜਾਂਦਾ ਵੀ ਉਹ ਪਤਾ ਨਹੀਂ ਸਾਊਥ ਇੰਡੀਆ ਨੂੰ ਕੌਣ ਹੈ ਤੇ ਉੱਥੇ ਕੇਰਲਾ ਤੋਂ ਆਇਆ ਸੀ ਛੱਡੋ ਭਰਾ ਆਪਾਂ ਕੀ ਲੈਣਾ ਕਿਤੋਂ ਵੀ ਚੱਲ ਕੇ ਆਇਆ ਉਹ ਬਹੁਤ ਬੰਦੇ ਜਿਹੜੇ ਨੇ ਉਸ ਲੈਵਲ ਦੇ ਨੇ ਵਿਨੋਦ ਦੁਆ ਦੀ ਨੌਕਰੀ ਚਲੀ ਗਈ ਉੱਥੇ ਪਰਚਾ ਹਿਮਾਚਲ ਚ ਵੀ ਅੱਠ ਜਗ੍ਹਾ ਤੇ ਪਰਚਾ ਦਰਜ ਕਰ ਦੋ ਟੌਰਚਰ ਕਰੋ ਉਹ ਉਸੇ ਪੱਦਰ ਤੇ ਚੱਲੇ ਅਭਿਸ਼ਾਰ ਸ਼ਰਮਾ ਤੁਸੀਂ ਦੇਖਿਆ ਉਹਦੋਂ ਪੁਰਨੇ ਪਰਸੋਂ ਨਵਾਜਪਾਈ ਦੇਖਿਆ ਜਿਨ੍ਹਾਂ ਦੇ ਸਾਰੇ ਜਿਹੜੇ ਸੜਕ ਤੇ ਚਲੇ ਗਏ ਜਿਹੜੇ ਬਿਹਤਰੀਨ ਪੱਤਰਕਾਰ ਸੀ ਹੁਣ ਕੋਈ ਮੇਨਸਟ੍ਰੀਮ ਮੀਡੀਆ 'ਚ ਤੁਹਾਨੂੰ ਨਜ਼ਰ ਨਹੀਂ ਆਏਗਾ ਕਿਉਂਕਿ ਮੇਨਸਟ੍ਰੀਮ ਮੀਡੀਆ 'ਚੋਂ ਓਨਰਸ਼ਿਪ ਨੇ ਬਾਅਰ ਆਊਟ ਕਰਦੇ ਹੋ ਉਹ ਜਹਾ ਆਪਣੇ ਵੀ YouTube ਚੈਨਲ ਜਾਂ ਆਪਣੇ ਜਾਂ ਕਿਤੇ ਵੀ ਦੇ ਕੋਈ ਇੱਕਾ ਦੁੱਕਾ ਕਿਤੇ ਬਚਿਆ ਹੋ ਉਹ ਕੰਪਰੋਮਾਈਜ਼ਡ ਸਿਚੁਏਸ਼ਨ ਚ ਹੋਏਗਾ ਜਿਹੜਾ ਇੰਡੀਪੈਂਡੈਂਟ ਹਸਿਆਤ ਹੁੰਦੀ ਹੈ ਇਸ ਕਰਕੇ ਮੀਡੀਆ ਦੇ ਵਿੱਚ ਓਨਰਸ਼ਿਪ ਬਹੁਤ ਚੀਜ਼ਾਂ ਨੂੰ ਡਿਸਾਈਡ ਕਰਦੀ ਹੈ ਤੇ ਜੇ ਇੰਡੀਅਨ ਚੈਨਲਾਂ ਦਾ ਤੁਸੀਂ ਦੇਖੋ ਜਿਹੜੇ ਮੈਂ ਤੁਹਾਨੂੰ ਕਿਹਾ ਅਡਾਨੀ ਤੇ ਅਮਾਨੀ ਤੋਂ ਬਿਨਾ ਵੀ ਰਿਪਬਲਿਕ ਕੰਟਰੀ ਵੀ ਹੈ ਕਿਹਦਾ ਟੀਵੀ ਹੈ ਕੇਰਲਾ ਤੋਂ ਇੱਕ ਐਮਪੀ ਆ ਬੀਜਪੀ ਦਾ ਚੰਦਰ ਸੇਕਰ ਉਹਦਾ ਓਨਰਸ਼ਿਪ ਹੈ ਇੰਡੀਆ ਟੀਵੀ ਹੈ ਤੁਸੀਂ ਆ ਜਿਹੜਾ ਕਹਿੰਦੇ ਹੋ ਇਹ ਕਾਂਗਰਸ ਦਾ ਇੱਕ ਲੀਡਰ ਹੈ ਜਿਹੜਾ ਬినੋਦ ਸ਼ਰਮਾ ਜੈਸਕਾ ਲਾਲ ਕਤਲ ਕੇਸ ਚੰਦਰ ਹੈ ਜਿਹਦਾ ਮੁੰਡਾ ਕਾਫੀ ਉਹਦੇ ਚੋਂ ਉਹਦੇ ਚੈਨਲ ਨੇ ਨਿਊਜ਼ 24 ਹੈ ਕਿਹਦਾ ਚੈਨਲ ਹੈ ਰਜੀਵ ਸ਼ਕਲਾ ਕਾਂਗਰਸ ਦਾ ਐਮਪੀ ਹੈ ਜਿਹੜਾ ਕੱਲੇ ਕੱਲੇ ਨੂੰ ਜਾਓ ਪੋਲਿਟੀਸ਼ੀਅਨ ਦੇ ਨੇ ਜਾਓ ਕਾਰਪੋਰੇਟ ਦੇ ਨੇ ਪੋਲਿਟੀਸ਼ੀਅਨ ਵੀ ਕੱਲਾ ਨਹੀਂ ਚਲਾਉਂਦਾ ਉਹ ਕਲੈਬੋਰੇਸ਼ਨ ਹੈ ਜਦੋਂ ਓਨਰਸ਼ਿਪ ਉਸ ਪਾਸੇ ਚਲੀ ਜਾਏਗੀ ਤਾਂ ਉਹਦੇ ਚੋ ਇੰਡੀਪੈਂਡੈਂਟ ਮੀਡੀਆ ਦੀ ਹੈਸੀਅਤ ਤਲਾਸ਼ ਕਰਨਾ ਮਤਲਬ ਉਹ ਸੰਭਵ ਨਹੀਂ ਹੋ ਸਕਦਾ ਕਿਸੇ ਵੀ ਉਸ ਸਾਰੇ ਮਾਮਲੇ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਕੀ ਹੁੰਦਾ ਇੱਕ ਰੈਵੋਲੂਸ਼ਨ ਆਉਂਦਾ ਜਿਹਨੂੰ ਲੋਕ ਇਹ ਕਹਿੰਦੇ ਨੇ ਬਹੁਤ ਮੀਡੀਆ ਚ ਰੈਵੋਲੂਸ਼ਨ ਆ ਗਿਆ ਜੀ ਤਾੜੀ ਵਜਾਉਂਦੇ ਨੇ ਲੋਕ ਅਰਬ ਸਪ੍ਰਿੰਗ ਦੇ ਨਾਂ ਨਾਲ ਆਪਾਂ ਸਾਰਿਆਂ ਨੇ ਉਹ ਸ਼ਬਦ ਬੜੀ ਉਹਦੇ ਚ ਸੁਣਿਆ 2011 ਚ ਤਹਿਰੀਰ ਚੌਂਕ ਦੇ ਵਿੱਚ ਆਪ ਪਲੇਟਫਾਰਮ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਰਤੋਂ ਕਰਕੇ ਫੇਸਲੈਸ ਇੱਕ ਮੂਵਮੈਂਟ ਹੁੰਦੀ ਆ ਬੰਦਾ ਕੌਣ ਹੈ ਕੋਈ ਪਤਾ ਨਹੀਂ ਹੁਣ ਤਾਂ ਉਹ ਚੋ ਕਈ ਬੰਦੇ ਸਾਹਮਣੇ ਆਏ ਨੇ ਕਿ ਅਸੀਂ ਉਹਨਾਂ ਨੇ ਕਿਤਾਬਾਂ ਵੀ ਲਿਖ ਜਾਨੇ ਕਿ ਅਸੀਂ ਇਹਦੋਂ ਸੱਦਾ ਦਿੱਤਾ ਸੀ ਅਸੀਂ ਐਂ ਕੀਤਾ ਸੀ ਹੁਸਨ ਮੁਬਾਰਕ ਵਰਗੇ ਬੰਦੇ ਦੀ 30 ਸਾਲ ਪੁਰਾਣੀ ਰਿਆਸਤ ਪੁੱਟ ਦਿੰਦੇ ਨੇ ਰਾਸ਼ਟਰਪਤੀ ਨੂੰ ਜਾਣਾ ਪੈਂਦਾ ਕਿਸੇ ਵੀ ਰੂਪ ਦੇ ਵਿੱਚ ਪਰ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਉਹ ਵੀ ਟੋਲ ਕਿਸੇ ਹੋਰ ਦਾ ਹੀ ਬਣ ਕੇ ਹੁਸਨ ਮੁਬਾਰਕ ਨੂੰ ਵੀ ਅਮਰੀਕਾ ਹਟਾਉਣਾ ਹੀ ਚਾਹੁੰਦਾ ਸੀ ਅਸਲ ਦੇ ਵਿੱਚ ਕਿਸੇ ਨਾ ਕਿਸੇ ਦੇ ਤਰੀਕੇ ਕਾਰਨ ਉਸ ਤੋਂ ਬਾਅਦ ਜਿਹੜਾ ਸਿਸਟਮ ਹੈ ਉਹਨਾਂ ਸਾਰੇ ਕੰਟਰੀਜ਼ ਦੇ ਵਿੱਚ ਚੱਲ ਰਿਹਾ ਹੈ ਉਹ ਵੀ ਸਾਨੂੰ ਪਤਾ ਉਹਨੇ ਇੱਕ ਲੈਵਲ ਦਾ ਸਾਡੇ ਤੇ ਇੰਪੈਕਟ ਕੀਤਾ ਵੀ ਹੁਣ ਆਜ਼ਾਦੀ ਆ ਗਈ ਹੈ ਹੁਣ ਹਰ ਇੱਕ ਦੇ ਹੱਥ 'ਚ ਮੋਬਾਈਲ ਹੈ ਹਰ ਬੰਦਾ ਪੱਤਰਕਾਰ ਹੈ ਹਰ ਬੰਦੇ ਨੇ ਆਪਣੀ ਗੱਲ ਕਹਿ ਦੇਣੀ ਹੈ ਇਹ ਆਜ਼ਾਦੀ ਹੋ ਗਈ ਹੈ ਜੀ ਬਹੁਤ ਵੱਡੀ ਪਰ ਇਹ ਸ਼ਾਇਦ ਸੋਚ ਦੀ ਥੋੜੇ ਸਮੇਂ ਦੀ ਆਜ਼ਾਦੀ ਸੀ ਇਹ ਬਹੁਤ ਲੰਬੇ ਸਮੇਂ ਦੀ ਆਜ਼ਾਦੀ ਵਾਲਾ ਇਹਦੇ 'ਚ ਇੱਕ ਗੱਲ ਨਹੀਂ ਹੈ ਉਸ ਪੱਦਰ ਦੀ ਉੱਤੇ ਉਹਦਾ ਕਾਰਨ ਹੈ ਉਹਦਾ ਕਾਰਨ ਹੈ ਪਤਾ ਉਦੋਂ ਲੱਗਿਆ ਜਦੋਂ ਮਹਿੰਤ ਰਾਣੇ ਆਪਦੇ ਵੱਡੇ ਵੱਡੇ ਆਈਟੀ ਸੈੱਲ ਬਣਾ ਕੇ ਬਿਠਾਤੇ ਬੰਦੇ ਤਰਖਾਦਾਰ ਸੰਕਰੇ ਬੰਦੇ 2-2 2.5 2.500 ਬੰਦਾ ਬੈਠਾ ਸਭ ਦੇ ਔਰ ਬੜਾ ਬੈਠ ਕੇ ਪੂਰੀ ਗੱਲ ਕਰਦਾ ਇੱਕ ਇੱਕ ਟੀਵੀ ਚੈਨਲ ਤੇ ਨਜ਼ਰ ਆਈ ਕਿ ਇੱਕ ਅਖਬਾਰ ਤੇ ਨਜ਼ਰ ਆ ਉਥੋਂ ਚੱਕ ਕੇ ਉਹਨਾਂ ਦਾ ਰਿਐਕਸ਼ਨ ਉੱਥੇ ਤੈਅ ਕਰਦਾ ਫਲਾਡਾ ਹੁੰਦਾ ਫੇਕ ਨਿਊਜ਼ ਦਾ ਵੀ ਤੁਹਾਡੇ ਸਾਹਮਣੇ ਅੱਜ ਮੈਂ ਜੇ ਬੋਲ ਰਿਹਾ ਜਿਹੜਾ ਜਦੋਂ ਵੀ ਮੈਂ ਕਿਸੇ ਟੀਵੀ ਚੈਨਲ ਤੇ ਬੋਲਦਾ ਜਿਹੜੇ ਬੰਦੇ ਉਹਦੇ ਖਿਲਾਫ ਬੋਲਦੇ ਨੇ ਉਹ ਕੰਨਾਰੇ ਜੇ ਤਾਂ ਪਹਿਲਾਂ ਹੀ ਵਿਰੋਧੀ ਹੈ ਫਲਾਣੇ ਦਾ ਵਿਰੋਧੀ ਹੈ ਫਲਾਣੇ ਦਾ ਵਿਰੋਧੀ ਉਹ ਨਾਰਮਲ ਬੰਦੇ ਨਹੀਂ ਕਰਦੇ ਉਹ ਬੈਠਾ ਹੋਇਆ ਇੱਕ ਫਲਾਡ ਆਮ ਬੰਦੇ ਨੂੰ ਇਹ ਨਜ਼ਰ ਆਉਂਦਾ ਵੀ ਲੈ ਇਹ ਤਾਂ ਲੋਕ ਹੀ ਵਿਰੋਧੀ ਨੇ ਇਹਦੇ ਤੋਂ ਆਪਾਂ ਕੀ ਕਰੀਏ ਜਿਹੜੇ ਬੰਦਿਆਂ ਨੇ ਜੈਨੂਅਰ ਕਰਨਾ ਹੈ ਰਿਐਕਟ ਉਹ ਤਾਂ ਹਜ਼ਾਰਾਂ ਚੋਂ ਦੋ ਚਾਰ ਬੰਦੇ ਹੁੰਦੇ ਨੇ ਜਿਹੜੇ ਲਿਖ ਕੇ ਰਿਐਕਟ ਕਰਦੇ ਨੇ ਕੋਈ ਐ ਥੋੜੀ ਰਿਐਕਟ ਕਰਦੇ ਨੇ ਕੋਈ ਤਾਂ ਲਿਖਣ ਬਹਿ ਜਾਣ ਜਾਂ ਇੰਨਾ ਟਾਈਮ ਵੀ ਨਹੀਂ ਰੋਕਾ ਕੋਲ ਸਾਰੇ ਬੰਦੇ ਉੱਤੇ ਕਮੈਂਟ ਲਿਖਣ ਤਾਂ ਉਹ ਇੱਕ ਬਣਾਇਆ ਗਿਆ ਕਾਲਪਨਿਕ ਇੱਕ ਦਾਰ ਹਸਰੂ ਹੋ ਜਾਂਦਾ ਕਿ ਕਿਨੂੰ ਲੋਕ ਪਸੰਦ ਨਰਿੰਦਰ ਮੋਦੀ ਬਾਵਾ ਕੀ ਖੌਣ ਕਰਦਾ ਔਰ ਉਹਦੇ ਪਿੱਛੇ ਇੱਕ ਕਾਲਪਨਿਕ ਸੰਸਾਰ ਵੀ ਹੈ ਇਹ ਵੀ ਕਿ ਉਹਦੀ ਸ਼ਬੀਕੇ ਮਬਣੀ ਹੈ ਕਿਵੇਂ ਮੀਡੀਆ ਉਹਦੇ ਨਾਲ ਲੱਗਿਆ ਰਹੂਗਾ ਕਿਵੇਂ ਉਹ ਸਾਰੇ ਚੈਨਲ ਲਾਈਵ ਕਰਨਗੇ ਕਿਵੇਂ ਸਾਰਾ ਸੋਸ਼ਲ ਮੀਡੀਆ ਉਹਦੇ ਤੇ ਫੋਕਸ ਹੋ ਜਾਏਗਾ ਜਾਂ ਇੱਥੋਂ ਆਲਾ ਵੀ ਜਿੰਨਾ ਵੀ ਪੈਟਰਨ ਹੈ ਉਹ ਵੀ ਸਾਡੇ ਸਾਹਮਣੇ ਹੈ ਔਰ ਕਿਉਂਕਿ ਉਹ ਪੈਸੇ ਵੀ ਦੰਦੇ ਨੇ ਚੰਗੇ ਬੰਦਿਆਂ ਨੂੰ ਰੁਜ਼ਗਾਰ ਦੀ ਲੋੜ ਹੈ ਤੇ ਬੰਦੇ ਉੱਥੇ ਜਾ ਕੇ ਬੈਠਦੇ ਨੇ ਆਪਣਾ ਕੰਮ ਕਰਦੇ ਨੇ ਉਸ ਰੂਪ ਦੇ ਵਿੱਚ ਔਰ ਉਹ ਕੰਟਰੋਲਡ ਹੈ ਇੱਕ ਤਾਂ ਇਸ ਰੂਪ ਦੇ ਵਿੱਚ ਹੈ ਕਿਉਂਕਿ ਜਿੰਨੀ ਤਾਕਤ ਉਹਨਾਂ ਕੋਲ ਹੈ ਇਹਨੂੰ ਵਰਤਣ ਦੀ ਉਹਨੀ ਇੰਡੀਵਿਜੂਅਲ ਹੈਸੀਅਤ ਚ ਨਹੀਂ ਹੈ ਦੂਜੀ ਗੱਲ ਇਹ ਹੈ ਇਹਦੇ ਚ ਕਿਉਂਕਿ ਇਹਦੀ ਕੋਈ ਆਥੈਂਟੀਕੇਸ਼ਨ ਨਹੀਂ ਹੈ ਸੰਦੇ ਵਿੱਚ ਰਿਯੂਮਰ ਫਲਾਉਣਾ ਜੋ ਮਰਜੀ ਬਣਾਉ ਆਥੈਂਟਿਕ ਭੇਜ ਦਿਓ ਉਹ ਚਾਕੇ ਅੱਗੇ ਚੱਲ ਨੂੰ ਅੱਗੇ ਚੱਲੋ ਅੱਗੇ ਚੱਲੋ ਅੱਗੇ ਚੱਲੋ ਚਲੀ ਜਾਂਦੀ ਹੈ ਉਹ ਕਨਫਿਊਜ਼ਨ ਵੀ ਕ੍ਰੀਏਟ ਕਰਦੀ ਹੈ ਕਿਉਂਕਿ ਕਿਤੇ ਵੀ ਹੋਂਟ ਇੰਟੈਂਸ਼ਨ ਹੁਣ ਈਵਨ ਟੀਵੀ ਚੈਨਲ ਚ ਵੀ ਜਾਂ ਅਖਬਾਰ ਚ ਜਦੋਂ ਕੋਈ ਗੱਲ ਜਾਂਦੀ ਹੈ ਜਿੱਥੋਂ ਪੱਤਰਕਾਰ ਚੱਲਦਾ ਫਿਰ ਦੁਬਾਰਾ ਉਹ ਜਾ ਕੇ ਜ਼ਿਕਰ ਹੁੰਦਾ ਵੀ ਇਹ ਠੀ ਵਾਪਸ ਕਹਿੰਦਾ ਫਲਾਣੇ ਦਾ ਵਰਜਨ ਨਹੀਂ ਆ ਫਿਰ ਉਦੋਂ ਇੱਕ ਪੁਣਕੇ ਜਾਂਦੀ ਆ ਗੱਲ ਘਟੋ-ਘਟੋ ਉਹਦੇ ਚ ਇੱਕ অথেন্টিਸਿਟੀ ਹੁੰਦੀ ਆ ਪ੍ਰਮਾਣਿਕਤਾ ਹੁੰਦੀ ਆ ਵੀ ਹਾਂ ਇਹ ਚੀਜ਼ ਐਸ ਲੈਵਲ ਤੇ ਹੋਏਗੀ ਜਾਂ ਨਹੀਂ ਸੋਸ਼ਲ ਮੀਡੀਆ ਦੀ ਪ੍ਰਮਾਣਿਕਤਾ ਦਾ ਜਿਹੜਾ ਦੌਰ ਨਹੀਂ ਆ ਸਾਡੇ ਸਾਹਮਣੇ ਤੇ ਤੀਜੀ ਗੱਲ ਇਹਦੇ ਚ ਹੁਣ ਜਿਹੜੇ ਰੂਲਸ ਫਰੇਮ ਕੀਤੇ ਨੇ ਗਵਰਨਮੈਂਟ ਆਫ ਇੰਡੀਆ ਨੇ ਤੁਹਾਡੇ ਸਾਹਮਣੇ ਆ ਔਰ ਉਹ ਰੂਲਸ ਫਰੇਮ ਕਰਕੇ ਮਤਲਬ ਉਹਦੇ ਚ ਗਵਰਨਮੈਂਟ ਆਫ ਇੰਡੀਆ ਦੇ ਐਡੀਸ਼ਨਲ ਸੈਕਟਰੀ ਲੈਵਲ ਦੇ ਬੰਦੇ ਨੂੰ ਇਹ ਅਧਿਕਾਰ ਹੈ ਅੱਜ ਦੇ ਵੀ ਆ ਕੱਲ ਨੂੰ ਇੰਤੋਂ ਜ਼ਿਆਦਾ ਹੋਣਗੇ ਇਹ ਸਾਰਿਆਂ ਦੀ ਸੰਗੀਕ ਅਸੀਂ ਫੜੀ ਜਾਣੀ ਹੈ ਜਿੰਨੇ ਵੀ YouTube ਚੈਨਲ ਤੇ ਮੜ ਮੋਟਾ ਆਜ਼ਾਦ ਬੋਲਦਾ ਜੇ ਉਹ ਇਹ ਵੀ ਨਹੀਂ ਰਹਿਣਾ ਤੁਹਾਡੇ ਸਾਹਮਣੇ ਆ ਕਿ BBC ਦੀ ਡਾਕੂਮੈਂਟਰੀ ਆਉਂਦੀ ਹੈ 2002 ਦੇ ਮਾਮਲੇ ਦੇ ਵਿੱਚ ਇੱਕ ਡਾਕੂਮੈਂਟਰੀ ਹੈ ਤੇ ਡਾਕੂਮੈਂਟਰੀ ਨੂੰ ਸੁਣ ਲੋ ਸੁਣ ਕੇ ਉਹਦਾ ਪੁਆਇੰਟ ਬਾਇ ਜਵਾਬ ਦੇ ਦਿਓ ਜੇ ਤਾਂ ਡੈਮੋਕ੍ਰੇਸੀ ਦਾ ਸਵਾਲ ਹੈ ਇੱਕ ਫਰੀडम ਆਫ ਐਕਸਪ੍ਰੈਸ਼ਨ ਦਾ ਸਵਾਲ ਹੈ ਤੁਹਾਡੇ ਸਾਹਮਣੇ ਆ ਪਰ ਨਹੀਂ ਉਹ ਸਾਰੇ ਮੀਡੀਆ ਪਲੇਟਫਾਰਮਸ ਤੋਂ ਗਾਇਬ ਕਰ ਦਿੱਤੇ ਗਈਆ ਗਵਰਨਮੈਂਟ ਆਫ ਇੰਡੀਆ ਨੇ ਆਰਡਰ ਕਰਤਾ ਕਿ ਜੇ ਇੱਥੇ ਚਲਾਉਣਾ ਹੈ ਤੁਸੀਂ ਆਪਣਾ ਇੰਸਟਾਗ੍ਰam ਚਲਾਉਣਾ ਹੈ ਆਪਣੇ ਫੇਸਬੁੱਕ ਚਲਾਉਣੀ ਹੈ ਆਪਣੇ YouTube ਚੈਨਲ ਚਲਾਉਣਾ ਹੈ ਜੋ ਵੀ ਚਲਾਉਣਾ ਹੈ ਇਹ ਨਹੀਂ ਚੱਲੂਗੀ ਤੇ ਨਹੀਂ ਚੱਲ ਰਹੀ ਬਲਕਿ ਉਲਟ ਹੋ ਗਿਆ ਗਵਰਨਮੈਂਟ ਆਫ ਇੰਡੀਆ ਨੇ ਉਹ ਤਾਂ پابੰਦੀ ਨਹੀਂ ਲਾਈ ਆਫੀਸ਼ੀਅਲੀ ਰੂਲਸ ਦੇ ਮਤਾਬਕ ਉਹਨਾਂ ਮਤਲਬ ਪਲੇਟਫਾਰਮਾਂ ਤੋਂ ਹਟਾਈ ਹੈ ਜਿਹੜੇ ਬੱਚੇ ਯੂਨੀਵਰਸਿਟੀਆਂ ਚੋਂ ਮਤਲ ਦਿਖਾ ਰਹੇ ਨੇ ਉਹਨਾਂ ਤੇ ਪਰਚੇ ਦਰਜ ਕਰਨੇ ਸ਼ੁਰੂ ਕਰਤੇ ਹਜੇ ਤੱਕ ਪਾਬੰਦੀ ਨਹੀਂ ਹੈ ਉਤੇ ਆਫੀਸ਼ੀਅਲੀ ਲੀਗਲੀ ਪਰ ਜਿਹੜਾ ਦਿਖਾਉਂਦਾ ਇੱਥੇ ਵੀ ਦਿਖਾਉਣ ਲੱਗ ਜਾਓ ਪੁਲਿਸ ਆਏਗੀ ਉਹ ਕਹੇਗੀ ਇਹ ਨਹੀਂ ਜੀ ਦਿਖਾ ਸਕਦੇ ਪਰ ਜੇ ਕੋਈ ਪੁੱਛਦਾ ਕੀ ਕਿਹੜੀ ਪਾਬੰਦੀ ਆ ਕਿਹੜਾ ਲਾਹੇ ਕੋਈ ਲਾ ਨਹੀਂ ਧੱਕੇ ਦਾ ਲਾ ਹੈਗਾ ਹੀ ਆ ਕਿਉਂਕਿ ਪ੍ਰਾਈਮ ਮਿੰਿਸਟਰ ਕਹੇ ਉਹਦੇ ਖਿਲਾਫ ਜਾਂਦਾ ਔਰ ਹਾਸੋ ਹੀ ਨਹੀਂ ਗੱਲ ਇਸ ਪੱਧਰ ਤੇ ਹੁੰਦੀ ਆ ਤੁਸੀਂ ਦੇਖੋ ਦੇਸ਼ ਦੀ ਪਾਰਲੀਮੈਂਟ ਜਿਹਦੇ ਚ ਇਹ ਗੱਲ ਹੁੰਦੀ ਆ ਕਿ ਪਾਰਲੀਮੈਂਟ ਦੇ ਵਿੱਚ ਸਭ ਤੋਂ ਉੱਚਾ ਸਦਨ ਹੈ ਔਰ ਪਾਰਲੀਮੈਂਟ ਦੇ ਵਿੱਚ ਲੀਗਲ ਪੁਆਇੰਟ ਇਹ ਆ ਕਿ ਜੇ ਕੋਈ ਇਹ ਵੀ ਕਹਦੇ ਐਮਪੀ ਖੜ ਕੇ ਕਿ ਮੇਰਾ ਇਰਾਦਾ ਫਲਾਣੇ ਨੂੰ ਕਤਲ ਕਰਨ ਦਾ ਮੈਂ ਫਲਾਣੇ ਨੂੰ ਕਤਲ ਕਰ ਦੇਣਾ ਚਾਹੁੰਦਾ ਮੇਰਾ ਆਹ ਕਾਰਨਾ ਕਰਨਾ ਉੱਤੇ ਮੁਕੱਦਮਾ ਨਹੀਂ ਚੱਲ ਸਕਦਾ ਪਾਰਲੀਮੈਂਟ ਦੇ ਅੰਦਰ ਇਸੇ ਕਰਕੇ ਬਹੁਤ ਸਾਰੇ ਬੰਦੇ ਇਹ ਕਹਿੰਦੇ ਆਪਾਂ ਸੁਣਦੇ ਆ ਕਿ ਇਹੀ ਗੱਲ ਤੋਂ ਬਾਹਰ ਜਾ ਕੇ ਕਹਿ ਫਿਰ ਤੈਨੂੰ ਪਤਾ ਦੱਸਦੇ ਆ ਕਿਉਂਕਿ ਇਮਿਊਨਿਟੀ ਹੈ ਅੱਜ ਪਾਰਲੀਮੈਂਟ ਦੇ ਅੰਦਰ ਕੀ ਹੈ ਅਡਾਨੀ ਦਾ ਨਾਮ ਐਕਸਪਾਂਜ ਹੋ ਗਿਆ ਸਾਰੇ ਕਿਤੋਂ ਜੇ ਉਹਨਾਂ ਨੇ ਮੰਗ ਕੀਤੀ ਜੇ ਇਹ ਫਰਾਡ ਜੇ ਐਡਾ ਵੱਡਾ ਹੋਇਆ ਹੈ ਇਹਦੇ ਤੇ ਗਵਰਨਮੈਂਟ ਨੂੰ ਬੋਲਣਾ ਚਾਹੀਦਾ ਹੈ ਲੋਕਾਂ ਦੇ ਨਾਲ ਫਰਾਡ ਹੋ ਰਿਹਾ ਉਸ ਪੱਧਰ ਦੇ ਉੱਤੇ ਕਿਉਂਕਿ 36000 ਕਰੋੜ ਰੁਪਏ LIC ਨੇ ਉਹ ਚਲਾਇਆ ਹੋਇਆ ਹੈ 27000 ਕਰੋੜ ਤੋਂ ਵੱਧ ਦਾ ਜਿਹੜਾ SBI ਦੇ ਉਹਦੇ ਵਿੱਚ ਪੈਸੇ ਨੇ ਤੇ ਲੋਕ ਮਾਰੇ ਜਾ ਰਹੇ ਨੇ ਗਵਰਨਮੈਂਟ ਬੋਲੇ ਹੀ ਨਾ ਖਾਮੋਸ਼ ਹੋ ਜੇ ਇਹ ਤਾਂ ਕੋਈ ਗੱਲ ਨਹੀਂ ਬਣਦੀ ਤੇ ਦੇਸ਼ ਦਾ ਸਪੀਕਰ ਤੇ ਦੇਸ਼ ਦਾ ਚੇਅਰਮੈਨ ਰਾਜਸਭਾ ਦਾ ਉਹ ਕਹਿੰਦੇ ਨੇ ਇਹ ਨਹੀਂ ਆਊਗਾ ਫਿਰ ਮੌਵਾ ਮਿਤਰਾ ਨੇ ਇੱਕ ਥੋੜੀ ਜੀ ਤਰੀਕਾ ਲੱਭਿਆ ਮਾਰ ਲਿਆ ਵੀ ਇਹ ਐਕਸਪੰਜ ਨਾ ਹੋਵੇ ਉਹ ਕਹਿੰਦੇ ਅਡਾਨੀ ਪੂਰਾ ਨਹੀਂ ਕਹਿਣਾ ਉਹਦਾ ਤੁਸੀਂ ਲੈਕਚਰ ਸੁਣੋਗੇ ਕਿ ਇੱਕ ਇਹ ਪਾਰਟੀ ਨੇ ਐ ਕੀਤਾ ਇਹ ਨੇ ਐ ਕੀਤਾ ਇਹ ਨੇ ਐ ਕੀਤਾ ਇਹ ਨੇ ਐ ਕੀਤਾ ਫਲਾਨਾ ਤੇ ਮਕਾਜ ਮਤਲਬ ਪਾਰਲੀਮੈਂਟ ਚ ਵੀ ਇਹ ਤਰੀਕੇ ਲੱਭਣੇ ਪੈ ਰਹੇ ਨੇ ਤੁਹਾਨੂੰ ਗੱਲ ਕਰਨ ਲਈ ਸਿੱਧਾ ਤੁਸੀਂ ਗੱਲ ਨਹੀਂ ਕਰ ਰਹੇ ਜਾ ਉਹਦੇ ਉੱਤੇ ਕੀ ਕਰਨਾ ਤੇ ਉਹ ਪਾਰਲੀਮੈਂਟ ਲਾਈਵ ਚੱਲਦੀ ਹੈ ਜੀ ਸਾਡੀ ਪਾਰਲੀਮੈਂਟ ਸੰਸਦ ਦਾ ਟੀਵੀ ਹੈ ਔਰ ਸਾਰੇ ਕੀ ਤੁਸੀਂ ਦੇਖ ਸਕਦੇ ਹੋ ਕਿ ਉਹ ਲਾਈਵ ਉਸ ਤਰੀਕੇ ਦੀ ਗੱਲ ਹੋ ਰਹੀ ਆ ਜਾਂ ਬਾਕੀ ਦੀਆਂ ਚੀਜ਼ਾਂ ਹੋ ਰਹੀਆਂ ਨੇ ਤਾਂ ਇਹੋ ਜੇ ਹਾਲਾਤ ਚ ਸੋਸ਼ਲ ਮੀਡੀਆ ਪਲੇਟਫਾਰਮ ਦਾ ਤਾਂ ਮਤਲਬ ਇਹ ਨਹੀਂ ਕਿਤੇ ਵੀ ਉਹ ਹੋ ਸਕਦਾ ਪਿਛਲੇ ਦਿਨਾਂ ਚ ਕੁਝ ਸੱਜਣਾ ਨੇ ਇੱਥੇ ਜਿਹੜੇ ਪੰਜਾਬ ਦੇ YouTube ਤੇ ਕੰਮ ਕਰਨ ਵਾਲੇ ਬਹੁਤ ਬੱਚੇ ਨੇ ਅੱਜ ਕੱਲ ਆਪ ਦਾ ਫੜਦੇ ਨੇ ਮੋਬਾਈਲ ਚਲ ਉਹਨੇ ਜੋਗਾ ਜਿੱਥੇ ਵੀ ਜਾਂਦਾ ਕਰਦੇ ਬਥੇਰੇ ਨੇ ਉਹ ਕੰਨਾਂ ਨਾਲ ਇਹ ਕੀਤਾ ਭਗਵਾਨਤਮਾਨ ਸਰਕਾਰ ਨੇ ਕਿਉਂਕਿ ਵੀ ਸਾਡਾ ਕੰਟੈਂਟ ਚਾਕੇ ਪਾਤਾ ਹਾਲਾਂਕਿ ਸਰਕਾਰ ਜਿਹੜਾ ਕੰਟੈਂਟ ਜਾਰੀ ਕਰਦੇ ਆ ਮੰਨ ਲਓ ਭਗਵੰਤ ਮਾਨ ਵੀਗੇ ਚੀਫ ਮਿਨਿਸਟਰ ਇਹ ਕਹਿੰਦਾ ਇੱਥੇ ਅਬਦੌਦਤ ਤੇ ਜਾ ਕੇ ਕਿਸੇ ਵੀ ਪਲੇਟਫਾਰਮ ਤੇ ਅੱਜ ਕੱਲ ਤਾਂ ਟਵੀਟ ਹੀ ਕਰਦੇ ਨੇ ਨਾ ਹੋਰ ਤਾਂ ਕੋਈ ਕਰਦਾ ਹੀ ਨਹੀਂ ਪੱਤਰਕਾਰ ਪ੍ਰੈਸ ਕਾਨਫਰੰਸ ਨਾਲ મોદી ਕਰਦਾ ਨਾ ਕੋਈ ਹੋਰ ਕਰਦਾ ਵਿਧੀਵਤ ਪ੍ਰੈਸ ਕਾਨਫਰੰਸ ਬੁਲਾ ਕੇ ਨਾ ਭਗਵੰਤ ਮਾਨ ਨੇ ਕੀਤੀ ਨਾ મોદી ਨੇ ਕੀਤੀ ਕਦੇ ਅ ਚਲਦੇ ਚਲਦੇ ਕਿਤੇ ਜਾਂਦੇ ਜਾਂਦੇ ਤੁਸੀਂ ਗੱਲ ਕਰ ਲੋ ਤਾਂ ਉਹ ਅਲੱਗ ਗੱਲ ਹੈ ਔਰ ਉਹ ਸਾਰੇ ਮਾਮਲੇ ਦੇ ਵਿੱਚ ਕੀ ਹੋ ਰਿਹਾ ਕਿ ਉਹਨਾਂ ਨੇ ਲੈ ਲੈ ਕੇ ਪਾਤੇ ਮਤਲਬ ਉਹਨਾਂ ਨੂੰ ਨੋਟਿਸ ਕਰਦੇ ਵੀ ਤੁਸੀਂ ਸਾਡਾ ਕੰਟੈਂਟ ਪਾਇਆ ਤੇ ਜਦ ਤਾ ਇੰਨੇ ਪੈਸੇ ਦੇਣੇ ਪੈਣਗੇ ਨਹੀਂ ਤਾ ਕਰਨਾ ਪਏਗਾ ਜੇ ਉਹ ਜਿਹੜਾ ਪਬਲਿਕ ਕੰਜ਼ਮਪਸ਼ਨ ਦਾ ਕੰਟੈਂਟ ਉਹ ਕਿੰਨੇ ਹੀ ਬੱਚੇ ਉਸ ਲੈਵਲ ਤੇ ਆਉਂਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਅਜੇ ਜਰਨਲਿਜ਼ਮ ਦਾ ਨਾ ਉਸ ਲੈਵਲ ਤੇ ਆਏ ਉਹ ਤਾਂ ਕਿਸਾਨ ਉਹਨਾਂ ਵਿੱਚ ਬਹੁਤ ਪੱਤਰਕਾਰ ਆਏ ਬਣ ਗਏ ਨਾ ਵੀ ਚੱਕੇ ਚੱਲੋ ਆਪਣਾ ਜਿਹੜਾ ਸਿਸਟਮ ਹੈ ਇਸ ਲੈਵਲ ਦਾ ਕਰੋ ਤੇ ਪਰ ਇਸ ਪੱਧਰ ਤੇ ਹਾਲਾਤ ਸਾਡੇ ਸਾਹਮਣੇ ਆ ਰਹੇ ਨੇ ਔਰ ਕੱਲੀ ਭਾਜਪਾ ਗਵਰਨਮੈਂਟ ਨਹੀਂ ਇਹ ਕਰ ਰਹੀ ਅਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਭਾਜਪੀ ਤੋਂ 50 ਗੁਣਾ ਅੱਗੇ ਹੈ ਮੀਡੀਆ ਦਾ ਚੰਗੀ ਕੁੱਟਣ ਦੇ ਵਿੱਚ ਭਾਜਪੀ ਨੂੰ ਲੱਗ ਸਵਾਲ ਹੈ ਇੱਕ ਵੀ ਟੀਵੀ ਚੈਨਲ ਜਿਹੜੇ ਪੰਜਾਬੀ ਚ ਚੱਲਦੇ ਨੇ ਕਿਸੇ ਦੀਏ ਜੁਰਤ ਨਹੀਂ ਹੈ ਕਿ ਉਹਦੇ ਬਿਨਾ ਚਲਾ ਜੇ ਕੋਈ ਗੱਲ ਇਹ ਮੈਂ ਦੋਸ਼ ਲਾ ਰਿਹਾ ਸਾਰੇ ਟੀਵੀ ਚੈਨਲ ਜਿਹੜੇ ਪੰਜਾਬ ਚ ਜਿਹੜੇ ਚੱਲ ਰਹੇ ਨੇ ਚੋਕਪਾਲ ਖੈਰਾ ਪ੍ਰੈਸ ਕਾਨਫਰੰਸ ਕਰਦਾ 18 ਮਾਈਕ ਪਏ ਨੇ ਉਹਦੇ ਸਾਹਮਣੇ ਤੇ 18 ਚ ਟੈਲੀਫੋਨ ਚਲਾ ਜਾਂਦਾ ਲਾਈਵ ਬੰਦ ਹੋ ਜਾਂਦਾ ਕੇਵਲ ਦੋ ਛੋਟੇ YouTube ਚੈਨਲਾਂ ਤਈਓ ਚੱਲੀ ਐ 16 ਬੰਦ ਹੋ ਜਾਂਦੇ ਨੇ ਸੈਟਲਾਈਟ ਚੈਨਲ ਤਾਂ ਸਾਰੇ ਹੀ ਬੰਦ ਬਸਲ YouTube ਵੀ ਬੰਦ ਇਹ ਆਰਡਰ ਐ ਇੱਕ ਇੱਕ ਬੰਦਾ ਬਿਠਾਇਆ ਹੋਇਆ ਇੱਕ ਇੱਕ ਟੀਵੀ ਤੇ ਇੱਕ ਇੱਕ ਅਖਬਾਰ ਤੇ ਇੱਕ ਇੱਕ ਬਾਕੀ ਤੇ ਵੀ ਤੂੰ ਪਤਾ ਰੱਖਣਾ ਜਦ ਚੱਲ ਗਈ ਮਾੜੀ ਜੀ ਗੱਲ ਉਦੋਂ ਹੀ ਉਹਨੇ ਟੈਲੀਫੋਨ ਮਾਲਕ ਨੂੰ ਕਰਨਾ ਐਡੀਟਰ ਨੂੰ ਕਰਨਾ ਜਿਹੜਾ ਵੀ ਬੈਠਾ ਹੋਇਆ ਉੱਥੇ ਬੰਦਾ ਕਹਿ ਕੀ ਮਾ ਜਾ ਕੇ ਇਹਨੂੰ ਬੰਦ ਕਰੋ ਤੁਸੀਂ ਦੇਖਿਆ ਹੁਣੇ ਪਿੱਛੇ ਕੁਝ ਦਿਨਾਂ ਚ ਹੈ ਜਬ ਮਹੀਨਾ ਕੋਈ ਹੋਇਆ ਸ਼ਾਇਦ ਜਿਆਦਾ ਪੁਰਾਣੀ ਗੱਲ ਨਹੀਂ ਕੇਵਲ ਤੋਂ ਗਾਇਬ ਹੋ ਗਿਆ ਸੀ న్యూਸ 18 ਪੰਜਾਬੀ ਵਾਲਾ ਕਾਫੀ ਦਿਨ ਨਹੀਂ ਚੱਲਿਆ ਕੁਝ ਜਿਹੜੇ ਐਸ ਲੈਵਲ ਦੇ ਕਾਫੀ ਦਿਨਾਂ ਚ ਹੋਰ ਵੀ ਕਈ ਇਹੋ ਜਿਹੇ ਗਾਇਬ ਹੋ ਗਏ ਸੀ ਅਖਬਾਰ ਤਾਂ ਰੌਲਾ ਪਾਉਂਦੇ ਹੀ ਨੇ ਅਖਬਾਰਾਂ ਦੀ ਐਡ ਕਾਫੀ ਬੰਦ ਹੈ ਸਭ ਦੀ ਲਗਭਗ ਅਜੀਤ ਥੋੜਾ ਜਿਹਾ ਰੌਲਾ ਪਾ ਦਿੰਦਾ ਕਿ ਮੇਰੀ ਐਡ ਬੰਦ ਹੈ ਬੰਦ ਬਾਕੀ ਨਹੀਂ ਐਚਟੀਡੀ ਵੀ ਬੰਦ ਹੈ ਟਾਈਮਜ਼ ਆਫ ਇੰਡੀਆ ਦੇ ਵੀ ਬੰਦ ਹੈ ਇਵਨ ਐਕਸਪ੍ਰੈਸ ਦੇ ਵੀ ਤੇ ਟ੍ਰਿਬਿਊਨ ਦੇ ਵੀ ਆ ਹੁਣ ਖੋਲੀ ਹੈ ਸਿਰਫ ਥੋੜੇ ਦਿਨ ਹੋਏ ਨੇ ਇੱਕ ਖਬਰ ਨਾਲ ਵੀ ਉਹ ਸਾਰਾ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਔਰ ਇਸ ਗਵਰਨਮੈਂਟ ਨੇ ਚ ਪਹਿਲੀ ਵਾਰ ਸਰੈਂਡਰ ਕੀਤਾ ਸਾਰੀਆਂ ਮੈਨੇਜਮੈਂਟਾਂ ਨੇ ਐਡਵਟੋਰੀਅਲ ਛਾਪ ਰਿਹਾ ਇੱਕ ਤੁਸੀਂ ਪੂਰਾ ਪੇਜ ਦੇਖਦੇ ਹੋ ਐਡਵਟੋਰੀਅਲ ਕਿਵੇਂ ਛਾਪਦੇ ਆ ਤੇ ਉੱਪਰ ਮਾੜਾ ਜਿਹਾ ਲਿਖ ਦਿੰਦੇ ਨੇ ਜਿਹੜਾ ਬੰਦੇ ਨੂੰ ਪਤਾ ਵੀ ਨਹੀਂ ਹੈ ਉਹ ਖਬਰਾਂ ਨੇ ਰਿਪੋਰਟਰਾਂ ਦੇ ਨਾਂ ਜੇ ਹਾਲਤ ਇੱਥੋਂ ਤੱਕ ਕਰਤੀ ਹੈ ਮਤਲਬ ਉਦੋਂ ਵੀ ਜ਼ਿਆਦਾ ਕਿ ਅਸੀਂ ਨਹੀਂ ਭੇਜਣਾ ਇਹ ਤੋਂ ਪਹਿਲਾਂ ਸਰਕਾਰਾਂ ਥੋੜਾ ਥੋੜਾ ਕਰਦੀਆਂ ਸੀ ਐਡਵਟੋਰੀਅਲ ਦਿੰਦੀਆਂ ਸੀ ਪਰ ਉਹ ਮਿਹਨਤ ਆਪ ਕਰਾਉਂਦੀ ਸੀ ਆਪਣੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਤੋਂ ਕਿਸੇ ਤੋਂ ਹੁਣ ਤਾਹ ਕਹਿੰਦੀ ਨੇ ਤੁਸੀਂ ਉਹ ਆਪਣਾ ਪੱਤਰਕਾਰ ਲਾਓ ਆਪੀ ਉਹ ਖਬਰਾਂ ਬਣਾਏਗਾ ਆਪੀ ਫੋਟੋਆਂ ਚੁਆਇਸ ਕਰੋਗੇ ਐਡਵਟੋਰੀਅਲ ਲਾਓਗੇ ਤੁਹਾਨੂੰ ਪੈਸੇ ਮਿਲ ਲੰਗੇ ਨਹੀਂ ਲਾਓਗੇ ਤਾਂ ਬਾਕੀ ਐਡ ਵੀ ਬੰਦ ਹੈ ਕੋਈ ਅਖਬਾਰ ਹੈ ਇਸ ਰੀਜਨ ਚ ਛਪਣ ਵਾਲਾ ਜਿਨੇ ਐਡਵਟੋਰੀਅਲ ਨਹੀਂ ਲਾਏ ਜਿਨੇ ਜਵਾਬ ਦੇਤਾ ਹੋਵੇ ਇੱਕ ਵੀ ਕੋਈ ਸਿੰਗਲ ਨਹੀਂ ਸਾਰਿਆਂ ਨੂੰ ਲਾਉਣਾ ਪੈ ਰਿਹਾ ਸਾਰੇ ਲਾ ਰਹੇ ਨੇ ਤੇ ਬਾਕੀ ਦੀਆਂ ਚੀਜ਼ਾਂ ਕਰ ਰਹੇ ਨੇ ਤਾਂ ਮੈਂ ਇਹ ਕਰਾਂ ਵੀ ਇੱਕ ਸਰਕਾਰ ਦਾ ਕੁਐਸਚਨ ਨਹੀਂ ਹੈ ਇਹ ਸਰਕਾਰ ਜਿਸ ਤਰੀਕੇ ਨਾਲ ਕਰ ਰਹੀ ਹੈ ਉਦੋਂ ਵੀ ਖਤਰਨਾਕ ਹੈ ਮਤਲਬ ਚੁੱਪ-ਚੁਪੀਤੇ ਜਿਹੜਾ ਉਸ ਲੈਵਲ ਦੀ ਗੱਲ ਹੈ ਔਰ ਮੈਨੂੰ ਕਿਸੇ ਬੰਦੇ ਨੇ ਇੱਕ ਨੇ ਕਿਹਾ ਕਹਿੰਦਾ ਜੀ ਮੋਦੀ ਇਹਦੇ ਚ ਬਾਦਲ ਤੇ ਮਰਿੰਦਰ ਸਿੰਘ ਚ ਕੀ ਫਰਕ ਹੈ ਮੈਨੂੰ ਪਰਵਾਸਾ ਦੱਸੋ ਸਿੰਪਲ ਕਿਸਾਨ ਹੈ ਮੈਂ ਕਿਹਾ ਮੈਨੂੰ ਕੀ ਪਤਾ ਮੈਂ ਆਪਣੀ ਗੱਲ ਜਿਵੇਂ ਹੁੰਦਾ ਵੀ ਉਹਦੇ ਚ ਆ ਉਹ ਇਹੋ ਜਿਹਾ ਕਹਿੰਦਾ ਐ ਨਹੀਂ ਦੋ ਸ਼ਬਦਾਂ ਚ ਦੱਸੋ ਮੈਂ ਮੈਨੂੰ ਤਾਂ ਨਹੀਂ ਪਤਾ ਤੂੰ ਦੱਸ ਕਹਿੰਦਾ ਬਾਦਲ ਸਰਾਲ ਹੈ ਇਹ ਨੇੜੇ ਸਾਤੀ ਨਾਲ ਲਾ ਕੇ ਸਾਪ ਪਿੰਦਾ ਤੇ ਅਮਰਿੰਦਰ ਫਨੀ ਆਰ ਛਾਪਾ ਉਹ ਡੰਗ ਮਾਰ ਕੇ ਬੰਦੇ ਨੂੰ ਮਾਰਦਾ ਫਰਕ ਇੰਨਾ ਹੀ ਆ ਦੋਨਾਂ ਚ ਫਰਕ ਨਹੀਂ ਹੈ ਹੈ ਨਾ ਉਹ ਬੰਦਿਆਂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਚ ਮੋਦੀ ਚ ਕਰਨਾ ਮੋਦੀ ਦੀ ਦਿਖਾਈ ਦੇ ਰਹੀ ਆ ਉੱਪਰ ਕੇ ਉਹ ਉਹਨਾਂ ਦੇ ਆਰਐਸਐਸ ਬਾਕੀ ਕੈਡਰ ਸਾਰਾ ਦਿਖਾਈ ਦੇ ਰਿਹਾ ਵੀ ਆ ਚੀਜ਼ਾਂ ਕਰ ਰਹੇ ਹੋ ਤੁਸੀਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਉਮੀਦ ਨਹੀਂ ਦੇ ਰਹੀ ਹੈ ਜੀ ਜਿਸ ਤਰੀਕੇ ਦਾ ਉਹ ਕਰਦਾ ਹੈ ਕਈ ਚੈਨਲ ਖੋਲਣਗੇ ਜੇ ਇੱਕ ਨਵਾਂ ਖੁੱਲ ਗਿਆ ਸੈਟਲਾਈਟ ਚੈਨਲ ਕਈਆਂ ਨੂੰ ਅਮਨ ਮੱਤੇ ਪੈਸੇ ਦਿੱਤੇ ਨੇ ਨਵੇਂ ਚੈਨਲ ਖੋਲਣਗੇ ਜਿਹੜੇ ਪ੍ਰੈਕਟੀਕਲੀ ਆਮ ਆਦਮੀ ਪਾਰਟੀ ਦੇ ਚੈਨਲ ਹੋਣਗੇ ਫਿਰ ਉਹਦਾ ਵੀ ਤਾਂ ਜ਼ਰੂਰਤ ਹੈ ਨਾ ਜੇ ਸੁਖਵੀਰ ਬਾਦਲ ਦਾ ਪੀਟੀਸੀ ਹੈਗਾ ਤਾਂ ਆਮ ਆਦਮੀ ਪਾਰਟੀ ਦਾ ਵੀ ਹੋਣਾ ਚਾਹੀਦਾ ਤੇ ਬਾਕੀ ਤਾਂ ਲੋਕਾਂ ਦਾ ਚੈਨਲ ਕਿਹੜਾ ਹੋਏਗਾ ਜਿਹੜਾ ਕਹਿੰਦਾ ਇੰਡੀਪੈਂਡੈਂਟ ਆ ਜਾਂ ਜਿਹੜਾ ਕਹਿੰਦਾ ਵੀ ਮੈਂ ਇਸ ਤਰੀਕੇ ਨਾਲ ਗੱਲ ਕਰੂੰਗਾ ਜਾਂ ਬਾਕੀ ਦੀਆਂ ਚੀਜ਼ਾਂ ਨੇ ਉਹ ਕਿੱਥੇ ਹੋਣਗੇ ਕਿਹੜੇ ਚੈਨਲ ਹੋਣਗੇ ਇਸ ਕਰਕੇ ਓਵਰਆਲ ਜਿਹੜਾ মিডিਆ ਦਾ ਇੱਕ ਕ੍ਰਾਈਸਿਸ ਐਸ ਸਮੇ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਕਿ ਕੰਟਰੋਲ ਜਿਹੜਾ ਉਸ ਪੱਧਰ ਦੇ ਉੱਤੇ ਹੈ ਔਰ ਉਹਦੇ ਕਈ ਰੀਜਨ ਨੇ ਕੁਝ ਲੀਗਲ ਰੀਜਨ ਵੀ ਨੇ ਕੁਝ ਲੋਕਾਂ ਦਾ ਪੱਖ ਵੀ ਹੈ ਉਹਦੇ 'ਚ ਕਾਨੂੰਨੀ ਪੱਖ ਕੀ ਹੈ ਕਾਰਪੋਰੇਟ ਡਿਵੈਲਪਮੈਂਟ ਦੇ ਮਾਡਲ ਨੂੰ ਬੈਸਟ ਵੀ ਫਾਲੋ ਕਰਦਾ ਅਸੀਂ ਵੀ ਕਰਦੇ ਹਾਂ ਮਾਡਲ 'ਚ ਤਾਂ ਕੋਈ ਫਰਕ ਨਹੀਂ ਉੱਥੇ ਵੀ ਕਾਰਪੋਰੇਟ ਓਨਰਸ਼ਿਪ ਹੈ ਤੇ ਸਾਡੇ ਵੀ ਹੈ ਤਾਂ ਫਿਰ ਫਰਕ ਕੀ ਨੇ ਬੱਖ ਬੱਖ ਮਾਵਨੇ ਆ ਜੀ ਇੱਕ ਤਾਂ ਵੱਡਾ ਫਰਕ ਮੈਨੂੰ ਇਹ ਲੱਗਦਾ ਕਿ ਅਸੀਂ ਅਜੇ ਡੈਮੋਕਰੇਸੀ ਦਾ ਜਿਹੜਾ ਕਨਸੈਪਟ ਹੈ ਇਧਰ ਲਈ ਲੜਾਈ ਨਹੀਂ ਸਾਨੂੰ ਅਹਿਸਾਸ ਹੀ ਨਹੀਂ ਡੈਮੋਕਰੇਸੀ ਕੀ ਹੁੰਦੀ ਹੈ ਇੰਡੀਅਨ ਸੈਟਅਪ ਦੇ ਵਿੱਚ ਜਮਹੂਰੀਅਤ ਲਈ ਲੜਾਈ ਕੋਈ ਨਹੀਂ ਹੋਈ ਵੱਡੇ ਪੱਧਰ ਦੇ ਉੱਤੇ ਇਹ ਜਿਹੋ ਜੇ ਅੰਗਰੇਜ਼ ਆਏ ਸੀ ਉਹੀ 1935 ਦਾ ਐਕਟ ਹੈ ਉਸੇ ਲੈਵਲ ਦਾ ਜਿੰਨੀ ਕੁ ਉਹੋ ਆਜ਼ਾਦੀ ਹੌਲੀ ਹੌਲੀ ਚੱਲਦੇ ਚੱਲਦੇ ਟਰਾਂਸਫਰ ਹੋਈ ਉਹ ਸਾਡੇ ਕੋਲ ਹੈਗੀ ਹੈ ਇੱਕ ਸੰਵਿਧਾਨ ਦੇ ਇਤੋਂ ਵੱਡਾ ਨਹੀਂ origignal ਲੜਾਈਆਂ ਨਹੀਂ ਹੋਈਆਂ ਜਿਹੜੇ 400 ਸਾਲ ਯੂਰਪ ਦੇ ਦੇਸ਼ ਆਪਣੇ ਤੱਕ ਢੰਗ ਨਾਲ ਲੜਦੇ ਰਹੇ ਨੇ ਤੇ ਜਦੋਂ ਗਲ ਵੱਡ ਹੋ ਗਿਆ ਸਾਡੇ ਤਾਂ ਕੁਝ ਵੀ ਨਹੀਂ ਹੋਇਆ ਹਜੇ ਉਹਦੇ ਮੁਕਾਬਲੇ ਉਹ ਤਾਂ ਜਿੰਨਾ ਬਲੱਡ ਸੈੱਡ ਉੱਥੇ ਹੋਇਆ ਪਰ ਉਹਨਾਂ ਨੇ ਜਿੰਨਾ ਦਿਮਾਗ ਖਪਾਇਆ ਉਹ ਤੋਂ ਬਾਅਦ ਇੰਸਟੀਚੂਨਟ ਬਿਲਡ ਕੀਤੀਆਂ ਨੇ ਡੈਮੋਕ੍ਰੇਸੀ ਦੇ ਇੰਸਟੀਚੂਨਟ ਦੇ ਮਾਣੇ ਪਤਾ ਸੀ ਜੀਨਾਂ ਨੂੰ ਔਰ ਜਿਹਦੇ ਚ ਵੱਡੀਆਂ-ਵੱਡੀਆਂ ਫਿਰ ਯੂਨੀਵਰਸਟੀਆਂ ਖੜੀਆਂ ਜਿਹਦੇ ਚ ਵੱਡੇ-ਵੱਡੇ ਸਸਥਾਵਾਂ ਖੜੀਆਂ ਤੇ ਇਸੇ ਕਰਕੇ ਟਰੰਪ ਨੂੰ ਇੱਕ ਕਿਸੇ ਇੱਕ ਸ਼ਹਿਰ ਦਾ ਪੁਲਿਸ ਅਫਸਰ ਇਹ ਕਹਿਣ ਦੀ ਹਿੰਮਤ ਰੱਖਦਾ ਹੈ ਕਿ ਜੇ ਚੱਜ ਨਾਲ ਬੋਲਣਾ ਨਹੀਂ ਆਉਂਦਾ ਤਾਂ ਮੂੰਹ ਬੰਦ ਵੀ ਤਾਂ ਰੱਖ ਸਕਦਾ ਹੈ ਸਾਡੇ ਕੰਟਰੀ ਚ ਕੋਈ ਇੰਸਟੀਚਿਊਸ਼ਨ ਕੋਈ ਸੈਟਅਪ ਐਡੇ ਜੋਗੀ ਨਹੀਂ ਹੈ ਸਾਡਾ ਇਲੈਕਸ਼ਨ ਕਮਿਸ਼ਨ ਸਰੰਡਰ ਹੈ ਉੱਥੇ ਜਦੋਂ ਸੁਪਰੀਮ ਕੋਰਟ ਚ ਜੱਜ ਜਾਂਦੇ 6 ਜੱਜਸ ਟਰੰਪ ਨੇ ਲਾਏ ਹੋਏ ਸੀ ਇਹਦੇ باوجود ਕਿਉਂਕਿ ਉੱਥੇ ਤਾਂ ਨਾਮਿਨੇਟ ਆਏ ਹੁੰਦੇ ਨੇ ਮੇਰੀ ਪਾਰਟੀ ਦਾ ਜੱਜ ਮੇਰੀ ਪਾਰਟੀ ਦਾ ਐਡੀ ਐਡਾ ਦਾਵਾ ਵੀ ਨਹੀਂ ਹੈ ਕਿ ਇੰਡੀਪੈਂਡੈਂਟ ਜੁਡੀਸ਼ਰੀ ਐਸ ਪੱਧਰ ਦੀ ਗੱਲ ਹੈ ਉਹਨਾਂ ਨੇ ਵੀ ਉਹਦੇ ਖਿਲਾਫ ਉਹ ਗੱਲ ਕੀਤੀ ਵੀ ਤੂੰ ਹਾਰ ਗਿਆ ਤੇ ਹਾਰ ਗਿਆ ਹੁਣ ਤੂੰ ਹਾਰਤਾ ਤੈਨੂੰ ਮੰਨਣੀ ਪਏਗੀ ਤੇ ਇਸੇ ਕਰਕੇ ਜਿਹੜਾ FBI ਦੇ ਚੀਫ ਦੇ ਕੰਨ 'ਚ ਜਦੋਂ ਰਾਸ਼ਟਰਪਤੀ ਖੜਕੇ ਕੋਈ ਗੱਲ ਕਰਦਾ ਹੈ ਕਹਿਣ ਦੀ ਕੋਸ਼ਿਸ਼ ਕਰਦਾ ਹੈ ਉਹ ਉੱਥੋਂ ਦੀ ਕਾਂਗਰਸ ਨੂੰ ਲਿਖ ਦਿੰਦਾ ਹੈ FBI ਦਾ ਚੀਫ ਕਿ ਪ੍ਰੈਜ਼ੀਡੈਂਟ ਮੈਨੂੰ ਪ੍ਰਭਾਵਿਤ ਕਰਨ ਦੀ ਟਰਾਈ ਕਰ ਰਿਹਾ ਦਸੋ ਉਹਦੀ ਪੇਸੀ ਪੈ ਜਾਂਦੀ ਹੈ ਉਹ ਇੰਸਟੀਚੂਸ਼ਨ ਜਿਹਨੇ ਸਾਡੇ ਸੁਪਰੀਮ ਕੋਰਟ ਸਾਡਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸਾਡੇ ਜਿੰਨੇ ਵੀ ਇੰਸਟੀਚੂਸ਼ਨ ਹੈਗੇ ਨੇ ਡੈਮੋਕਰੈਟਿਕ ਇੰਸਟੀਚੂਸ਼ਨ ਜ ਉਹ ਨਤਮਸਤਕ ਨੇ ਮੋਦੀ ਦੇ ਪੈਰਾਂ ਦੇ ਵਿੱਚ ਡਟੌਂਟ ਕਰ ਰਹੇ ਨੇ ਸੰਸਥਾ ਕੋਈ ਖੜੀ ਨਹੀਂ ਆ ਜਿਹੜੀ ਖੜ ਕੇ ਕਹੇ ਕਿ ਮੇਰਾ ਇਹ ਧਾਰਾ ਅੱਜ ਕੱਲ ਲੜਾਈ ਚੱਲ ਰਹੀ ਆ ਕਾਲਜੀਅਮ ਨੂੰ ਲੈ ਕੇ ਸੁਪਰੀਮ ਕੋਰਟ ਤੇ ਇੱਕ ਕਾਨੂੰਨ ਮੰਤਰੀ ਆ ਉਹਦੀ ਜ਼ੁਬਾਨ ਨਹੀਂ ਬੰਦ ਹੋ ਸਕਦੀ ਬੰਦ ਕਰਾ ਕੇ ਦਿਖਾਓ ਕੋਈ ਨਹੀਂ ਹੋ ਰੇ ਦਿੱਲੀ ਉਹ ਅਟੈਕ ਕਰ ਰਿਹਾ ਸੁਪਰੀਮ ਕੋਰਟ ਤੇ ਕਿ ਤੁਸੀਂ ਐ ਕਿਉਂ ਕਰ ਰਹੇ ਹੋ ਐ ਕਿਉਂ ਕਰ ਰਹੇ ਮੈਂ ਟਾਈਮ ਹੀ ਕਰਦਾ ਇੱਕ ਦੇਸ਼ ਦੇ ਸੰਵਿਧਾਨਕ ਉਹਦੇ ਤੇ ਬੈਠਾ ਹੋਇਆ ਬੰਦਾ ਹੈ ਜਿਹੜਾ ਅੱਜ ਕੱਲ ਪਹਿਲਾਂ ਗਵਰਨ ਬੰਗਾਲ ਦੇ ਵਿੱਚ ਲੜਾਈ ਲੜ ਕੇ ਆਇਆ ਪੋਲਿਟਿਕਲ ਉੱਥੋਂ ਦੀ ਇਲੈਕਟਡ ਸਰਕਾਰ ਨਾਲ ਤੇ ਅੱਜ ਕੱਲ ਵਾਈਸ ਪ੍ਰੈਜ਼ੀਡੈਂਟ ਉਹ ਜਵਾਬ ਦਿੰਦਾ ਪਾਰਲੀਮੈਂਟ 'ਚ ਸਰਕਾਰ ਦੇ ਬਿਹਾਬ ਤੇ ਉਹ ਇਹ ਇਹ ਕਹਿ ਕੇ ਜਾਂਦਾ ਹੈ ਕਿ ਜਿਹੜੀ ਬੇਸਿਕ ਜੱਜਮੈਂਟ ਹੈ 13 ਜੱਜਾਂ ਦੇ ਬੈਂਟ ਦੀ ਕਿ ਸੰਵਿਧਾਨ ਦੀ ਬੁਨਿਆਦ ਨਹੀਂ ਹਿੱਲ ਸਕਦੀ ਉਹ ਕਹਿੰਦਾ ਸਭ ਤੋਂ ਵੱਧ ਬਲੰਡਰ ਹੈ ਇਹਨੂੰ ਵੀ ਠੀਕ ਕਰਨਾ ਚਾਹੀਦਾ ਇਹਨੂੰ ਬਦਲਣਾ ਚਾਹੀਦਾ ਕੋਈ ਉਹਦੇ ਖਿਲਾਫ ਕੋਈ ਗੱਲ ਨਹੀਂ ਕੋਈ ਬਿਆਨ ਨਹੀਂ ਕੋਈ ਰੌੜਾ ਨਹੀਂ ਕੋਈ ਗੁੱਸਾ ਨਹੀਂ ਇਹ ਇੰਸਟੀਚੂਨ ਜਮੇ ਇੰਸਟੀਚੂਨ ਤੋਂ ਬਿਨਾ ਕੋਈ ਚੀਜ਼ਾਂ ਨਹੀਂ ਖੜੀਆਂ ਰਹਿ ਸਕਦੀਆਂ ਕਿ ਆਹ ਜੇ ਪਿੱਲਰ ਵੱਡੇ ਨਾ ਹੋਣ ਤਾਂ ਪਿੱਲਰ ਤੇ ਸੱਤ ਨਹੀਂ ਟਿਕਦੀ ਜੇਕਰ ਇਹ ਮਜ਼ਬੂਤ ਨਾ ਹੋਣ ਡੈਮੋਕਰੇਟ ਜਾਂ ਜਿਹੜਾ ਜਿਹੜੀ ਪਾਰਲੀਮੈਂਟਰੀ ਡੈਮੋਕਰੇਸੀ ਜਾਂ ਜਿਹੋ ਜਿਹੀਆਂ ਵੀ ਸਰਕਾਰਾਂ ਨੇ ਜੇ ਪਿੱਲਰ ਨਹੀਂ ਹੈ ਤਾਂ ਨਹੀਂ ਚੱਲਦਾ ਔਰ ਇਸੇ ਕਰਕੇ ਜਿਹੜਾ ਵੈਸਟਰਨ ਵਰਲਡ ਦੇ ਵਿੱਚ ਸਾਡੇ ਬੱਚੇ ਭੱਜੇ ਜਾ ਰਹੇ ਨੇ ਜਾਂ ਬਾਕੀ ਦੇ ਲੋਕ ਜਾ ਰਹੇ ਨੇ ਉਹ ਕਹਿੰਦੇ ਨੇ ਕੋਈ ਰੂਲ ਆਫ ਲਾਤਾ ਹੈ ਨਾ ਮਾੜਾ ਮੋਟਾ ਹਰ ਬੰਦਾ ਸਾਡੀ ਜ਼ਿੰਦਗੀ ਚ ਤੱਕ ਦਖਲ ਤਾ ਨਹੀਂ ਦਿੰਦਾ ਹਰ ਕੋਈ ਗੱਲ ਇਹੋ ਜੀ ਤਾਂ ਨਹੀਂ ਹੁੰਦੀ ਇਹ ਵੀ ਤਾਂ ਇੱਕ ਰੀਜਨ ਹੈ ਨਾ ਬਹੁਤ ਬੜਾ ਤਾਂ ਲਾ ਇੰਪਲੀਮੈਂਟ ਕਿਵੇਂ ਹੋਣਾ ਉਹ ਹੁੰਦਾ ਉਥੋਂ ਦੀ ਇੰਸਟੀਚੂਸ਼ਨ ਜਿਹਦੇ ਥਰੂ ਕੋਈ ਹਿਊਮਨ ਰਾਈਟਸ ਗਰੁੱਪ ਬਣਿਆ ਕੋਈ ਕਮਿਸ਼ਨ ਬਣਿਆ ਕੋਈ ਕਿਸੇ ਇਥੇ ਤਾਂ ਪੁੱਛਦਾ ਹੀ ਨਹੀਂ ਕੋਈ ਕਸ਼ਮੀਰ ਤਬਾਹ ਕਰਤਾ ਟੋਟਲੀ 5 ਅਗਸਤ 2019 ਤੋਂ ਬਾਅਦ ਜਿਹੜੇ ਦੇਸ਼ ਦੇ ਵਿੱਚ ਕੋਰਟ ਹੈਬਿਸ ਕੋਰਪਸ ਸੁਣਨਾ ਬੰਦ ਕਰਦੇ ਜਿੱਥੇ ਜ਼ਿੰਦਗੀ ਨੂੰ ਹੈ ਜਿੱਥੇ ਐਮਰਜੈਂਸੀ ਕਲॉज ਹੈ ਕਿ ਹੁਣੇ ਬੰਦੇ ਦੀ ਜਾਨ ਜਾਣੀ ਹੈ ਤੇ ਜੇ ਕੋਰਟ ਸੁਣੂ ਕੋਈ ਬਰਾਂਟ ਅਫਸਰ ਭੇਜੂ ਬੰਦਾ ਕਿੱਥੇ ਹੈ ਤੇ 3 ਸਾਲ ਤੋਂ ਕੋਈ ਕੋਰਟ ਨਾ ਸੁਣੇ ਲੋਕ ਵੀ ਚੁੱਪ ਹੋਣ ਤੇ ਕਿਹੜੀ ਡੈਮੋਕ੍ਰੇਸੀ ਤੇ ਕਿਹੜੀ ਆਜ਼ਾਦ ਮੀਡੀਆ ਤੇ ਕਿਹੜਾ ਸਿਸਟਮ ਉੱਥੇ ਡਿਵੈਲਪ ਹੋਣਾ ਹੈ ਮਤਲਬ ਉਹ ਸਾਰੇ ਲੋਕਾਂ ਨੂੰ ਵੀ ਅੰਦਰ ਛਾਤੀ ਮਾਰਨ ਦੀ ਲੋੜ ਹੈ ਤੇ ਬਾਕੀ ਜਗਾ ਵੀ ਹੈ ਤੇ ਕਸ਼ਮੀਰੀ ਤਾਂ ਟਾਪੂ ਦੀ ਤਰ੍ਹਾਂ ਬਾਹਰ ਕੱਢਦੇ ਨਾ ਵੀ ਚਲੋ ਤੁਸੀਂ ਤਾਂ ਅਲੱਗ ਹੋ ਯਾਰ ਤੁਹਾਡਾ ਤਾਂ ਜੋ ਮਰਜੀ ਹੈ ਚੱਲਦਾ ਰਹੇ ਐਨੀ ਗੱਲ ਨਹੀਂ ਹੋ ਰਹੀ ਕਿਤੇ ਕਿਤੇ ਸੈਮੀਨਾਰਾ ਚ ਹੋ ਜਾਂਦੀ ਹੈ ਕਿਤੇ ਬਾਕੀ ਹੋ ਜਾਂਦੇ ਪਰ ਉਹ ਗੱਲ ਨਹੀਂ ਜਦੋਂ ਜਾਰਜ ਫਲਾਈਡ ਇੱਕ ਕਾਲੇ ਤੇ ਕਰਦਰ ਤੇ ਗੋਡਾ ਰੱਖ ਕੇ ਮਾਰ ਦਿੱਤਾ ਜਾਂਦਾ 100 ਤੋਂ ਵੱਧ ਕਾਨੂੰਨ ਬਦਲੇ ਨੇ ਯਾਰਪ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਵੀ ਉਸ ਤੋਂ ਬਾਅਦ ਕਿ ਇਹ ਹਰਕਤ ਨਹੀਂ ਹੋ ਸਕਦੇ ਬਖ ਬਖ ਸਟੇਟਾਂ ਦੇ ਵਿੱਚ 100 ਤੋਂ ਜ਼ਿਆਦਾ ਕਾਨੂੰਨਾਂ 'ਚ ਤਬਦੀਲੀ ਹੋਈ ਹੈ ਉਸ ਮਾਮਲੇ ਦੇ ਵਿੱਚ ਤੇ ਅਸੀਂ ਸਾਡੇ ਕੁਝ ਨਹੀਂ ਹੈ ਜਿਹਨੂੰ ਮਰਜ਼ੀ ਮਾਰਦੇ ਨੇ ਜੋ ਮਰਜ਼ੀ ਕਰਦੇ ਨੇ ਉਸੇ ਤਰੀਕੇ ਦੇ ਨਾਲ ਜਿਹੜਾ ਇੱਕ ਮਾਹੌਲ ਚੱਲਦਾ ਕਿਉਂਕਿ ਮੀਡੀਆ ਆਈਸੋਲੇਸ਼ਨ 'ਚ ਆ ਜਾ ਨਹੀਂ ਹੋ ਸਕਦਾ ਮੀਡੀਆ ਡਿਪੈਂਡੈਂਟ ਹੈ ਓਨਰਸ਼ਿਪ ਤੇ ਮੀਡੀਆ ਡਿਪੈਂਡੈਂਟ ਹੈ ਇੰਸਟੀਚੂਨ ਕਲਚਰ ਤੇ ਮੀਡੀਆ ਡਿਪੈਂਡੈਂਟ ਹੈ ਬਾਕੀ ਜੇ ਇੱਕ ਚੀਜ਼ ਤੋਂ ਉਮੀਦ ਹੋਏਗੀ ਕਿ ਇਹ ਇਕੱਲਾ ਇੱਕ ਨਖਲਸਤਾਨ ਸਿਰਜ ਦੇਗਾ ਇਸ ਤਰੀਕੇ ਨਾਲ ਛਾਏ ਦੇ ਗੱਲ ਬਣ ਜੇ ਉਹ ਨਹੀਂ ਬਣਦੀ ਪਰ ਅੱਜ ਵੀ ਜਿਹੜਾ ਇਹ ਮਾਹੌਲ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਹੁਣ ਉਹਦੇ ਵਾਸਤੇ ਜਿੰਨੀ ਕੁ ਮਾੜੀ ਮੋਟੀ ਡੈਮੋਕਰੇਸੀ ਪਹਿਲਾਂ ਲੋਕਾਂ ਨੂੰ ਸੀ ਕਦੇ ਕਿਸੇ ਨੇ ਸੋਚਿਆ ਸੀ ਵੈਸੇ ਖਾਸ ਤੌਰ ਤੇ ਜਿਹੜੇ ਲੈਫਟ ਨਾਲ ਸੰਬੰਧਿਤ ਸਾਰੇ ਦੋਸਤ ਜ਼ਿਆਦਾਤਰ ਰੈਸਮੈਸ ਸੋਸਾਇਟੀ ਚ ਉਹੀ ਹੈ ਸਾਰੇ ਬੰਦੇ ਰਲ ਮਿਲ ਕੇ ਜਿਹੜੇ ਕਿਤੇ ਨਾ ਕਿਤੇ ਉਹ ਤਾਂ ਇਹ ਸੀ ਵੀ ਇਹ ਸੰਵਿਧਾਨ ਤਾਂ ਬੁਰਜੂਆ ਸੰਵਿਧਾਨ ਹੈ ਗਲਤ ਹੈ ਇਹਦਾ ਤਾਂ ਕੋਈ ਮਤਲਬ ਨਹੀਂ ਹੈ ਆਪਾਂ ਤਾਂ ਇਨਕਲਾਬਨਾਮਾ ਹੈ ਉਹਦੇ ਲਈ ਉਹ ਲੜਾਈ ਲੜਨੀ ਪੈਗੀ ਵੀ ਜਿੰਨਾ ਕੁ ਹੈਗਾ ਉਹਨਾਂ 'ਕਿ ਤਾਂ ਬਚਾਓ ਤੁਸੀਂ ਤਾਂ ਇਹਨੂੰ ਵੀ ਜਮ੍ਹਾਂ ਖਤਮ ਕਰ ਰਹੇ ਹੋ ਜਿਹੜਾ ਮਾੜਾ ਮੋਟਾ ਪ੍ਰੋਟੈਕਸ਼ਨ ਸੀ ਕੋਈ ਫੰਡਾਮੈਂਟਲ ਰਾਈਟਸ ਸੀ ਕੋਈ ਫਲਾਨਾ ਇੱਕ ਸੰਵਿਧਾਨ ਬਚਾਓ ਮੋਰਚੇ ਵੱਢਣਗੇ ਦੇਸ਼ ਦੇ ਵਿੱਚ ਜਿੱਥੇ ਲੈਫਟ ਦੀਆਂ ਵੀ ਜਥੇਬੰਦੀਆਂ ਹੋਣਗੀਆਂ ਬਾਕੀ ਵੀ ਹੋਣਗੇ 75 ਸਾਲਾਂ ਚ ਅਸੀਂ ਇਹ ਕੀਤਾ ਇੱਥੇ ਪਹੁੰਚਿਆ ਕਿ ਉਸੇ ਸੰਵਿਧਾਨ ਨੂੰ ਬਚਾਉਣ ਲਈ ਵੀ ਜਦੋਂ ਜਹਿਦ ਹੋਏਗੀ ਜਿਹੜੇ ਸੰਵਿਧਾਨ ਨੂੰ ਬਿਲਕੁਲ ਐਸੀਬੀਏ ਕੀ ਹੈ ਇਹਦਾ ਤਾਂ ਕੋਈ ਮਤਲਬ ਨਹੀਂ ਹੈ ਔਰ ਇਸੇ ਕਰਕੇ ਇਹ ਹੈ ਕਿ ਉਦੋਂ ਬਾਅਦ ਜਦੋਂ ਫਿਰ ਕੋਈ ਚੀਜ਼ ਹੁੰਦੀ ਹੈ ਕਿ ਨੈਰੇਟਿਵ ਸਿਰ ਜਾ ਜਾਂਦਾ ਹੈ ਨੈਰੇਟਿਵ ਟੋਟਲੀ ਉਹਨਾਂ ਦੇ ਹੱਥ ਵਿੱਚ ਚਲਾ ਗਿਆ ਉਹਦਾ ਰੀਜਨ ਹੈ ਕਿ ਜਿੰਨੇ ਵੀ ਪ੍ਰਚਾਰ ਦੇ ਤੰਤਰ ਨੇ ਉਹਦੀ ਓਨਰਸ਼ਿਪ ਦਾ ਪੀਐਸਆਈ ਨਾਤ ਬੜੀ ਵਾਰ ਬੋਲਦਾ ਤੇ ਕਿਹਾ ਵੀ ਪਿਛਲੇ ਦਿਨਾਂ ਚ ਇਹਨਾਂ ਨੇ ਇੱਕ ਕਮਿਸ਼ਨ ਬਣਾਇਆ ਸੀ ਕਮੇਟੀ ਬਣਾਈ ਸੀ ਮੋਨਿਟਰਿੰਗ ਕਮੇਟੀ ਮੋਨਿਟਰਿੰਗ ਕਮੇਟੀ ਕਾਹਦੇ ਤੇ ਸੀ ਤਿੰਨ ਰਿਪੋਰਟਾਂ ਆਈਆਂ ਸੀ ਉਹਨਾਂ ਦਿਨਾਂ ਦੇ ਵਿੱਚ ਇੱਕ ਰਿਪੋਰਟ ਤਾਂ ਇਹ ਆਈ ਸੀ ਜਿਹੜੀ ਉਹ ਸੀ ਕਿ ਭਾਰਤ ਹੁਣ ਅਰਧ ਆਜ਼ਾਦ ਦੇਸ਼ ਹੋ ਗਿਆ ਇਹ ਆਜ਼ਾਦ ਦੇਸ਼ਾਂ ਦੀ ਕੈਟਾਗਰੀ ਦੇ ਵਿੱਚ ਨਹੀਂ ਹੈ ਤੇ ਦੂਜੀ ਰਿਪੋਰਟ IC ਕੇ ਹੁਣ ਇਹ ਇਲੈਕਟਰਲੀ ਵੀ ਮਤਲਬ ਇੰਡੀਪੈਂਡੈਂਟ ਇਲੈਕਟਰਲ ਕੰਟਰੀ ਨਹੀਂ ਹੈ ਕਿ ਉੱਥੇ ਵੋਟਾਂ ਵੀ ਠੀਕ ਢੰਗ ਨਾਲ ਪੈਂਦੀਆਂ ਨੇ ਉਹ ਉੱਥੇ ਵੀ ਅਥੋਰਿਟੇਟਿਵ ਇਲੈਕਟ੍ਰੋਨਿਕ ਮਤਲਬ ਇਲੈਕਟਰਲ ਇਲੈਕਟ੍ਰੋਨਿਕ ਸਿਸਟਮ ਦੇ ਵਿੱਚ ਜਿਹੜੀਆਂ ਇਲੈਕਟਰਲ ਸਿਸਟਮ ਦੇ ਵਿੱਚ VOTING ਆ ਉਵੇਂ ਹੁੰਦੀ ਹੈ ਉਹ IC ਤੇ ਤੀਜੀ ਰਿਪੋਰਟ ਪੈਗਾਸਸ ਦੀ IC ਜਿੱਥੇ ਉਹ ਦੋ ਲੈਬਾਰਟਰੀਆਂ ਦੇ ਵਿੱਚ ਇਹ ਹੋ ਗਿਆ ਕਿ ਰੋਨਾ ਬਿਲਸਨ ਦੇ ਕੰਪਿਊਟਰ ਦੇ ਵਿੱਚ ਇੰਜੈਕਟ ਕੀਤੀ ਗਈ ਇਹ ਕਮੇਲ ਉਹਨੇ ਦੇਖੀ ਬਣੀ ਤੇ ਦੇਖ ਉਸੇ ਦੇ ਅੰਦਰੋਂ ਹੀ ਦੂਜਿਆਂ ਨੂੰ ਕਰਤੀ ਜਿਨ੍ਹਾਂ ਨੇ ਕਿਹਾ ਵੀ ਪ੍ਰਾਈਮ ਮਿੰისტਰ ਨੂੰ ਮਾਰਨ ਦੀ ਸਾਜ਼ਿਸ਼ ਹੈ ਜਿਹਦੇ ਤਹਿਤ ਉਹ ਸਾਰੇ 16 ਬੰਦੇ ਬੰਦ ਨੇ ਇੱਕ ਤਾਂ ਚੜ੍ਹਾਈ ਕਰਕੇ ਵਿਚਾਰੇ ਸਟੇਨ ਸਵਾਮੀ ਤਾਂ ਤੇ ਜਿਨ੍ਹਾਂ ਦੀ ਅੱਜ ਤੱਕ ਜ਼ਮਾਨਤ ਨਹੀਂ ਹੋ ਰਹੀ ਤੇ ਉਹ ਜਿਹੜੀ ਹੈਕਿੰਗ ਦਾ ਪ੍ਰਣਾਲੀ ਹੈ ਇੱਕ ਵਰਲਡ ਦੀ ਨੋਨ ਲੈਬਾਰਟਰੀ ਤੁਹਾਨੂੰ ਇਹ ਕਹਿ ਰਹੀ ਹੈ ਕਿ ਆਏ ਭਾਈ ਉਹਦੀ ਹਕੀਕਤ ਕੋਈ ਕੋਟ ਨਹੀਂ ਬਣ ਰਿਆ ਕਿਤੇ ਡਿਮਾਂਡ ਨਹੀਂ ਹੋ ਰਹੀ ਕੋਈ ਇਹ ਵੀ ਕਹਿ ਰਿਹਾ ਵੀ ਇਹਨੂੰ ਮੰਨ ਲਓ ਭਾਈ ਇਹ ਇੱਕ ਤਰੀਕਾ ਕੀ ਆ ਤੁਹਾਡਾ ਜੜ ਹਸਾ ਉਹਨਾਂ ਲਈ ਮੋਨਿਟਰਿੰਗ ਕਮੇਟੀ ਕਿਹੜੀ ਬਣਾਈ ਮੋਨਿਟਰਿੰਗ ਕਮੇਟੀ ਬਣਾਈ ਕਿ ਵੈਸਟ ਦੀਆਂ ਜਿਹੜੀਆਂ ਲੈਬੋਟਰੀਆਂ ਲੈਬੂਟਰੀਆਂ ਨੇ ਸਾਡੇ ਦੇਸ਼ ਤੋਂ ਖਿੱਚਦੀਆਂ ਨੇ ਕਿ ਤਰੱਕੀ ਬਹੁਤ ਕਰ ਗਿਆ ਉਹਨਾਂ ਦੀ ਸਾਜਿਸ਼ ਕੀ ਹੈ ਇਹ ਸਾਜਿਸ਼ ਨੂੰ ਪਰਖਣ ਲਈ ਇੱਕ ਕਮੇਟੀ ਬਾਨੀ ਉਹਦੇ ਚਾਹ ਸੀ ਵੀ ਦੋ ਪੱਤਰਕਾਰ ਵੀ ਪਾ ਲੋ ਚਲੋ ਬਾਕੀ ਤਾਂ ਸਾਰੇ ਅਫਸਰ ਨੇ ਪੱਤਰਕਾਰਾਂ ਚੋਂ ਇੱਕ ਪੀਸ ਆਈ ਨਾਥ ਵੀ ਆ ਤੇ ਇੱਕ ਹੋਰ ਉਹ ਦੂਜਾ ਸੱਜਣ ਤਾਂ ਕਦੇ ਗਿਆ ਹੀ ਨਹੀਂ ਮੀਟਿੰਗ ਚ ਤੇ ਜਿਹੜੀ ਉਹ ਰਿਪੋਰਟ ਬਣਦੀ ਹੈ ਰਿਪੋਰਟ ਬਣਨ ਦੇ ਵਿੱਚ ਵੀ ਜਿਹੜੀ ਉਹਨੇ ਡਿਸੈਂਟਿਕ ਨੋਟ ਦਿੱਤਾ ਇੱਕੋ ਹੀ ਬੰਦਾ ਮੀਟਿੰਗ ਚ ਬੋਲਦਾ ਰਿਹਾ ਹੋਰ ਕੋਈ ਬੋਲਿਆ ਵੀ ਨਹੀਂ ਕਦੇ ਉਹਦਾ ਡਿਸੈਂਟਿਕ ਨੋਟ ਹੈ ਜਿਹੜਾ ਟੋਟਲੀ ਉਹ ਰਿਪੋਰਟ ਦਾ ਹਿੱਸਾ ਹੀ ਨਹੀਂ ਹੈ ਕਾਢੀ ਦਿੱਤਾ ਰਿਪੋਰਟ ਚ ਹੀ ਨਹੀਂ ਪਾਇਆ ਵੀ ਇਹ ਕੀ ਕਹਿੰਦਾ ਚਲੋ ਛੱਡੋ ਆਪਾਂ ਡੈਮੋਕ੍ਰੇਸੀ ਦਾ ਬੁਨਿਆਦੀ ਊਸੂਲ ਕੀ ਹੈ ਇਹੀ ਹੈ ਨਾ ਇੱਕ ਨਹੀਂ ਮੰਨਣਾ ਨਾ ਮੰਨੋ ਬਾਕੀ ਕਮੇਟੀ ਤੁਹਾਡੀ ਜੋ ਮਰਜ਼ੀ ਕਰੇ ਉਹ ਬੰਦਾ ਜੋ ਕਹਿੰਦਾ ਉਹ ਤਾਂ ਰਿਪੋਰਟ ਚ ਪਾ ਦੋ ਕਿ ਇੱਕ ਬੰਦੇ ਨੇ ਐਵੇਂ ਵੀ ਕਿਹਾ ਜਾ ਚੀਜ਼ਾਂ ਨੇ ਆ ਚੀਜ਼ਾਂ ਸਾਰੀਆਂ ਖਸ ਹੋ ਸਕਦੇ ਉਹ ਡਿਸੈਂਟਿੰਗ ਨੋਟ ਹੀ ਨਹੀਂ ਹੈ ਮੁੜ ਕੇ ਰਿਪੋਰਟ ਕਿਸੇ ਨੂੰ ਪੇਸ਼ ਹੀ ਨਹੀਂ ਹੋਈ ਰਿਪੋਰਟ ਬੰਦ ਹੀ ਹੋਊਗੀ ਮੋਨੀਟਰਿੰਗ ਕਮੇਟੀ ਠੱਪ ਹੋਗੀ ਬਣ ਕੇ ਤੇ ਪਾਰਲੀਮੈਂਟ ਚ ਕੋਈ ਰੌਲਾ ਨਹੀਂ ਉਸ ਗੱਲ ਤੇ ਬਾਕੀ ਕਿਤੇ ਕੋਈ ਰੌਲਾ ਨਹੀਂ ਕਿਉਂਕਿ ਜਿਹੜਾ ਮੇਨਸਟ੍ਰੀਮ ਸੈਟਅਪ ਹੈ ਕੁਝ ਗੱਲਾਂ ਤੇ ਤਾਂ ਉਹ ਸਹਿਮਤੀ ਹੈ ਅਸਲ 'ਚ ਓਵਰਆਲ ਜਿਹੜੀਆਂ ਥੋੜੀਆਂ ਜਿਹੀਆਂ origignal ਟਾਈਪ ਦੀਆਂ ਰਿਪੋਰਟਾਂ ਜਿਹੜੀਆਂ ਇਹ ਖੜਦੀਆਂ ਨੇ ਕਿ ਆ ਬੇਸਿਕ ਗੱਲਾਂ ਨੇ ਉੱਥੇ ਤਾਂ ਜਿਵੇਂ ਕਸ਼ਮੀਰ ਤੇ ਸਾਰਾ ਮੇਨਸਟ੍ਰੀਮ ਜਿੰਨੀਆਂ ਵੀ ਪਾਰਲੀਮੈਂਟ ਤੇ ਬੰਦੇ ਹੈਗੇ ਨੇ ਉਹ ਆਲਮੋਸਟ ਸਹਿਮਤ ਵਰਗੇ ਨੇ ਵੀ ਨਹੀਂ ਇਹਦੇ ਤੇ ਨਹੀਂ ਬੋਲਣਾ ਕਾਂਗਰਸ ਬਾੜੀ ਜੀ ਬੋਲਣ ਵਿੱਚੋਂ ਲੱਗੀ ਸੀ ਉਹ ਟੁੱਟ ਗਈ ਟੁੱਟ ਰਹੀ ਸੀ ਉਹਨੇ ਕੁਝ ਨਹੀਂ ਕਿਹਾ ਰਾਹੁਲ ਗਾਂਧੀ ਨੂੰ ਵੀ ਕਿਹਾ ਉੱਥੇ ਕਈ ਸਵਾਲ ਹੋਏ ਉਹ ਕਹਿੰਦਾ ਹਮਾਰੇ ਰੈਗੂਲੇਸ਼ਨ ਮੈਂ ਲਿਖਿਆ ਵੀ ਜੇ ਜੋ ਰੈਗੂਲੇਸ਼ਨ ਚ ਲਿਖਿਆ ਹੁ ਦਸਣ ਦੀ ਹਿੰਮਤ ਨਹੀਂ ਹੈ ਕਿਸੇ ਚ ਵੀ ਓਵਰਆਲ ਜਿਹੜੀਆਂ ਚੀਜ਼ਾਂ ਨੇ ਤੇ ਅਨ ਡੈਮੋਕਰੈਟਿਕ ਪਾਰਟੀ ਸਿਸਟਮ ਸਾਡੇ ਕਿਵੇਂ ਹੈ ਇਹ ਇਕੱਲਾ ਕੁਐਸਚਨ ਨਹੀਂ ਹੈ 115 ਬਾਰ ਗਵਰਨਰ ਰੂਲ ਲੱਗਿਆ ਇਲੈਕਟਡ ਗਵਰਨਮੈਂਟਾਂ ਤੋੜੀਆਂ ਸਭ ਤੋਂ ਜ਼ਿਆਦਾ ਕਾਂਗਰਸ ਸੀ ਕਾਂਗਰਸ ਨੇ ਤੋੜੀਆਂ ਜਨਤਾ ਪਾਰਟੀ ਦੀ ਸਰਕਾਰ ਬਣ ਗਈ ਜੀ ਸਾਰੇ ਸੀ ਬਾਕੀ ਵੀ ਵਿੱਚ ਸੋਸ਼ਲਿਸਟ ਵੀ ਸੀ ਜਨ ਸੰਘ ਵੀ ਸੀ ਆਉਂਦੇ ਹੀ 12 ਸਰਕਾਰਾਂ ਉਹਨੇ ਤੋੜਤੀਆਂ ਅਪਰੋਚ ਦਾ ਫਰਕ ਆਈਡੀਆਜ ਦਾ ਡਾਇਰੈਕਸ਼ਨ ਦਾ ਕੋਈ ਬੇਸਿਕ ਫਰਕ ਨਹੀਂ ਹੈ ਉਹੀ ਅਨ ਡੈਮੋਕਰੇਟਿਕ ਉਸ ਸੈਟਅਪ ਦੇ ਵਿੱਚ ਕਿਸੇ ਨੇ ਇਹਦੇ ਤੇ ਗਾ ਨਹੀਂ ਪਾਇਆ ਕਿ ਡੈਮੋਕਰੇਸੀ ਦਾ ਵੀ ਸਵਾਲ ਹੈ ਜਾਂ ਬਾਕੀ ਦੇ ਸਵਾਲ ਵੀ ਨੇ ਜਿਹੜੇ ਉਹਦੇ ਚ ਚਿਤਮ ਰਹੇ ਨੇ ਬਾਕੀ ਦੀਆਂ ਗੱਲਾਂ ਇਸੇ ਕਰਕੇ ਇਹ ਜਿਹੜਾ ਇੱਕ ਉਹ ਪੀਐਸਆਈ ਮਾਤੇ ਕਹਿੰਦਾ মিডিਆ ਓਨ ਤੇ ਪੱਤਰਕਾਰ ਇਹ ਦੋ ਅਲੱਗ ਚੀਜ਼ਾਂ ਨੇ মিডিਆ ਦਾ ਮਤਲਬ ਹੈ ਓਨਰਸ਼ਿਪ ਪੱਤਰਕਾਰ ਦਾ ਮਤਲਬ ਉਹ ਚ ਕੰਮ ਕਰਨ ਵਾਲਾ ਇੱਕ ਕਰਿੰਦਾ ਬੰਦਾ ਜੋ ਵੀ ਉਹਦੇ ਚ ਕੰਮ ਕਰਦਾ ਅਜੇ ਵੀ ਦੇਸ਼ ਚ ਬਹੁਤ ਬੰਦੇ ਨੇ ਜਿਹੜੇ ਪੱਤਰਕਾਰੀ ਦਾ ਕਰਨਾ ਚਾਹੁੰਦੇ ਨੇ ਪਰ ਓਨਰ ਨਹੀਂ ਨਾ ਹੈ ਬਹੁਤ ਬੰਦੇ ਮਿਹਨਤ ਕਰਕੇ ਰਿਪੋਰਟ ਲੈ ਜੋ ਜੇ ਕਿਸੇ ਨੇ ਛਾਪਣੀ ਨਹੀਂ ਔਰ ਰਿਪੋਰਟ ਕਰਕੇ ਇੱਥੇ ਦੇਜੋ ਜੇ ਕਿਸੇ ਨੇ ਚਲਾਉਣੀ ਨਹੀਂ ਕਿਸੇ ਟੀਵੀ ਚੈਨਲ ਤੇ ਉਹ ਕੀ ਕਰੂਗਾ ਉਹ ਦਮਾਰਲੇ ਜੀ ਵੀ ਉਹ ਜੋ ਲੋਕ ਲੜਦੇ ਨੇ ਉਹ ਪੱਤਰਕਾਰ ਨਾਲ ਵੀ ਤੈਨੂੰ ਖਬਰ ਦਿੱਤੀ ਸੀ ਇਹ ਕਿਉਂ ਨਹੀਂ ਛਾਪੀ ਉਹ ਵਿਚਾਰਾ 50 ਵਾਰ ਕਹਿੰਦਾ ਮੈਂ ਤਾਂ ਭੇਜਦਾ ਜੀ ਤੁਹਾਡੀ ਖਬਰ ਛਪਦੀ ਨਹੀਂ ਮੈਂ ਕੀ ਕਰਾਂ ਤੇ ਮੈਂ ਤਾਂ ਉੱਥੇ ਕਰਕੇ ਭੇਜੀ ਸੀ ਵੀਡੀਓ ਵੀ ਚੰਗੀ ਬਣਾਈ ਸੀ ਤੇ ਉੱਥੇ ਨਹੀਂ ਲੱਗੀ ਬਾਕੀ ਦੀਆਂ ਚੀਜ਼ਾਂ ਕੀ ਨੇ ਮਤਲਬ ਗੁੱਸੇ ਦਾ ਸਕਾਰਤਾ ਉਹ ਹੁੰਦਾ ਨਾ ਜਿਹੜਾ نیچے ਜਿਹੜਾ ਡਾਇਰੈਕਟ ਬਾਅਦ ਚ ਪਰ ਉਹ ਜਿਹੜੇ ਮਾਲਕ ਹੈ ਉਹ ਤਾਂ ਐਡੀਟਰ ਤੋਂ ਵੀ ਉੱਚਾ ਅੱਜ ਕੱਲ ਐਡੀਟਰ ਦੀ ਬੁੱਕਤ ਵੀ ਮੈਨੇਜਮੈਂਟ ਤੋਂ نیچے ਹੋ ਗਈ ਹੈ ਇਦੋਂ ਪਹਿਲਾਂ ਜਿਹੜੇ ਘਟੋ ਘਟ ਕੁਝ ਅਖਬਾਰ ਇਹੋ ਜਿਹੇ ਸੀ ਜਿੱਥੇ ਐਡੀਟਰ ਆਲੇ ਨਾਲ ਸੀ ਜਿੱਥੇ ਜੀਐਮ ਦੀ ਜ਼ਰਤ ਨਹੀਂ ਸੀ ਐਡੀਟਰ ਦੇ ਆਰਡਰ ਤੋਂ ਬਿਨਾ ਐਡੀਟਰ ਦੇ ਕਮਰੇ ਚ ਜਾਣਾ ਪੈਂਦਾ ਸੀ ਜਨਰਲ ਮੈਨੇਜਰ ਕੇਵਲ ਉਹਦੇ ਤਾਬਿਆਂ ਮੰਨਿਆ ਜਾਂਦਾ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਕੱਲ ਜੀਐਮ ਜਿਹੜੇ ਨੇ ਜਨਰਲ ਮੈਨੇਜਰ ਉਹ ਬਾਸ ਹੋ ਗਏ ਨੇ ਐਡੀਟਰ ਉਹਨਾਂ ਦੇ ਮਾਤਾ ਹਿਤ ਹੋ ਗਏ ਨੇ ਵਕ ਵਕਤਾ ਮਤੇ ਉਹ ਜੀਐਮ ਜੀ ਨੂੰ ਪ੍ਰਿੰਟ ਦਾ ਇਲੈਕਟ੍ਰੋਨਿਕ ਦਾ মিডিਆ ਦਾ ਉੜਾੜਾ ਨਹੀਂ ਆਉਂਦਾ ਹੁੰਦਾ ਬਸ ਉਹ ਕੇਵਲ ਮੈਨੇਜਮੈਂਟ ਜਾਣਦਾ ਐ ਇੱਥੋਂ ਪੈਸੇ ਲਿਆਉਣੇ ਨੇ ਇੱਥੇ ਪੈਸੇ ਐ ਕਰਨੇ ਨੇ ਇਹਨੂੰ ਐ ਕਰਨਾ ਇਹਨੂੰ ਐ ਕਰਨਾ ਉਹ ਮੈਨੇਜਮੈਂਟ ਦਾ ਟੋਟਲ ਖੇਡ ਹੈ ਅਸਲ ਚ ਵਿਗੜ ਗਈ ਉਹਦੇ ਪਿੱਛੇ ਰੀਜਨ ਇਹ ਹੈ ਜਿਹੜੀ ਮੈਂ ਗੱਲ ਕੀਤੀ ਸੀ ਕਿ ਬੈਸਟ ਤੇ ਸਾਡੇ ਕੀ ਪਰਕਾ ਚਾਰ ਚੀਜ਼ਾਂ ਆ ਨੇ ਉਹਦੇ ਵਿੱਚ ਪਹਿਲੀ ਗੱਲ ਜਿਹੜੀ ਹਾਰੀਜ਼ਨਟਲ ਮੋਨੋਪਲੀ ਹੈ ਕਿ ਸਾਡੇ ਕੋਈ ਵੀ ਬੰਦਾ ਕੋਈ ਵੀ ਮੈਨੇਜਮੈਂਟ ਹਰ ਟਾਈਪ ਦਾ মিডিਆ ਬਣਾ ਸਕਦੀ ਹੈ ਉਹ ਅਖਬਾਰ ਦਾ ਓਨਰ ਵੀ ਹੋ ਸਕਦੇ ਆ ਉਹ ਟੀਵੀ ਦੀ ਓਨਰ ਵੀ ਹੋ ਸਕਦੇ ਆ ਬਾਕੀ ਦੀ ਬੈਸਟ ਦੇ ਵਿੱਚ ਲਾ ਹੈ ਤੁਸੀਂ ਇੱਕੋ ਖੇਤਰ ਦੇ ਵਿੱਚ ਓਨਰ ਹੋ ਸਕਦੇ ਹੋ ਮਲਟੀਪਲ ਬਣਾਉਪਲੀ ਨਹੀਂ ਕਰ ਸਕਦੇ ਆ ਆਪਸ ਦੇ ਵਿੱਚ ਦੂਸਰੀ ਗੱਲ ਉਹਦੇ ਚ ਇਹ ਹੈ ਕਿ ਤੁਸੀਂ ਟੀਵੀ ਦੇ ਮਾਲਕ ਵੀ ਆਪੀ ਹੋ ਡਿਸਟ੍ਰੀਬਿਊਟਰ ਵੀ ਤੁਸੀਂ ਬਣ ਜਾਓ ట్రాన్స్‌ਮਿਸ਼ਨ ਵਾਲਾ ਵੀ ਤੁਸੀਂ ਬਣ ਜਾਓ ਕੇਵਲ ਤੇ ਵੀ ਤੁਹਾਡਾ ਮਨੋਪੋਲੀ ਹੋ ਜੇ ਇੱਕੋ ਕੋਲ ਹੋ ਸਕਦੀ ਹੈ ਜਿਵੇਂ ਪੀਟੀਸੀ ਤੇ ਫਾਸਟਵੇ ਤੁਸੀਂ ਦੇਖਿਆ ਉਹ ਆਪਣੇ ਇੱਕ ਉਦਾਹਰਨ ਪੰਜਾਬ ਦੀ ਜਿਹੜਾ ਨਵਾਂ ਚੈਨਲ ਚੱਲਿਆ ਸੀ ਡੇ ਐਂਡ ਨਾਈਟ ਕਮਰ ਸੰਧੂ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਸਰਕਾਰ ਬਦਲ ਗਈ ਮੁੜ ਕੇ ਅਕਾਲੀ ਆਂਦੇ ਆ ਗਏ ਉਹ ਕੇਵਲ ਤੇ ਚੱਲਣੇ ਨਹੀਂ ਦਿੱਤਾ ਕਿਸੇ ਵੀ ਰੂਪ ਦੇ ਵਿੱਚ ਇਹ ਜਿਹੜੀ ਇੱਕ ਮਨੋਪੋਲੀ ਹੈ ਤੱਕ ਉੱਪਰੋਂ ਇਸ ਪੱਧਰ ਦੀ ਇਹ ਕਿਸੇ ਡਿਵੈਲਪਡ ਕੰਟਰੀ ਚ ਨਹੀਂ ਹੋ ਸਕਦੀ ਡਿਸਟ੍ਰੀਬਿਊਟਰ ਅਲੱਗ ਹੋਏਗਾ ਬਾਕੀ ਦੀਆਂ ਚੀਜ਼ਾਂ ਲੱਗ ਹੋਣਗੀਆਂ ਜਿਹੜਾ ਮੈਨੂਫੈਕਚਰਰ ਹੈ ਖਬਰਾਂ ਦਾ ਜਾਂ ਜਿਹੜੀਆਂ ਬਾਕੀ ਚੀਜ਼ਾਂ ਬਣਾ ਰਿਹਾ ਉਹ ਅਲੱਗ ਹੋਏਗਾ ਐ ਨਹੀਂ ਤੁਸੀਂ ਕਰ ਸਕਦੇ ਕਿ ਇਹ ਮਨੋਪੋਲੀ ਇਸੇ ਤਰੀਕੇ ਦੀ ਚਲਦੀ ਰਹੂਗੀ ਜਿਸ ਤਰੀਕੇ ਦੀ ਸਾਡੇ ਚਲਦੀ ਹੈ ਕਿਸੇ ਵੀ ਰੂਪ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਸਾਰੇ ਮਾਹੌਲ ਦੇ ਵਿੱਚ ਬਾਕੀ ਵੀ ਮੀਡੀਆ ਤੋਂ ਇਲਾਵਾ ਬਿਜ਼ਨਸ ਅਲਾਉਡ ਨੇ ਸਾਡੇ ਜਿਹੜੇ ਓਨਰ ਨੇ মিডিਆ ਦੇ ਇਹਨਾਂ ਦੇ ਵੱਡੇ ਬਿਜ਼ਨਸ ਓਨਰ ਨੇ মিডিਆ ਉਹਨਾਂ ਨੇ ਹਾਊਸ ਤਾਂ ਖੋਲ੍ਹਿਆ ਹੋਇਆ ਕਿ ਉਹਨਾਂ ਦੀ ਬਚਤ ਹੋ ਜੇ ਮਾਈਨਿੰਗ ਵੀ ਤੁਹਾਡੇ ਕੋਲ ਆ ਛੱਪ ਵੀ ਤੁਹਾਡੇ ਕੋਲ ਨੇ ਰੇਲਵੇ ਦੇ ਠੇਕੇ ਵੀ ਤੁਹਾਡੇ ਕੋਲ ਨੇ ਕਪੜਾ ਮਿੱਲਾਂ ਵੀ ਤੁਹਾਡੀਆਂ ਨੇ ਇਹ ਨਹੀਂ ਹੈ ਡਵੈਲਪਮੈਂਟ ਕੰਡ ਜੇ ਤੁਸੀਂ মিডিਆ ਚ ਬਿਜ਼ਨਸ ਕਰਨਾ ਹੈ মিডিਆ ਓਨਰ ਹੋ ਤਾਂ মিডিਆ ਓਨਰ মিডিਆ ਓਨਰ ਸੇ ਪੜਾ ਬਾਕੀ ਬਿਜ਼ਨਸ ਨਹੀਂ ਕਰ ਸਕਦਾ ਉਸ ਪਦਰ ਦੇ ਉੱਤੇ ਜਾ ਕੇ ਮੈਨੇਜਮੈਂਟ ਦੇ ਲੈਵਲ ਤੇ ਔਰ ਜੇਕਰ ਬਾਕੀ ਬਿਜ਼ਨਸ ਜਿੰਨੇ ਮਰਜ਼ੀ ਕਰੋ ਫਿਰ ਤੁਸੀਂ ਮੀਡੀਆ 'ਚ ਨਹੀਂ ਆ ਸਕਦੇ ਕੱਲੇ 'ਚ ਮੀਡੀਆ ਨੂੰ ਕਿਉਂਕਿ ਇੱਕ ਅਲੱਗ ਤਰ੍ਹਾਂ ਦੀ ਉਹਦੀ ਇੱਕ ਅਲੱਗ ਖੁਦਮਖਤਿਆਰੀ ਦਾ ਇੱਕ ਐਂਗਲ ਹੈ ਜਿਹੜਾ ਕਾਨੂੰਨੀ ਤੌਰ ਤੇ ਐਂਗਲ ਹੈ ਇਸ ਕਰਕੇ ਜਿੰਨਾ ਮਰਜ਼ੀ ਕਹੇ ਕਿ ਮਾਰਡੋਕ ਦਾ 75% ਮੀਡੀਆ ਤੇ ਕਬਜ਼ਾ ਹੈ ਫੁਲਾਣੇ ਦਾ ਕਬਜ਼ਾ ਉਹ ਇਸ ਤਰ੍ਹਾਂ ਦਾ ਕਬਜ਼ਾ ਨਹੀਂ ਹੋ ਸਕਦਾ ਜਿਹੜਾ ਸਾਡੇ ਹੋ ਰਿਹਾ ਜਿਸ ਢੰਗ ਨਾਲ ਸਾਡੇ ਉਸ ਪੱਧਰ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੈ ਔਰ ਇਸੇ ਕਰਕੇ ਉਹ ਮੀਡੀਆ ਅੱਜ ਤੱਕ ਦਾ ਇਤਿਹਾਸ ਹੈ ਬੀਬੀਸੀ ਇੰਨਾ ਪੁਰਾਣਾ ਹੈ ਬੀਬੀਸੀ ਦੀ ਅੰਦਰਲੀ ਖਬਰ ਵੀ ਜਿਹੜਾ ਅੰਦਰ ਕੋਈ ਫਰਾਡ ਹੁੰਦਾ ਕਿਸੇ ਨੇ ਕਦੇ ਬ੍ਰੇਕ ਨਹੀਂ ਕੀਤੀ ਉਹਨੇ ਆਪ ਹੀ ਕੀਤੀ ਹੈ ਉਹਦੇ ਅੰਦਰ ਇਹ ਤਾਕਤ ਹੈ ਕਿ ਸਾਡੇ ਅੰਦਰ ਜੋ ਗੜਬੜ ਹੋ ਰਹੀ ਹੈ ਉਹ ਵੀ ਬੀਬੀਸੀ ਚਲਾਊਗਾ ਨਹੀਂ ਚਲਾਊਗਾ ਤਾਂ ਇਹਦਾ ਮਤਲਬ ਉਹਨੂੰ ਜਾਣਾ ਪਊਗਾ ਇਹ ਹੋ ਨਹੀਂ ਸਕਦਾ ਉਸ ਫੰਦਰ ਦੇ ਉੱਤੇ ਇਸ ਕਰਕੇ ਉਹ ਜਿਹੜੀਆਂ ਚੀਜ਼ਾਂ ਨੇ ਸਾਡੇ ਜਿਹੜੀਆਂ ਲਾ ਦੇ ਪੁਆਇੰਟ ਤੇ ਅਪਰੋਚ ਦੇ ਪੁਆਇੰਟ ਤੇ ਇਨ ਬਿਲਟ ਸਿਸਟਮ ਦੇ ਵਿੱਚ ਉਹ ਬਹੁਤ ਖਤਰਨਾਕ ਨੇ ਜਿਹੜੀਆਂ ਬਾਕੀ ਦੇ ਕੰਪੈਰੇਟਿਬਲੀ ਜਿਹੜੀਆਂ ਸਾਡੇ ਜਿਹੜੇ ਆਜ਼ਾਦੀ ਦੇ ਇਸੇ ਕਰਕੇ ਜੇ ਅਸੀਂ ਚਾਹੁੰਦੇ ਕਿ মিডিਆ ਫਰੀडम ਦਾ ਇੱਕ ਕੁਐਸਚਨ ਹੈ ਜਿਹੜਾ ਉਹਦੇ ਲਈ ਸਮੁੱਚਤਾ 'ਚ ਲੜਨਾ ਪਊਗਾ ਉਹਦੇ ਵਾਸਤੇ ਕਾਨੂੰਨ ਦੇ ਮਾਮਲੇ 'ਚ ਵੀ ਕਾਨੂੰਨ ਕੀ ਹੋਵੇ ਮਨੋਪੋਲੀ ਕਿਵੇਂ ਟੁੱਟੇ ਉਹਦੇ ਮਾਮਲੇ ਦੇ ਵਿੱਚ ਵੀ ਔਰ ਐਸੇ ਢੰਗ ਦੇ ਨਾਲ ਜਿਹੜੇ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਨੇ ਇੱਕ ਕੰਪੈਰੀਟਿਵ ਕੰਪੈਰੀਜ਼ਨ ਕਰਦੇ ਆ ਨਾ ਆਪਾਂ ਹਾਲਾਂਕਿ ਇਹ ਨਹੀਂ ਕਿ ਉਹ ਸਾਰਾ ਕੁਝ ਠੀਕ ਹੈ ਉੱਥੇ ਉਹਦੇ 'ਚ ਵੀ ਅਜੇ ਬਹੁਤ ਤਬਦੀਲੀਆਂ ਦੀ ਲੋੜ ਹੈ ਪਰ ਤਬਦੀਲੀਆਂ ਦੀ ਲੋੜ ਇਸ ਕਰਕੇ ਇੱਥੇ ਨਾਲੋਂ ਘੱਟ ਹੈ ਕੰਪੈਰੀਟਿਵਲੀ ਉੱਥੇ ਵੀ ਅੰਬੇਡਡ ਜਰਨਲਿਸਟ ਮੈਂ ਉਹ মিডিਆ ਵੀ ਸਾਈਲੈਂਟ ਰਿਹਾ ਯਾਰਾਕ ਨੂੰ ਬਰਬਾਦ ਕਰਨ ਚ ਉਹ ਸਾਰਾ ਕੁਝ ਵੀ ਰਿਹਾ ਪਰ ਉਹ ਥੋੜੇ ਵੱਡੇ ਦੈਰੇ ਚ ਰਹਿੰਦਾ ਆ ਜਿਹੜੀਆਂ ਡੇ ਟੂ ਡੇ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਜਾਂ ਬਾਕੀ ਦੀਆਂ ਚੀਜ਼ਾਂ ਨੇ ਸਾਰੇ ਮਾਮਲੇ ਦੇ ਵਿੱਚ ਨੇ ਮੈਂ ਤੁਹਾਨੂੰ ਇੱਕ ਵਾਰ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਉਜਲ ਦੁਸਾਨ ਜਣੀ ਆਏ ਉਹਨਾਂ ਦੇ ਨਾਲ ਚੋ ਹੈਲਥ ਮਿਨਿਸਟਰ ਅਸੀ ਕੈਨੇਡਾ ਦੇ ਪ੍ਰੈਸ ਮੇਲ ਨਹੀਂ ਹੋਈ ਪ੍ਰੈਸ ਮੇਲ ਨਹੀਂ ਹੋ ਕੇ ਜੀ ਗੱਲਬਾਤ ਹੋ ਗਈ ਸਾਰੀ ਉਹਨਾਂ ਨੇ ਆਪਣੀ ਕਰ ਲਈ ਉਹਨਾਂ ਨੇ ਨਾਰਮਲ ਹੀ ਇਹੀ ਗੱਲ ਕੀਤੀ ਸਾਡੇ ਬਹੁਤ ਵਧੀਆ ਤੁਹਾਡੇ ਨਕਮੇ ਸਭ ਕੁਝ ਜਿਵੇਂ ਇੱਕ ਆਮ ਸਾਡੀ ਧਾਰਨਾ ਵੀ ਆ ਜਿਹੜੀ ਸਾਰੇ ਸੈਟਅਪ ਤੇ ਮੈਂ ਉਹਨੂੰ ਕਹਾਂ ਜੀ ਮੇਰੇ ਤਿੰਨ ਸਵਾਲ ਨੇ ਤੁਸੀਂ ਇਹਦਾ ਜਵਾਬ ਦਿਓਗੇ ਤਾਂ ਠੀਕ ਹੈ ਗੱਲ ਜੜੇ ਵੀ ਆ ਸਭ ਤੋਂ ਪਹਿਲੀ ਗੱਲ ਇਹ ਆ ਕਿ ਇਰਾਕ ਦੀ ਬਰਬਾਦੀ 'ਚ ਤੁਸੀਂ ਤੁਹਾਡਾ ਦੇਸ਼ ਪਿਸਲਗ ਰਿਹਾ ਤੁਸੀਂ ਕਦੇ ਪੁਆਇੰਟ ਆਊਟ ਕੀਤਾ ਕਿੰਨੇ ਲੋਕ ਮਾਰਤੇ ਇਹ ਤੁਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹੋ ਇੱਥੇ ਨਹੀਂ ਆ ਉਹ ਵੀ ਤਾਂ ਹਿਊਮਨ ਰਾਈਟਸ 'ਚ ਲੱਖਾਂ ਬੰਦਾ ਮਰੇ ਆ ਕੈਨੇਡੀਅਨ ਗਵਰਨਮੈਂਟ ਦੀ ਫੋਰਨ ਪੋਲਿਸੀ ਕੀ ਸੀ ਬੀਇੰਗ ਅ ਜੂਨੀਅਰ ਮਿਨਿਸਟਰ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਹਿੰਦੇ ਮੇਰੇ ਦੇਸ਼ ਦੀ ਪੋਲਿਸੀ ਆ ਮੈਂ ਇੱਥੇ ਖੁਲਾਸਾ ਨਹੀਂ ਕਰ ਸਕਦਾ ਕਿਉਂਕਿ ਮੇਰੇ ਹੱਥ ਬੰਨੇ ਹੋਏ ਨੇ ਦੂਸਰਾ ਮੈਂ ਇਹ ਨਹੀਂ ਸੁਆ ਨਹੀਂ ਕਰਦਾ ਮੈਂ ਕਹਾਂ ਜੀ ਜਿਹੜਾ ਓਵਰਆਲ ਤੁਹਾਡੇ ਸੈਟਅਪ ਹੈ ਕੈਨੇਡੀਅਨ ਸਾਰੇ ਸੈਟਅਪ ਦੇ ਵਿੱਚ ਜੋ ਵੀ ਤਰੀਕੇ ਨੇ ਔਰ ਤੁਸੀਂ ਬਹੁਤ ਮਿਹਨਤ ਕੀਤੀ ਆ ਉਧਰ ਜਾ ਕੇ ਕੋਈ ਦੋ ਰਾਮਾ ਨਹੀਂ ਬਹੁਤ ਮਿਹਨਤ ਕਰਨੀ ਪੈਂਦੀ ਆ ਸਟੈਬਲਸ ਬੰਦਾ ਤਾਂ ਹੁੰਦਾ ਨਹੀਂ ਤਾਂ ਉੱਥੇ ਵੀ ਕੋਈ ਨਹੀਂ ਪੁੱਛਦਾ ਇਹ ਸਾਰਾ ਇੱਕ ਅਲੱਗ ਗੱਲ ਹੈ ਪਰ ਜਿਹੜਾ ਭਰਾ ਤੁਹਾਡਾ ਇੱਥੇ ਹੀ ਰਹਿ ਗਿਆ ਇੱਥੇ ਰਹਿ ਕੇ ਮਿਹਨਤ ਕਰਦਾ ਉਹ ਕਹਿੰਦਾ ਉਹਨੇ ਡਿਸਾਈਡ ਕਰ ਲਿਆ ਮੈਂ ਨਹੀਂ ਜਾਊਂਗਾ ਮੈਂ ਇੱਥੇ ਰਹਿ ਕੇ ਲੜਾਂਗਾ ਇਹ ਅਵਾਰਡ ਉਹਨੂੰ ਮਿਲਣਾ ਚਾਹੀਦਾ ਜਾਂ ਤੁਹਾਨੂੰ ਮਿਲਣਾ ਚਾਹੀਦਾ ਜੇ 8800 8000 ਗਦਰੀ ਬਾਬਾ ਉਧਰੋਂ ਆ ਸਕਦਾ ਹੈ ਕਿ ਇਹ ਦੇਸ਼ ਨੂੰ ਮੈਂ ਇਹੋ ਜਿਹਾ ਬਣਾਉਣਾ ਹੈ ਸਾਰਾ ਕੁਝ ਛੱਡ ਕੇ ਗਦਰੀ ਬਾਬੇ ਦੀ ਰੂਹ ਤੁਹਾਡੇ ਪਰ ਮਤਲਬ ਉਹਦੇ ਚ ਹੈ ਭਰਾ ਦੇ ਵਿੱਚ ਤੁਹਾਡੇ ਚ ਸ਼ਾਇਦ ਉਵੇਂ ਨਹੀਂ ਹੈ ਤੁਸੀਂ ਉੱਥੇ ਠੀਕ ਹੈ ਚੰਗੀ ਗੱਲ ਹੈ ਸਾਨੂੰ ਮਾਣ ਉਹਦਾ ਤਾੜੀ ਵਜਾਉਨੇ ਆ ਸੀ ਸਾਰਾ ਕੁਝ ਤੇ ਕੋਈ ਜਵਾਬ ਨਹੀਂ ਸ਼ਾਮ ਨੂੰ ਕੈਪਟਨ ਕਮਲਜੀਤ ਦੇ ਘਰ ਡਿਨਰ ਸੀਗਾ ਉਹ ਮੇਰੇ ਕੋਲ ਆ ਗਏ ਅਸੀਂ ਤਿੰਨ ਚਾਰ ਬੈਠੇ ਜਿਹੜੇ ਸ਼ਰਾਬ ਨਹੀਂ ਪੀਂਦੇ ਸਾਈਡ ਤੇ ਵਾਕਈ ਵਿਚਾਰੇ ਵੈਸੇ ਹੀ ਕਹਿੰਦੇ ਭਾਈ ਜੀ ਅੱਜ ਮੈਂ ਗੱਲ ਕਰਦਾ ਤੁਹਾਡੇ ਨਾਲ ਹੁਣ ਸ਼ਾਮ ਨੂੰ ਆਪਾਂ ਪਬਲੀਕਲੀ ਨਹੀਂ ਮੈਂ ਦੱਸੋ ਜੀ ਉਹ ਕਹਿੰਦੇ ਵੀ ਗੱਲ ਤਾਂ ਸਾਰੇ ਕਿਤੇ ਕਮਜ਼ੋਰੀਆਂ ਹੈਗੀਆਂ ਨੇ ਬਿਲਕੁਲ ਹੈ ਪਾਰਨ ਪਾਲਿਸੀ ਦੇ ਮਾਨ ਰੂਪ ਦੇ ਵਿੱਚ ਆ ਜਿਹੜੇ ਹੁਣ ਵੀ ਆਪਣੇ ਬਣਾਏ ਸੀ ਇੱਕ ਪਿੱਛੇ ਡਿਫੈਂਸ ਮਿਨਿਸਟਰ ਪੱਗ ਵਾਲੇ ਸੱਜਣਾਂ ਸੱਜਣ ਸਾਹਿਬ ਇਹ ਬਲੂ ਆਇਡ ਵਾਇਸ ਸੀਗੇ ਸਾਰੇ ਅਮਰੀਕਾ ਦੇ ਉਦੋਂ ਬੰਬ ਸੁੱਟਣ ਦੇ ਲਈ ਚਾਰ ਸਫੇਰੇ ਸਾਰੇ ਕਿਤੇ ਤਾਂ ਬਣਾਏ ਨੇ ਹਾਇਸਟਲੀ ਥੋੜੇ ਬਣਾਏ ਨੇ ਪੱਗ ਬੰਨੀ ਐ ਤੇ ਬੰਦਾ ਬੜਾ ਹੋਇਆ ਜੀ ਇਹਨੂੰ ਆਪਾਂ ਡਾਇਵਰਸਿਟੀ ਚ ਲਿਆ ਕੇ ਇਸ ਕਰਕੇ ਦਿਖਾ ਰਹੇ ਆ ਸਾਰੇ ਕਿਤੇ ਪਰ ਅਸੀਂ ਤਾਂ ਉਹ ਦੇਖ ਕੇ ਹੀ ਬੰਦੇ ਦਾ ਸਾਡਾ ਬੰਦਾ ਹੈ ਨਾ ਉਸ ਰੂਪ ਦੇ ਵਿੱਚ ਕਰ ਰਹੇ ਹੁੰਦਾ ਵੀ ਇਹ ਕਲਚਰ ਦਾ ਲਗਾ ਹੁੰਦਾ ਜਿਵੇਂ ਤੁਸੀਂ ਕਿਹਾ ਕਿ ਬਖ ਬਖ ਸੱਜਣ ਆਪਣੀ ਮਿੱਟੀ ਦੇ ਨਾਲ ਮੋਹ ਕਰਕੇ ਆਪਦਾ ਪਿੰਡ ਸੁਧਾਰਨਾ ਚਾਹੁੰਦੇ ਨੇ ਆਪਣੇ ਆਕੇ ਵੀ ਇੱਥੇ ਚੰਗਾ ਹੋਵੇ ਬਾਕੀ ਚੀਜ਼ਾਂ ਹੋਣ ਤੇ ਉਹਦੇ ਨਾਲ ਗੱਲ ਕੀ ਹੁੰਦੀ ਹੈ ਕਿ ਅਸਲ ਦੇ ਵਿੱਚ ਜਿਹੜਾ ਇੱਕ ਦਲੀਲ ਜਿਹੜੀ ਜਿਹਦੇ ਆਧਾਰ ਤੇ ਤਰਕਸੀਲ ਸੁਸਾਇਟੀ ਬਣੀ ਹੈ ਲੌਜਿਕ ਇਨਵੈਸਟੀਗੇਸ਼ਨ ਉਹਦੀ ਹਰ ਗੱਲ ਤੇ ਗਰਨ ਕਰਨਾ ਉਹ ਭੁੱਲ ਜਾਂਦੇ ਆ ਅਸੀਂ ਅਸਲ 'ਚ ਜਦੋਂ ਵੀ ਗੱਲ ਕਰਦੇ ਆ ਆ ਕੇ ਕਿਸੇ ਵੀ ਸਿਸਟਮ ਦੇ ਵਿੱਚ ਰਿਲੇਟੇਬਲੀ ਹੁੰਦਾ ਸਿਸਟਮ ਉੱਥੇ ਵੀ ਇੱਕ ਬੜੇ ਬੜੀਆਂ ਖਰਾਬੀਆਂ ਨੇ ਤੇ ਇੱਥੇ ਠੀਕ ਆ ਜਦੋਂ ਜਮ੍ਹਾਂ ਹੀ ਗੰਦਾ ਪਿਆ ਹੋਵੇ ਤਾਂ ਅਗਲਾ ਕਹਿੰਦਾ ਵੀ ਇਹ ਤਾਂ ਵਧੀਆ ਯਾਰ ਸਾਡੇ ਨਾਲੋਂ ਚੱਲ ਆਪਾਂ ਇੱਕ ਗੱਲ ਬੰਦ ਕਰ ਦੋ ਉਸ ਲੈਵਲ ਤੇ ਜਿਹੜਾ ਪ੍ਰਸ਼ਾਸਨਿਕ ਤੰਤਰ ਆ ਮਾਈਂਡ ਸੈਟ ਆ ਮੋਨੋਪੋਲੀ ਦਾ ਆਪਣੀ ਚਲਾਉਣ ਦਾ ਨਾਮ ਚਮਸਕੀ ਬੜੇ ਸਿੱਧੇ ਤਰੀਕੇ ਨਾਲ ਅਮਰੀਕਾ ਨੂੰ ਹੀ ਚੈਲੰਜ ਕਰਦਾ ਨਾ ਉੱਥੇ ਬੈਠ ਕੇ ਹੋਰ ਕੀ ਕਰਦਾ ਉਹ ਇਹੀ ਕਹਿੰਦਾ ਕਿ ਤੁਸੀਂ ਸੁਪਰ ਪਾਵਰ ਦੇ ਮਤਲਬ ਭੁੱਖੇ ਲੋਕ ਹੋ ਸੁਪਰ ਪਾਵਰ ਵਿੱਚ ਜਮ ਹੋ ਰਹੇਗਾ ਤਾਂ ਟੈਰਰਰイズਮ ਰਹੇਗਾ ਇਸੇਮ ਕੋਇਨ ਦੇ ਦੋ ਪਾਸੇ ਨੇ ਜੋਰ ਲਾ ਲੋ ਜਿੰਨਾ ਮਰਜੀ ਤੁਸੀਂ ਜੋ ਵੀ ਕਰਦੇ ਹੋ ਉਸੇ ਤਰੀਕੇ ਦੇ ਨਾਲ ਚੱਲਦਾ ਰਹੂਗਾ ਉਹ ਨਹੀਂ ਬੰਦ ਹੋ ਸਕਦਾ ਕਿਸੇ ਵੀ ਰੂਪ ਚ ਇਸੇ ਲਈ মিডিਆ ਦਾ ਜਿਹੜੇ ਇਹ ਸਵਾਲ ਦੇ ਵਿੱਚ ਓਵਰਆਲ ਜਿਹੜਾ ਇੱਕ ਡੈਮੋਕ੍ਰੈਟਿਕ ਸੈਟਅਪ ਚ ਹੈ ਲੇਟੈਸਟ ਜਿਹੜੀ ਰਿਪੋਰਟ ਆਈ ਉਹ ਇਹ ਕਹਿੰਦੀ ਹੈ ਕਿ ਹੁਣ ਵਰਲਡ ਦੇ ਵਿੱਚ 73% ਲੋਕ ਅਥਾਰਿਟੇਟਿਵ ਰਜਿਮ ਦੇ ਅੰਡਰ ਆ ਗਏ 73% ਜਿਹੜੇ ਕਦੇ 40-45% ਰਹੇਗੇ ਦੁਬਾਰਾ ਉਧਰ ਨੂੰ ਵੱਧ ਰਿਹਾ ਸਾਰੇ ਕਿਤੇ 트럼ਪ 트럼ਪ ਦੀ ਰੂ ਬੈਸਟ ਚ ਵੀ ਜਾ ਰਹੀ ਹੈ ਆਸਟ੍ਰੇਲੀਆ ਜਾਂ ਇਧਰ ਉਧਰ ਵੀ ਕਰਕੇ ਜਾ ਰਹੀ ਹੈ ਇੱਥੇ ਮੋਦੀ ਦੇ ਰੂਪ ਦੇ ਵਿੱਚ ਕੱਲਾ ਇੱਕ ਦਾ ਕੁਐਸਚਨ ਚਾਹਤਰਫਾ ਉਹ ਇੱਕ ਟ੍ਰੈਂਡ ਵੱਧ ਰਿਹਾ ਕਿਉਂਕਿ ਉਹਨੇ ਨੈਰੇਟਿਵ ਸਿਰਜਤਾ ਸਾਡੇ ਦੇਸ਼ ਦੇ ਵਿੱਚ ਮੋਦੀ ਹੁਣੀ ਕਾਮਯਾਬ ਕਿਉਂ ਹਨ ਉਨੇ ਹਿੰਦੂ ਤਬੇ ਅਜੰਡੇ ਦੇ ਨਾਲ ਇੱਕ ਮжоਰਿਟੀ ਦੇ ਦਿਮਾਗ 'ਚ ਪਾਤਾ ਪ੍ਰਾਈਡ ਭਰਤਾ ਕਿ ਤੁਹਾਡਾ ਰਾਜ ਹੈ ਚਾਹੇ ਤੂੰ ਭੁੱਖਾ ਮਰਦਾ ਚਾਹੇ ਜੋ ਮਰਜੀ ਹੈ ਰਾਜ ਤਾਂ ਤੇਰਾ ਹੈ ਨਾ ਉਹ ਕੋਈ ਅਲੱਗ ਇਹ ਜਚੌੜ 'ਚ ਕਾਮਜਾਬ ਹੋ ਗਿਆ ਉਹ ਨੈਰੇਟਿਵ ਸਰਜਨ 'ਚ ਕਾਮਜਾਬ ਹੋ ਗਿਆ ਬਰਤਾਂਤ ਹੈ ਕਿਸਾਨ ਅੰਦੋਲਨ ਦੀ ਜਿੱਤ ਕਿਉਂ ਹੋਈ ਹੈ ਤਮਾਮ ਮੀਡੀਆ ਇੱਕ ਪਾਸੇ ਸੀ ਨੈਸ਼ਨਲ ਮੀਡੀਆ ਸੋ ਕਾਲਡ ਪੰਜਾਬ 'ਚੋਂ ਇੱਕ ਪੰਜਾਬੀ ਮੀਡੀਆ ਨਵਾਂ ਪੈਦਾ ਹੋ ਗਿਆ ਜਿਹੜਾ YouTube ਜੇ ਬਹੁਤ ਸਾਰਾ ਕੁਝ ਸੀ ਜਾਂ ਬਾਕੀ ਦੇ ਇਮੋ ਨੈਰੇਟਿਵ ਨਹੀਂ ਖੁੰਝ ਖੁੰਝਣ ਦਿੱਤਾ ਕਿ ਟੋਕਟ ਉਹ ਆਪਣੇ ਹੱਥ ਚ ਰੱਖਿਆ ਉਹ ਵਰਤਾਤ ਆਪਣੇ ਹੱਥ ਚ ਰੱਖਿਆ ਜਿਸ ਵੀ ਲੈਵਲ ਦੇ ਉਹਦੇ ਚ ਉਹ ਤਾ ਰਿਹਾ ਕਿਉਂਕਿ ਜਿਹੜੇ ਵੀ ਬੰਦੇ ਨੂੰ ਜਿਹੜੀ ਸਕਿੱਲ ਆਉਂਦੀ ਸੀ ਚਾਹੇ ਦੁਨੀਆ ਦੇ ਕਿਸੇ ਦੇਸ਼ ਚ ਬੈਠਾ ਚਾਹੇ ਇਸ ਦੇਸ਼ ਉਹ ਆਪੀ ਸਪਾਈ ਬਣ ਗਿਆ ਉਹ ਆਪਦਾ ਕਰੀ ਜਾ ਰਿਹਾ ਕੰਮ ਜਿਉਂ ਵੀ ਉਹਨੂੰ ਸਮ ਕਿਸੇ ਨੇ ਡਿਊਟੀ ਨਹੀਂ ਲਾਈ ਉਹਨੇ ਆਪਣੀ ਡਿਊਟੀ ਆਪ ਅਸਾਈਨ ਕਰ ਲਈ ਤੇ ਉਹ ਸਾਰੇ ਬੰਦੇ ਲੜੇ ਰਲ ਕੇ ਉਹਨੇ ਉਹ ਨੈਰੇਟਿਵ ਉਹ ਕੀਤਾ ਇਸੇ ਕਰਕੇ ਜੇ ਹੁਣ ਦਾ ਜਿਹੜਾ ਸਵਾਲ ਅਗਲਾ ਜਿਹੜਾ ਵੱਡਾ ਕੁਐਸਚਨ ਸਾਡੇ ਸਾਹਮਣੇ ਹੈ ਕਿ ਇਹੋ ਜੇ ਸਿਚੁਏਸ਼ਨ ਚ ਹੋ ਕੀ ਸਕਦਾ ਹੈ ਜਾਂ ਚੀਜ਼ਾਂ ਕਿ ਕਿਸ ਪਾਸੇ ਵੱਲ ਜਾਣ ਦਾ ਸਵਾਲ ਹੈ ਇੱਕ ਤਾਂ ਗੱਲ ਮੇਰੇ ਖਿਆਲ ਨਾਲ ਸਾਡੇ ਸਾਰਿਆਂ ਦੇ ਕਿ ਮੋਨੋਪੋਲੀ ਤੋੜਨ ਦੀ ਤਾਂ ਬਹੁਤ ਜ਼ਰੂਰਤ ਹੈਗੀ ਹੋਏ ਮੋਨੋਪੋਲੀ ਤੁਰੰਤ ਟੁੱਟ ਵੀ ਨਹੀਂ ਸਕਦੀ ਇਹ ਲੰਮੇ ਸਮੇਂ ਦਾ ਇੱਕ ਸਾਡਾ ਇੱਕ ਸਟਰਗਲ ਦਾ ਹਿੱਸਾ ਹੈ ਮਤਲਬ ਇਹ ਵੀ ਸਭ ਨੂੰ ਪਤਾ ਹੈ ਕਿ ਤੁਰੰਤ ਆਪਾਂ ਕਹੀਏ ਵੀ ਚਲੋ ਜੀ ਇਹਦੇ ਨਾਲ ਐਵੇਂ ਹੋ ਜਾਏਗੀ ਜਾਂ ਬਾਕੀ ਦੀਆਂ ਚੀਜ਼ਾਂ ਨੇ ਤੇ ਇੱਕ ਅਗਲੀ ਗੱਲ ਇਹ ਜ਼ਰੂਰ ਹੈ ਕਿ ਇਹਨਾਂ ਗੱਲਾਂ ਤੇ ਸਾਨੂੰ ਬਹੁਤ ਬਾਤ ਚ ਰੱਖ ਕੇ ਗਵਰਨਮੈਂਟ ਪਾਲਿਸੀ ਕੀ ਕੀ ਬਣਾ ਰਹੀ ਹੈ ਹੁਣ ਵੀ ਆਈਟੀ ਰੂਲ ਜਿਹੜੇ ਬਣਨਗੇ ਨਵੇਂ ਇਹ ਤੇ ਬਹੁਤ ਚੇਤਨ ਰੂਪ ਚ ਇਹਨਾਂ ਤੇ ਵੀ ਅੰਦੋਲਨ ਹੋਣਾ ਚਾਹੀਦਾ ਜਿੱਦੇ ਆਪਾਂ ਬਾਕੀ ਮੰਗਾ ਤੇ ਕਰਦੇ ਨਾ ਅੰਦੋਲਨ ਇਹਦੀ ਤੇ ਵੀ ਲੜਾਈ ਹੋਏਗੀ ਕਿ ਇਹ ਅੰਦੋਲਨ ਇਹ ਕਿਉਂ ਰੂਲ ਬਣਾ ਰਹੇ ਹੋ ਇਹ ਕਿਉਂ ਨਹੀਂ ਬਣਨਾ ਚਾਹੀਦਾ ਵੱਡੇ ਜਨਤਕ ਅੰਦੋਲਨਾਂ ਦਾ ਕੁਐਸਚਨ ਹੈ ਡੈਮੋਕ੍ਰੇਸੀ ਦੇ ਤਾਕਿ ਉਹਨੂੰ ਕੰਨ ਨਾ ਕਰ ਸਕਣ ਜਦੋਂ ਆਵਾਜ਼ ਕਿਲ ਕਰ ਦੋਗੇ ਫਿਰ ਵੱਡਾ ਅੰਦੋਲਨ ਵੀ ਕਰ ਲਿਆ ਆਪਾਂ ਉਹਦਾ ਕੋਈ ਬਹੁਤਾ ਫਾਇਦਾ ਉਸ ਲੈਵਲ ਤੇ ਨਹੀਂ ਹੋਣਾ ਸੁਪਰੀਮ ਕੋਰਟ ਸੁਣ ਨਹੀਂ ਰਹੀ ਸੁਪਰੀਮ ਕੋਰਟ ਚ ਅੱਜ ਵੀ ਪ੍ਰਸ਼ਾਂਤ ਪੂਸ਼ਣ ਹੈ ਹਿੰਦੂ ਦਾ ਜਿਹੜੇ ਐਡੀਟਰ ਸੀ ਐਨ ਰਾਮ ਮੌਵਾ ਮਿਤਰਾ ਜਿਹੜੀ ਸਭ ਨੇ ਸਿਗਨੇਚਰ ਕਰਕੇ ਉੱਥੇ ਗਈ ਹੋਇਆ ਕਿ ਬੀਬੀਸੀ ਤੇ ਰੋਕ ਤੋਂ ਵੀ ਮੇਰੇ ਫੰਡਾਮੈਂਟਲ ਰਾਈਟ ਦਾ ਉਲੰਘਣ ਹੈ ਫਰੀडम ਆਫ ਐਕਸਪ੍ਰੈਸ਼ਨ ਨੂੰ ਤੁਸੀਂ ਰੋਕ ਕਿਵੇਂ ਸਕਦੇ ਹੋ ਪਲੇਟਫਾਰਮਾਂ ਤੋਂ ਤਾਰਤੀ ਤੇ ਮੈਂ ਤਾਂ ਦੇਖਣਾ ਚਾਹੁੰਦਾ ਮੇਰਾ ਇਹ ਮੈਨੂੰ ਇੱਕ ਸਵਧਾਨ ਨੇ ਇਜਾਜ਼ਤ ਦਿੱਤੀ ਹੈ ਤੁਸੀਂ ਮੇਰੇ ਤੱਕ ਆਉਣ ਨਹੀਂ ਦਿੰਦੇ ਤੇ ਸੁਪਰੀਮ ਕੋਰਟ ਨੇ ਨੋਟਸ ਨੋਟਸ ਹੀ ਦਿੱਤਾ ਮੈਨੂੰ ਲੱਗਦਾ ਉਹ ਪੰਜ ਸਤ ਮਹੀਨੇ ਹੀ ਗੜ ਦੇਣਗੇ ਜਦ ਤੱਕ ਉਹਦੇ ਲੋਕ ਦੇਖ ਦੁਖ ਲੈਣਗੇ ਸੁਪਰੀਮ ਕੋਰਟ ਦਾ ਸਵਾਲ ਨਹੀਂ ਜਿਹੜੀ ਪਪੂਲਰ ਬਿਲ ਹੁੰਦੀ ਆ ਲੋਕਾਂ ਦੀ ਜਦੋਂ ਮੈਦਾਨ ਚ ਆਉਂਦਾ ਸੜਕ ਦੀ ਲੜਾਈ ਤੋਂ ਬਿਨਾਂ ਹੁਣ ਮੇਰਾ ਨਹੀਂ ਖਿਆ ਲੜਾਈ ਕੋਈ ਬਚੀ ਆ ਹਜੇ ਜਿਹਨੂੰ ਪੰਜਾਬ ਦੇ ਲੋਕ ਕਾਫੀ ਚੰਗੀ ਤਰ੍ਹਾਂ ਸਮਝ ਗਏ ਪੰਜਾਬ ਦੇ ਕਿਸਾਨ ਅੰਦੋਲਨ ਨੇ ਬਿਹਤਰੀਨ ਕੰਮ ਇੱਕ ਜਿਹੜਾ ਕੀਤਾ ਉਹ ਅਲੱਗ ਗੱਲ ਆ ਉਹਨਾਂ ਗੱਲਾਂ ਨੂੰ ਛੱਡ ਦਈਏ ਕੁਝ ਨੈਗੇਟਿਵ ਚੀਜ਼ਾਂ ਵੀ ਆ ਗਈਆਂ ਜਿੱਥੇ ਬੰਦਿਆਂ ਚ ਫਲਾਣਾ ਟੁੱਟ ਗਿਆ ਫਲਾਣਾ ਉਹ ਛੱਡ ਕੇ ਇੱਕ ਓਵਰਆਲ ਜਿਹੜਾ ਇੱਕ ਵਰਤਾਰਾ ਪੋਜ਼ਿਟਿਵ ਵੱਡਾ ਉਹ ਇਹ ਹੈ ਕਿ ਲੋਕਾਂ ਦੀ ਪੋਲਿਟਿਕਲ ਜਿਹੜੀ ਜਾਗਰੂਕਤਾ ਦਾ ਪੱਧਰ ਹੈ ਉਹ ਹੀਠੋਂ ਉਠਾ ਕੇ ਇੱਥੇ ਤੱਕ ਲਿਆਈ ਹੈ ਘਟੋਂ ਘਟ। ਹੁਣ ਲੋਕ ਕੀ ਕਰ ਰਹੇ ਨੇ ਮੈਨੂੰ ਤਾਂ ਇਹ ਲੱਗਦਾ ਕਈ ਵਾਰ ਕਿ ਲੋਕ ਲੀਡਰ ਨੂੰ ਬਣੀ ਡੀਕਦੇ ਹੁਣ ਕਿਸੇ ਜਥੇਬੰਦੀ ਨੂੰ ਬਣੀ ਡੀਕਦੇ। ਉਹਦਾ ਕਾਰਨ ਹੈਗਾ ਤੁਸੀਂ ਜੀਰਾ ਦੇਖੋ। ਉਹੀ ਜਿਹੜੇ 40 ਪਿੰਡਾਂ ਨੂੰ ਖਰਾਬ ਕਰ ਲਈ ਸੀ 40 ਪਿੰਡਾਂ ਦੇ ਇਕੱਠੇ ਹੋਏ ਆਪੀ 11 ਮੈਂਬਰੀ ਕਮੇਟੀ ਬਣਾਈ ਬੈਠੇ ਉਹਦੇ ਮੂਰੇ। ਪਰ ਲੋਕਾਂ ਨੇ ਕੀ ਕੀਤਾ ਬਾਕੀ ਜਥੇਬੰਦੀਆਂ ਨੇ ਇੱਕ ਕੰਮ ਕੀਤਾ ਐ ਨਹੀਂ ਬੈਠੀ ਜਾਂ ਵੀ ਜਦ ਤੁਸੀਂ ਆਪੀ ਲੜ ਰਹੇ ਹੋ ਸਾਡੇ ਤੋਂ ਬਿਨਾ। ਜਦ ਸਰਕਾਰ ਆ ਕਿਉਂ ਤਾਂ تصدد ਕਰਨ ਤੇ ਆ ਕੇ ਸਾਰੇ ਉਥੇ ਚਲੇ ਗਏ ਸਰਕਾਰ ਨੂੰ ਪਿੱਛੇ ਹਟਣਾ ਪਿਆ ਬੈਡਰਾ ਕਰਨਾ ਪਿਆ ਉਹ ਸਾਰੇ ਕੰਮ ਦੇ ਵਿੱਚੋਂ ਇਸੇ ਤਰ੍ਹਾਂ ਮੱਤੇਵਾੜੇ ਵਾਲਾ ਸੀ ਉਹ ਜਿਹੜੀ ਫੈਕਟਰੀ ਲਾੜੀ ਉਹ ਵੀ ਆਮ ਬੰਦਿਆਂ ਨੇ ਰੌਲਾ ਪਾਇਆ ਫਿਰ ਸਾਰੇ ਇਕੱਠੇ ਹੋ ਗਏ ਤੇ ਉਹਦੇ ਤੋਂ ਵੀ ਬੈਡਰਾ ਕਰਨਾ ਪਿਆ ਸਭ ਦੇ ਸਾਹਮਣੇ ਆ ਇਵਨ ਜੇ ਧਾਰਮਿਕ ਐਂਗਲ ਦਾ ਬਹਿਬਲ ਕਲਾ ਦਾ ਵੀ ਗੁਰੂ ਗ੍ਰੰਥ ਸਾਹਿਬ ਵਾਲਾ ਲਾਈਏ ਸਾਰੇ ਵੱਡੇ ਵੱਡੇ ਲੀਡਰ ਮੋਰਚੇ ਲਾ ਕੇ ਉੱਠ ਗਏ ਵਿੱਚੋਂ ਕੋਈ ਕਹਿੰਦਾ ਪੈਸੇ ਖਾ ਕੇ ਜੇਬ ਉਹ ਜੋ ਵੀ ਮਰਜ਼ੀ ਹੋਏ ਮਤਲਬ ਉਹ ਚਾਪਾ ਨਾ ਵੀ ਪਈਏ ਮੈਰਿਟ 'ਚ ਹੋੜੋ ਜਿਹਦਾ ਮਰਿਆ ਉਹੀ ਬੈਠ ਗਿਆ ਵਿਚਾਰਾ ਵੀ ਭਾਈ ਆਪੇ ਆਪਾਂ ਹੀ ਬੈਣਦੇ ਆ ਲੀਡਰ ਦੇਖੀ ਜੋ ਜਿੱਥੇ ਕੋਈ ਆਉਂਦਾ ਜਾਂ ਨਹੀਂ ਆਉਂਦਾ ਕੋਈ ਨਹੀਂ ਪੁੱਛ ਰਿਹਾ ਕਿਸੇ ਲੀਡਰ ਨੂੰ ਔਰ ਉਸ ਇਸ ਲਈ ਸਵਾਲੇ ਵੀ ਹੋ ਗਿਆ ਕਿ ਹੁਣ ਲੀਡਰਸ਼ਿਪ ਨੂੰ ਵੀ ਇੰਨਾ ਮਚੂਰ ਹੋਣਾ ਪਏਗਾ ਕਿ ਜਨਤਾ ਦੀ ਪਰਸਤੇ ਹੱਥ ਹੋਵੇ ਜਿਹੜੇ ਇਸ਼ੂ ਕੀ ਨੇ ਸੰਸ਼ਟ ਉਹਦੇ ਚ ਜਿਹੜਾ ਮੀਡੀਆ ਵਾਲਾ ਇਸ਼ੂ ਰਹਿੰਦਾ ਜਿਹੜਾ ਆਵਾਜ਼ ਦਾ ਇਸ਼ੂ ਹੈ ਡੈਮੋਕਰੇਸੀ ਦਾ ਇਹ ਮਾਈਨਸ ਰਹਿੰਦਾ ਅਮਰੀਕਾ ਦਾ ਉਹਨਾਂ ਚੀਜ਼ਾਂ ਚੋਂ ਕਾਫੀ ਹੱਦ ਤੱਕ ਇਹ ਮੇਜਰ ਡਿਮਾਂਡ ਚਾਰਟਰ ਦਾ ਹਿੱਸਾ ਹੋਣਾ ਚਾਹੀਦਾ ਹਰ ਜਥੇਬੰਦੀ ਹਰ ਪਾਰਟੀ ਹਰ ਬਾਕੀ ਦਾ ਕਿਉਂਕਿ ਸਾਡੇ ਕੋਲੋਂ ਪਲੇਟਫਾਰਮ ਖੁੱਸ ਕੇ ਜੇਕਰ ਤਾਂ ਫਰੀडम ਆਫ ਐਕਸਪ੍ਰੈਸ਼ਨ ਜੋ ਮਰਜੀ ਕੰਜੇ ਇਹ ਉਹ ਬਚਣਾ ਨਹੀਂ ਹੈ ਉਹ ਲਿਆਉਣਗੇ ਤਾਂ ਕਾਨੂੰਨ ਦੇ ਮਤਾਬਕ ਹੀ ਉਹਨਾਂ ਕੋਲ ਮжоਰਿਟੀ ਆ ਗਈ ਕਾਨੂੰਨ ਬਦਲ ਦੇਣਗੇ ਸੰਵਿਧਾਨ ਜੇ ਸੁਪਰੀਮ ਕੋਰਟ ਜੱਜਮੈਂਟ ਪ੍ਰੋਪਰ ਦੇ ਦੇ ਤਾਂ ਜੰਮੂ ਕਸ਼ਮੀਰ ਵਾਲਾ ਹੋਣੇ ਡਿੱਗਦਾ ਮਾਮਲਾ ਸਵਾਰੇ ਨਹੀਂ ਜੰਮੂ ਕਸ਼ਮੀਰ ਤੇ ਪਾਰਲੀਮੈਂਟ ਨੂੰ ਇਹ ਰਾਈਟ ਹੈ ਹੀ ਨਹੀਂ ਕਦੇ ਸਿਸਟਮ ਇਹ ਨਹੀਂ ਇਸੇ ਕਰਕੇ ਜਦੋਂ ਸੰਸਥਾਾਂ ਮਰ ਮਰ ਰਹੀਆਂ ਹੋਣ ਕਮਜ਼ੋਰ ਹੋ ਰਹੀਆਂ ਹੋਣ ਸਾਰੀਆਂ ਤਾਂ ਅੰਤਮ ਦੌਰ ਲੋਕਾਂ ਤੇ ਹੀ ਆਉਂਦਾ ਉਸੇ ਪੱਧਰ ਦੇ ਉੱਤੇ ਔਰ ਲੋਕ ਬਾਕੀ ਗਿਲੇ ਸਿਕਵੇ ਛੱਡ ਕੇ ਜਿਵੇਂ ਕਿਸਾਨ ਜਥੇਬੰਦੀਆਂ ਬੱਤੀ ਇਕੱਠੀਆਂ ਹੋ ਗਈਆਂ ਸੀ ਜਿਹੜੇ ਇਹ ਚਰਚਾ ਨੇ ਨਾ ਸਾਡੇ ਚ ਤੂੰ ਛੋਟਾ ਤੂੰ ਬੜਾ ਤੇਰੇ ਕੋਲ ਤਾਂ ਇੱਕੋ ਟਰਾਲੀ ਹੈ ਮੇਰੇ ਕੋਲ ਜ਼ਿਆਦਾ ਨੇ ਤੇਰੇ ਕੋਲ ਘੱਟ ਨੇ ਇਹ ਸਭ ਛੱਡਣੇ ਪੈਂਦੇ ਨੇ ਜਦੋਂ ਉਹ ਵੱਡਾ ਮੋਰਚਾ ਲੱਗਿਆ ਤਾਂ ਵੀ ਆ ਜੋ ਇੱਕ ਮੀਟਿੰਗ ਚ ਉਹਨਾਂ ਨੇ ਕਿਹਾ ਸਾਰੇ ਆਜੋ ਜਿਹੜੇ ਆਉਣਾ ਚਾਹੁੰਦੇ ਹੋ ਜਿਹੜੇ ਲੜਨਾ ਚਾਹੁੰਦੇ ਹੋ ਕੱਲਾ ਵੀ ਐ ਆਜਾ ਕੋਈ ਗੱਲ ਨਹੀਂ ਤੈਨੂੰ ਰਾਣ ਲੈ ਲੈਣੇ ਆ ਇਹਨੇ ਇੱਕ ਵਿਆਪਕ ਰੋਲ ਪਲੇ ਕੀਤਾ ਸੀ ਇਸੇ ਤਰ੍ਹਾਂ ਮੀਡੀਆ ਤੰਤਰ ਦੇ ਅੰਦਰ ਵੀ ਮੇਰਾ ਤਾਂ ਕਹਿਲਾ ਜਿੰਨੇ ਅਖਬਾਰ ਜਿੰਨੀਆਂ ਬਾਕੀ ਚੀਜ਼ਾਂ ਜਿੰਨੇ YouTube ਨਿਕਲਦੇ ਨੇ ਉਹ ਵੀ ਇੱਕ ਆਰਗੇਨਾਈਜੇਸ਼ਨ ਦਾ ਰੂਪ ਲੈਣ ਕਿਸੇ ਰੂਪ ਚ ਪਹਿਲਾਂ ਉਹ ਆਪਣਾ ਮਨ ਬਣਾਉਣ ਇਸ ਸਾਰੇ ਮਾਮਲੇ ਦੇ ਉੱਤੇ ਬੈਠ ਕੇ ਕਿ ਆ ਚੀਜ਼ਾਂ ਨੇ ਕੋਈ ਤੇ ਚਾਹੇ ਇਹਦੇ ਚ ਪਹਿਲ ਕਦਮੀ ਕਰੇ ਕੋਈ ਪ੍ਰਿੰਟ ਕੱਢਦਾ ਕੋਈ ਮੈਗਜ਼ੀਨ ਵਰ ਤਰਕਸੀਰ ਮੈਗਜ਼ੀਨ ਵੀ ਨਿਕਲਦਾ ਹੈ ਜੇ ਤਰਕ ਸਿੰਘ ਸੁਸਾਇਟੀ ਪਹਿਲਾਂ ਗਵਾਹੀ ਕਰ ਪਹਿਲਾਂ ਕਰ ਸਕਦੇ ਵੀ ਜਿਹੜੇ ਆ ਹਮਲੇ ਨੇ ਸਾਡੇ ਲਿਖਣ ਤੇ ਸਾਡੇ ਬੋਲਣ ਤੇ ਸਾਡੇ ਫਲਾਨੇ ਨੇ ਇਹਦੇ ਤੇ ਆਪਾਂ ਨੂੰ ਕੁਝ ਇਕੱਠੇ ਹੋ ਕੇ ਵੀ ਇਹਦੇ ਤੇ ਕੋਈ ਗੱਲ ਕਰਨੀ ਚਾਹੀਦੀ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰਤਾ ਲਗਾਤਾਰਤਾ ਜੋ ਜੜੀਆਂ ਗੱਲ ਕਰਦੇ ਆ ਔਰ ਇਹਦੇ ਨਾਲ ਦੀ ਨਾਲ ਇਹ ਆ ਜਿਵੇਂ ਉਹ ਬੱਚੀ ਨੂੰ ਤੁਹਾਡੀ ਵੈਬਸਾਈਟ ਬਣਾਈ ਹੈ ਜਿਹੜੇ ਅਸੀਂ ਬਹੁਤੇ ਬੈਠੇ ਆ ਦੂਜੇ ਬੰਦੇ ਹੋਣ ਸਾਡੀ ਉਹ ਸਕਿੱਲ ਉਨੀ ਨਹੀਂ ਆ ਇਹ ਇਸ ਮੀਡੀਆ ਤੇ ਜਿਹੜਾ ਆ ਰਿਹਾ ਨਾ ਉਹਦੇ ਦੀ ਉਹ ਟੈਲੈਂਟਡ ਬੱਚਿਆਂ ਦਾ ਗਰੁੱਪ ਚਾਹੀਦਾ ਬਹੁਤ ਜਿਹੜਾ ਦੇਖੇ ਰੋਜ਼ ਸਾਨੂੰ ਦੱਸ ਦੇ ਆ ਵੀ ਹੋਣ ਜਾ ਰਿਹਾ ਆ ਵੀ ਹੋਣ ਜਾ ਰਿਹਾ ਆ ਚੀਜ਼ ਨੇ ਆ ਚੀਜ਼ ਹੈ ਉਹਦੇ ਤੇ ਸਾਨੂੰ ਇੱਕ ਗੱਲ ਮੰਨਣੀ ਪਊਗੀ ਜਿਹੜਾ ਇੱਕ ਇਹ ਦਾਬਾ ਹੁੰਦਾ ਨਾ ਵੀ ਮੈਂ ਜ਼ਿੰਦਗੀ ਦੇਖੀ ਆ ਕਾਕਾ ਤੈਨੂੰ ਨਹੀਂ ਪਤਾ ਉਹ ਤੋਂ ਥੋੜਾ ਪਿੱਛੇ ਆਉਣਾ ਪਏਗਾ ਵੀ ਸਾਨੂੰ ਜ਼ਿੰਦਗੀ ਦੇਖੀ ਆ ਜਿੰਨਾ ਸਾਨੂੰ ਪਤਾ ਪਤਾ ਹੈ ਪਰ ਜਿਹੜਾ ਫਿਊਚਰ ਦਾ ਜਿਹਦਾ ਉਹਦੇ ਚ ਜੰਮਿਆ ਉਹਦਾ ਉਹਨੂੰ ਜ਼ਿਆਦਾ ਪਤਾ ਹੈ ਠੀਕ ਹੈ ਉਹਨੂੰ ਫਿਲਾਸਫਿਕਲੀ ਅਸੀਂ ਕੋਈ ਗਾਈਡ ਜ਼ਿਆਦਾ ਕਰ ਸਕਦੇ ਆ ਬਾਕੀ ਦਾ ਪਰ ਟੈਕਨੀਕਲੀ ਨਹੀਂ ਉਸ ਪਾਸੇ ਵੱਲ ਧਿਆਨ ਇਮੀਡੀਏਟ ਦੇਣ ਦਾ ਸਵਾਲ ਹੈ ਔਰ ਇਨਾ ਦਿਨਾਂ ਦੇ ਵਿੱਚ ਇੱਕ ਚਿੱਠੀ ਗੰਢੀ ਅਸੀਂ ਡੀਜੀਪੀ ਨੂੰ ਵੀ ਮਿਲੇ ਸੀ ਯੂਟਿਊਬਰਾਂ ਨੂੰ ਪੁਰਸੋ ਯੂਟਿਊਬਰਾਂ ਦੇ ਐਡਰੈਸ ਇਕੱਠੇ ਕਰ ਰਹੀ ਆ ਉਹਨਾਂ ਦੇ ਰਿਸ਼ਤੇਦਾਰਾਂ ਦੇ ਜਿਹੜੇ ਬੰਦੇ ਮਾੜਾ ਮੋਟਾ ਕ੍ਰਿਟੀਕਲ ਕਰਦੇ ਨੇ ਨਹੀਂ ਤਾਂ ਜਾਂਦੇ ਹੀ ਨਹੀਂ ਨਾ ਕਈ ਤਾਂ ਇਹਨਾਂ ਮੋਰਚਾ 'ਚ ਵੀ ਨਹੀਂ ਜਾਂਦੇ ਜਿਹੜੇ ਜਾਦਾ ਕਰਦੇ ਨੇ ਸਖਤ ਲਤੀਪੁਰੇ ਕੀਤਾ ਜਿਨ੍ਹਾਂ ਨੇ ਲਤੀਪੁਰੇ ਦੇ ਮਾਮਲੇ ਦੇ ਵਿੱਚ ਕਾਫੀ ਹੋਇਆ ਹੈ ਇਹਨਾਂ ਨੂੰ ਸੇਖ ਲੱਗਿਆ ਉਹ ਡਰ ਜਾਂਦਾ ਬੰਦਾ ਜਿਹੜਾ ਜੇ ਉਹ ਆਰਗੇਨਾਈਜ਼ਡ ਹੋਇਆ ਹੋਊਗਾ ਤਾਂ ਉਹ ਡਰੂਗਾ ਨਹੀਂ ਘਟੋ ਘਟੋ ਨੂੰ ਅਸੀਂ ਇੱਕ ਮੀਟਿੰਗ ਸੱਦੀ ਉਹਨਾਂ ਨੂੰ ਸਮਝਾਇਆ ਉਹ ਕਹਿੰਦੇ ਭਾਜੀ ਆਏ ਫਲਾਨਾ ਤੇ ਮੁਕੇ ਕਹਿੰਦਾ ਤੁਸੀਂ ਤਾਂ ਸਾਰੇ ਹੀ ਪੁਰਾਣੇ ਬੰਦੇ ਫਿਰਦੇ ਹੋ ਉਹ ਕਹਿੰਦਾ ਪੁਰਾਣੇ ਹੀ ਆ ਵੀ ਤੁਸੀਂ ਤਾਂ ਦੂਜੇ মিডিਆ ਵਾਲੇ ਸੀ ਤਾਂ ਬਾਕੀ ਦਿੰਨੇ ਫਿਰ ਉਹ ਕਹਿੰਦਾ ਸਾਡੇ ਤੂੰ ਚਿੱਠੀ ਆਇਆ ਤਾਂ ਨਹੀਂ ਮੈਂ ਕੱਢੀ ਇਹੋ ਜੀ ਕੋਈ ਗੱਲ ਨਹੀਂ ਐ ਅਸੀਂ ਤਾਂ ਜਾਣਨਾ ਚਾਹੁੰਦੇ ਆ ਸਗੋਂ ਵੀ ਕੌਣ ਬੰਦੇ ਨੇ ਸਾਡੇ ਨੋਟਸ 'ਚ ਰਹਿਣੋ ਸਾਡੀ ਮਦਦ ਕਰਨ ਫਲਾਣਾ ਧਿੰਕਾ ਚਲੋ ਇੱਕ ਵਾਰ ਮਾੜਾ ਜਾ ਹੋਇਆ ਪਰ ਉਹਨਾਂ ਨੂੰ ਇਹ ਐ ਕਿ ਕਬਜ਼ੇ 'ਚ ਕੀਤਾ ਜਾਏ ਬੰਦੇ ਨੂੰ ਇੱਕ ਵਾਰ ਤੁਸੀਂ ਕਬਜ਼ੇ 'ਚ ਕਰ ਲੋਂਗੇ ਉਹ ਕੱਲਾ ਬੰਦਾ ਆਇਆ ਹੈ ਉਹ ਕਿਸੇ ਆਰਗੇਨਾਈਜੇਸ਼ਨ ਦਾ ਮੈਂਬਰ ਨਹੀਂ ਉਹਨੂੰ মিডিਆ ਦਾ ਲਾ ਨਹੀਂ ਪਤਾ ਉਹਨੂੰ ਬਾਕੀ ਚੀਜ਼ਾਂ ਨਹੀਂ ਪਤਾ ਜਦੋਂ ਆਰਗੇਨਾਈਜ਼ ਹੋਏਗਾ ਮੀਟ ਕਾ ਮੂਟ ਕਾ ਹੋਣਗੀ ਤਾਂ ਉਹਨੂੰ ਇਹ ਚੀਜ਼ਾਂ ਵੀ ਪਤਾ ਲੱਗ ਜਾਣਗੀਆਂ ਤਾਂ ਬੰਦਾ ਡਰੂਗਾ ਨਹੀਂ ਆਲਾ ਕਹਿੰਦਾ ਤੂੰ ਕਰ ਲੈ ਭਾਈ ਜੋ ਕਰਨਾ ਅਸੀਂ ਤਾਂ ਫਿਰ ਇਸ ਤਰੀਕੇ ਨਾਲਾਂ ਚੀਜ਼ਾਂ ਕਰ ਰਹੇ ਹਾਂ ਜੋ ਵੀ ਮਾਮਲੇ ਨੇ ਇਸ ਕਰਕੇ ਇਸ ਮੀਡੀਆ ਦੇ ਖੇਤਰ ਚ ਇਹ ਕਰਨ ਦੀ ਲੋੜ ਹੈ ਤੇ ਇੱਕ ਅਗਲੀ ਗੱਲ ਇਹ ਹੈ ਕਿ ਦੁਨੀਆਂ ਨੇ ਥੋੜਾ ਥੋੜੇ ਤਜਰਬੇ ਕਰਨੇ ਸ਼ੁਰੂ ਕਰਤੇ ਨੇ ਕਈ ਦੇਸ਼ਾਂ ਚ ਇਹ ਹੋ ਗਏ ਨੇ ਜਿਹੜਾ ਕਰਾਊਡ ਫੰਡਿੰਗ ਮੀਡੀਆ ਦਾ ਇੰਸਟੀਚਿਊਸ਼ਨ ਹੈ ਕੋਈ ਨਾ ਕੋਈ ਉਹ ਬਿਲਡ ਕਰਨੀ ਪਏਗੀ ਜਿਹੜੀ ਥੋੜੀ ਜਿਹੀ ਇੰਡੀਪੈਂਡੈਂਟ ਜਿਹੜੀ ਕਿਸੇ ਇੱਕ ਪੱਕੇ ਤੁਹਾਡੇ ਨਾਂ ਨੋਬੇ ਕਿੰਡੀਪੈਂਡੈਂਟ ਲੋਕਾਂ ਨਹੀਂ ਸਾਰ ਜਿਹੜੇ ਮੇਨ ਲੋਕ ਹੋਣ ਕਿ ਆਜ ਲੜਨ ਵਾਲੇ ਬੰਦੇ ਨੇ ਜਾਂ ਬਾਕੀ ਨੇ ਹੋਣ ਇਹਦੇ ਜਿਵੇਂ ਦਾ ਵਾਇਰ ਦਾ ਆਪਣੇ ਵੀ ਇੱਕ ਹੈਗਾ ਇੱਕ ਮਾਡਲ ਹੈ ਉਹ ਲਿਖਤੀ ਵੀ ਨੇ ਤੇ ਇੰਟਰਵਿਊ ਅਮਾਈ ਕਰਦੇ ਨੇ ਤੇ ਲੋਕ ਉਹਨੂੰ ਪੈਸੇ ਵੀ ਉਹਨੇ ਇੱਕ ਦਿੰਦੇ ਨੇ ਔਰ ਜੇ ਕਾਰਪੋਰੇਟ ਦੇ ਪੱਲੇ ਪੈ ਜਾਣਾ ਉਹਨੇ ਜਾਂ ਸਰਕਾਰ ਦੀ ਆਈਡ ਤੇ ਪੈ ਜਾਣਾ ਫਿਰ ਤੇ ਇਹ ਚੀਜ਼ਾਂ ਕਿੱਤਿਆਂ ਜਾ ਸਕਦੀ ਨੇ ਕਲੈਕਟਰ ਪਹਿਲਾਂ ਥੋੜੇ ਤੋਂ ਸ਼ੁਰੂ ਹੋ ਜਾਏਗਾ ਕੋਈ ਕਰਨੀ ਜਿੰਨਾ ਵੀ ਹੈ ਪਰ ਇੱਕ ਸਿਸਟਮ ਇਹੋ ਜਿਹਾ ਜ਼ਰੂਰ ਬਣਾਣਾ ਜਿਹੜਾ ਪ੍ਰਿੰਟ ਚ ਵੀ ਹੋਵੇ ਪ੍ਰਿੰਟ ਚਾਹੇ ਹਜੇ ਜਿ ਮੈਗਜ਼ੀਨ ਸਾਹਮਣੇ ਨਹੀਂ ਕੰਢਿਆ ਜਾਂਦਾ ਪਰ ਪ੍ਰਿੰਟ ਵੀ ਡਿਜੀਟਲ ਡਿਜੀਟਲ ਤਰ੍ਹਾਂ ਹੋਵੇ ਨਾ ਲਿਖਤੇ ਵੀ ਇਸ ਲਈ ਜਿਹੜੇ ਵੀ ਲਿਖ ਸਕਦੇ ਹੋਣ ਉਹਦੇ ਤੇ ਜਿਹੜਾ ਵੀ ਫਿਰ ਬੋਲ ਸਕਦੇ ਹੋਣ ਬਖ ਬਖ ਟਾਈਪ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਐਜ਼ ਅ ਇੰਸਟੀਚੂਸ਼ਨ ਬਿਲਡ ਪੰਜਾਬ ਹੀ ਕਰ ਲਿਆ ਪੰਜਾਬ ਪੱਦਰ ਦੀ ਉਹ ਇੱਕ ਹੋ ਜੇ ਵੀ ਉਸ ਲੈਵਲ ਦੀਆਂ ਚੀਜ਼ਾਂ ਜਾ ਸਕਦੀਆਂ ਨੇ ਇੱਕ ਦੂਜੇ ਤੱਕ ਫਿਰ ਜਿਹੜੇ ਵੀ ਸੱਜਣ ਨੇ ਉੱਥੇ ਜਾ ਕੇ ਕੋਈ ਗੱਲ ਦੇਖਣੀ ਉਹ ਆਪੀ ਦੇਖ ਲੂ ਆਪੀ ਚੀਜ਼ਾਂ ਮਲਟੀਪਲਾਈ ਹੋ ਜਾਂਦੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰ ਉਹ ਹੋਊਗਾ ਲੋਕਾਂ ਵੱਲੋਂ ਇੱਕ ਸਬੀਡਨ ਦੇ ਵਿੱਚ ਟੀਵੀ ਚੈਨਲ ਕਿਸੇ ਨੇ ਚਲਾਇਆ ਸੀ 7-8 ਸਾਲ ਹੋਏ ਨੇ ਉਹ ਵੀ ਪ੍ਰਿੰਟ ਚੋਂ ਕੱਢੇ ਹੋਏ ਬੰਦੇ ਇਹੋ ਜਿਹੇ ਬੰਦੇ ਸੀ ਚਾਰ-ਪੰਜ ਟ੍ਰੇਡ ਬੰਦੇ ਸੀ ਉਹਨਾਂ ਨੇ ਕਿਹਾ ਵੀ ਆਪਾਂ ਸ਼ੁਰੂ ਕਰਾਂਗੇ ਥੋੜੇ ਤੋਂ ਮੀਡੀਆ ਆਹੀ ਚਲਾਇਆ YouTube ਹਫ਼ਤੇ 'ਚ ਇੱਕ ਰਿਪੋਰਟ ਕਰਨੀ ਬਸ ਇਸ ਤੋਂ ਵੱਧ ਨਹੀਂ ਹਜੇ ਇੰਨੀ ਸੀ ਫਿਰ ਲੋਕਾਂ ਨੇ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਸਾਨੂੰ ਪੈਸੇ ਭੇਜਿਆ ਕਰੋ ਜੇ ਚੰਗਾ ਜਰਨਲ ਚਾਹੁੰਦੇ ਹੋ ਐਨਾਂ ਫਿਰ ਭੇਜਣ ਲੱਗੇ ਹੁਣ ਜਾ ਕੇ 4 ਸਾਲ ਚੋ ਦੀ ਹਾਲਤੇ ਹੋ ਗਈ ਉਹ ਸਭ ਤੋਂ ਇਫੈਕਟਿਵ ਇਫੈਕਟਿਵ ਚੈਨਲ ਹੋ ਗਿਆ ਤੇ ਲੋਕਾਂ ਨੂੰ ਉਹਨਾਂ ਨੇ ਸਦਾ ਦਿੱਤਾ ਵੀ ਜਿੰਨਾ ਸਰਕਾਰ ਨੂੰ ਆਪਣਾ ਆਪਣਾ ਟੈਕਸ ਦੰਨੇ ਹੋ ਉਹਦਾ 2 ਤੋਂ 3% ਇਸ মিডিਆ ਨੂੰ ਦੇ ਦਿਆ ਕਰੋ ਔਰ ਉਹ ਵੱਡੇ ਪੱਧਰ ਤੇ ਦੇਣ ਲੱਗੇ ਲੋਕ ਜਿਹੜੇ ਵੀ ਜਿਵੇਂ ਜਿੰਕੜਦਾ ਜਿੰਦਾ ਉਹਨਾਂ ਕਹਿੰਦੇ ਵੀ 1 ਜਾਂ 2% ਹੀ ਦੇ ਦਿਆ ਕਰੋ ਔਰ ਉਹ ਕਹਿੰਦੇ ਵੀ ਹੁਣ ਸਾਨੂੰ ਕੋਈ ਪਰਵਾਹ ਹੀ ਨਹੀਂ ਹੈ ਅਸੀਂ ਆਪਣਾ ਕੰਮ ਕਰਦਿਆਂ ਹੁਣ ਉਹ ਡੇਲੀ ਬੇਸ ਤੇ ਚਲਾ ਲਿਆ ਸਿਸਟਮ ਚੱਲ ਗਿਆ ਉਸ ਪੱਧਰ ਦੇ ਉੱਤੇ ਪਰ ਹਰ ਸਟੇਟ ਦੀ ਆਪੋ ਆਪਣੀ ਮਨਸਾ ਨਾਲ ਉਹ ਵੀ ਕਹਿੰਦੇ ਨੇ ਵੀ ਸਾਰੇ ਲੋਕਾਂ ਦਾ ਮਜਾਜ ਵੀ ਇੱਕੋ ਜਿਹਾ ਨਹੀਂ ਹੁੰਦਾ ਸਾਰੀਆਂ ਚੀਜ਼ਾਂ 'ਚ ਹਾਂ ਇਹ ਗੱਲ ਜ਼ਰੂਰ ਹੁੰਦੀ ਹੈ ਕਿ ਉਹਦੇ 'ਚ ਲੋਕ ਆਨੈਸਟੀ ਜ਼ਰੂਰ ਪਾੜਦੇ ਨੇ ਟਰਾਂਸਪੇਰੈਂਸੀ ਪਾੜਦੇ ਨੇ ਵੀ ਕਿਤੇ ਆਏ ਨਾ ਹੋ ਜੇ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਹੋ ਸਕਦੀਆਂ ਨੇ ਪਰ ਉੱਧਰ ਸੋਚਣਾ ਪਵੇਗਾ ਅਲਟਰਨੇਟ ਮੀਡੀਆ ਤੋਂ ਬਿਨਾ ਅਰ ਉਹ ਅਲਟਰਨੇਟ ਮੀਡੀਆ ਵੀ ਜਿਹੜਾ ਗਵਰਨਮੈਂਟ ਔਰ ਕਾਰਪੋਰੇਟ ਦੀ ਐਡ ਤੋਂ ਅਲੱਗ ਹੋਵੇ ਤੇ ਜਿਹੜੇ ਬੰਦੇ ਹੋਲ ਟਾਈਮ ਉਸ মিডিਆ ਚ ਲੱਗਣਗੇ ਜਾਂ ਜੀਨੂੰ ਸੋਸਾਇਟੀ ਲਾਊਗੀ ਉਹ ਐਵੇਂ ਨਹੀਂ ਲੱਗ ਸਕਦੇ ਕਈ ਲੈਫਟ ਦੇ ਪੇਪਰ ਤਾਂ ਹੀ ਨਹੀਂ ਚੱਲੇ ਚਾਹੇ ਬਹੁਤੇ ਈਵਨ ਦੇ ਸੇਵ ਤੋਂ ਲੈ ਕੇ ਨਵੇਂ ਜਮਾਨੇ ਨੂੰ ਕਿਉਂਕਿ ਰੋਜੀ ਰੋਟੀ ਜਿੰਨੀ ਵੀ ਤਰਖਾ ਨਹੀਂ ਉਹਨੂੰ ਮਿਲਦੀ ਆਪਣਾ ਪਰਿਵਾਰ ਚਲਾਉਣ ਜੋਗਾ ਵੀ ਨਹੀਂ ਜਿਹੜਾ ਜਰ ਮਿਲਦਾ ਉਹ ਮਿਨੀਮਮ ਹੋ ਸਕਦਾ ਦੂਜਿਆਂ ਨਾਲੋਂ ਘੱਟ ਹੋ ਸਕਦਾ ਪਰ ਇੱਕ ਸਟੈਂਡਰਡ ਤਾਂ ਹੁੰਦਾ ਹੀ ਹੈ ਨਾ ਕਿ ਤੁਸੀਂ ਜੇ ਉਹਨੂੰ ਹੋਲ ਟਾਈਮ ਲਾਉਣਾ ਹੈ ਉਹਦੇ ਚਾਤੇ ਉਹਦੀ ਫੈਮਿਲੀ ਜੋਗਾ ਤਾਂ ਇੱਕ ਸੈਟਅਪ ਖੜਾ ਕਰਨਾ ਹੀ ਪੈਂਦਾ ਕੁਛ ਨਾ ਕੁਛ ਜੇਕਰ ਤੁਸੀਂ ਉਸ ਲੈਵਲ ਤੇ ਕਰਨਾ ਹੈ ਉਹ ਜ਼ਰੂਰ ਧਿਆਨ ਚ ਜੜੀ ਰੱਖਣ ਦੀ ਗੱਲ ਹੈ ਪਹਿਲਾ ਪਹਿਲਾ ਜੰਗ ਵਿੱਚ 5-7 ਸਾਲ ਤੱਕ ਹੋਲ ਟਾਈਮ ਬੰਦਾ ਚੱਲਦਾ ਸਟੂਡੈਂਟ ਤੋਂ ਨੌਕਰੀ ਤੱਕ ਉਸ ਤੋਂ ਬਾਅਦ ਫਿਰ ਉਹ ਆਟੋਮੈਟਿਕਲੀ ਪਿੱਛੇ ਹਟਣਾ ਸ਼ੁਰੂ ਹੋ ਜਾਂਦਾ ਕਿਉਂਕਿ ਉਹ ਨਹੀਂ ਹੁੰਦਾ ਇਸੇ ਲਈ ਇਹ ਸਾਰੇ ਮਾਮਲੇ ਦੇ ਵਿੱਚ ਜਿਹੜਾ ਫਿਊਚਰ ਦੇ ਰੂਪ ਦੇ ਵਿੱਚ ਫਿਊਚਰ ਕੇਵਲ ਇੱਕੋ ਗੱਲ ਨਾਲ ਬ੍ਰਾਈਟ ਹੈ ਇੱਕ ਤਾਂ ਲੋਕਾਂ ਦੀ ਤਾਂਗ ਹੈ ਲੋਕਾਂ ਦੀ ਥੋੜੀ ਅਵੇਅਰਨੈਸ ਦਾ ਲੈਵਲ ਵਧਿਆ ਪਹਿਲਾਂ ਦੇ ਕੰਪੈਰੀਟਿਵਲੀ ਤੇ ਇਹ ਦੋਨੇ ਚੀਜ਼ਾਂ ਜੇ ਮਿਲ ਜਾਂਦੀਆਂ ਨੇ ਆਪਸ ਦੇ ਵਿੱਚ ਇੱਕ ਕਲੈਕਟਿਵ ਐਫਰਟ ਵੱਲੋਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਇੱਕ ਚੀਜ਼ਾਂ ਨੇ ਕਿੰਨੇ ਜਰਨਲਿਸਟ ਮੈਨੂੰ ਵੀ ਕਹਿੰਦੇ ਨੇ ਕੋਈ ਚੱਜ ਦਾ ਮੈਗਜ਼ੀਨ ਕੱਢ ਲਓ ਫਲਾਨਾ ਜੇ ਪਰ ਉਹ ਮੈਗਜ਼ੀਨ ਕੱਢਿਆ ਦਾ ਕੁਐਸਚਨ ਨਹੀਂ ਹਰ ਮੀਡੀਆ ਪਲੇਟਫਾਰਮ ਬਣਾਉਣਾ ਪੂਜੇ ਰੇਡੀਓ ਵੀ ਚਾਹੀਓ ਤਾਂ ਚ ਰੇਡੀਓ ਵੀ ਹੋਵੇ ਜੂ ਕਿ ਉਹ ਚੈਨਲ ਦਾ ਹੋ ਵੀ ਹੋਵੇ ਪਰ ਅਖਬਾਰ ਵੀ ਹੋਵੇ ਜੋ ਵੀ ਹੋ ਸਕਦਾ ਉਸ ਮਿਨਿਮਮ ਮੋ ਸੈਟਅਪ ਦੇ ਵਿੱਚ ਕਿਉਂਕਿ ਜਿਹੋ ਕੀ ਆ ਰਹੀ ਐ ਸੋਵੇਂ ਉਹਦੇ ਬਹੁਤੋ ਚੀਜ਼ਾਂ ਉਸ ਪੱਧਰ ਤੇ ਜਾਂਦੀਆਂ ਆ ਰਾਇਆ ਇਹਦੀ ਬਹੁਤ ਬੇਹੱਦ ਜ਼ਰੂਰਤ ਹੈ ਅਲਟਰਨੇਟਿਵ ਦੇ हां वही फिर खड़ा रहूंगा आजकल एक ਤੁਸੀਂ ਦੇਖਦੇ ਹੋ ਕਿ ਬਾਈ ਵੀ ਇਹ ਲਗਾਤਾਰਵਾਚਨਾ ਦੇ ਦੇਸ਼ ਦੇ ਬਤੇ ਦੇਸ਼ ਦੇ ਡਾਕਟਰ ਅੰਬੇਦਕਰ ਦੀ ਅਪਰੋਚ ਨਾਲ ਸੰਬੰਧਿਤ ਜਿਹੜੇ ਉਸ ਨੂੰ ਲੱਗਦੇ ਬਹੁਤ ਜੋਖਮ ਵਿਚਾਣ ਦਾ ਮੱਧ ਕਰ ਰਹੇ ਤੁਸੀਂ ਦੇਖ ਕੇ ਆਣਾ ਉਹ ਬਾਰੇ ਸਾਰੇ اور ਆਪਣੀ ਆਪਣੀ ਧੰਦੇ ਨਾਲ ਉਹ ਨੂੰ ਦਾ ਜਾ ਕੇ ਪੂਰੇ ਪ੍ਰੋਗਰਾਮ ਰੁਕਾ ਦੇ ਮੈਂ ਪੂਰੇ ਪੈਰਲ ਦੇ ਰਹੇ ਇਹ ਚੱਗੀ ਕਸਤ ਰਖਦਾ ਹੈ ਸ਼ੁਰੂਆਤ ਕਿੰਨੇ ਲੋਕਾਂ ਨੇ ਫਾਰਮ ਲੈ ਲਈ ਆਪਣਾ ਹੁਣ ਇੰਡੀਪੈਂਡੈਂਟ ਆਪਣਾ ਚਲਾਓ ਬਾਕੀ ਤਾਂ ਅਹ ਦੇਖ ਹੀ ਜਾਓ ਕਿ ਕਿੰਨੀਆਂ ਵੀ ਚੀਜ਼ਾਂ ਚੱਲਦੀਆਂ ਨੇ ਤੇ ਇਹਦੇ ਲਈ ਇਹ ਵੀ ਹੈ ਕਿ ਉਹ ਚੈਨਲ ਜ਼ਿਆਦਾਤਰ ਹਿੰਦੀ ਜਾਂ ਰੇਜੀ ਸੀ ਪੰਜਾਬੀ ਤਾਂ ਪੰਜਾਬੀ ਚਾਹੀਦਾ ਮжоਰਿਟੀ ਜਿਹੜਾ ਉਹ ਸਾਰਾ ਸਵਾਲ ਸੀ ਪਰ ਮਰਦ ਤੋਂ ਮੈਨੂੰ ਇਹ ਪਿਆ ਕਰਨਾ ਚਾਹ ਮੈਂ ਸਾਰੀਆਂ ਉਹਨਾਂ ਰੇਜੀ ਚਾੜਤੀ ਕਦੇ ਅਸਾਂ ਜਦੋਂ ਨਾ ਡੇਟ ਡੇਅ ਦਾ ਨਾਈਟ ਚਲਾਇਆ ਤਿੰਨ ਲੈਂਗੁਏਜ ਸੀ ਹਿੰਦੀ ਇਹ ਵਿੱਚ ਪੰਜਾਬੀ ਤੇ ਉਹਨਾਂ ਦਾ ਰਿਸਪੌਂਸ ਪੰਜਾਬੀ ਚੋ ਹੀ ਆਇਆ ਖਾਸ ਕਰਕੇ ਬਾਰੋਂ ਬਹੁਤ ਆਇਆ ਕਹਿੰਦਾ ਮੈਨੂੰ ਲੱਗਦਾ ਮੈਂ ਆਪਣੀ ਜ਼ਿੰਦਗੀ ਐਨੀ ਖਰਾਬ ਕਰ ਦਿੱਤੀ ਕਿ 20 ਸਾਲ ਮੈਂ ਰੇਜੀ ਚਲਾਏ ਹੁੰਦੇ ਆਮ ਪੰਜਾਬੀ ਚ ਲਾਇਏ ਹੁੰਦੇ ਇੰਡੀਆ ਰੈਕਸਪ੍ਰੈਸ ਮੈਂ ਫੜਾ ਕੀਤਾ ਇਸ ਰੀਜਨ ਚ ਆ ਕੇ ਐਕਸਟਰੀ ਕੀਤਾ ਵਾਕੀ ਕੀਤਾ ਇੱਥੇ ਪੰਜਾਬੀ ਦਾ ਅਫਵਾਦ ਹੀ ਹੁੰਦਾ ਕਿ ਚੈਨਲ ਵੀ ਚੱਜਦਾ ਹੁੰਦਾ ਚੱਲਦਾ ਤਾਂ ਸ਼ਾਇਦ ਕਹਿੰਦਾ ਹੁਣ ਉਹ ਵਰਦੇ ਐਸ ਮਾਮਲੇ ਤੇ ਆ ਗਿਆ ਹੁਣ ਉਹਨਾਂ ਕਈ ਵਾਰ ਉਹ ਚੀਜ਼ਾਂ ਆ ਜਾਂਦੀਆਂ ਇਸ ਕਰਕੇ ਕਈ ਵਾਰ ਬੰਦੇ ਨੂੰ ਬਾਅਦ ਪਤਾ ਲੱਗਦਾ ਕਿ ਆਪਣੀ ਲੈਂਗੁਏਜ ਦਾ ਰਿਸਪੌਂਸ ਕੀ ਹੁੰਦਾ ਕਿਸ ਲੈਵਲ ਦਾ ਹੁੰਦਾ ਜਿੱਦੇ ਚ ਜਾਣ ਦਾ ਜਿਹੜਾ ਸਵਾਦ ਹੁੰਦਾ ਫਿਰ ਇਸ ਪਾਸੇ ਧਿਆਨ ਦੇਣ ਦਾ ਕੁਐਸਚਨ ਹੈ ਮੇਰਾ ਅਗਰ ਘੜਿਆ ਕਰਾਇਆ ਹਾਲ ਸਾਡੇ ਕੋਲ ਕਿਸੇ ਕੋਲ ਹੋਈ ਨਹੀਂ ਹੈ ਅਲਟਰਨੇਟ ਪੋਜੀਸ਼ਨ ਨਿਕਲਣਾ ਸਭਾ ਚੋਂ ਨਿਕਲਣਾ ਤੇ ਕੁਝ ਕੋਸ਼ਿਸ਼ਾਂ ਤੋਂ ਨਿਕਲਣਾ ਕਾਫੀ ਕੋ ਲੋ ਕੋਸ਼ਿਸ਼ਾਂ ਤੋਂ ਪਹਿਲੀ ਕੋਸ਼ਿਸ਼ ਮੇਰੀ ਤਾਂ ਇਹ ਤੁਹਾਨੂੰ ਅਪੀਲ ਹੀ ਹੈ ਕਿ ਕਮੇਟੀ ਸੰਸਦੋਂ ਜਿਹੜੇ ਕੱਡੇ ਕੱਡੇ ਫਿਰਦੇ ਨੇ ਜਿਆਦਾ ਸਾਰੇ ਇਹਨਾਂ ਦੇ ਬਣ ਕੇ ਕੱਢਦੇ ਨੇ ਜਿਹੜੇ ਬਾਕੀ ਯੂਟਿਊਬਰ ਨੇ ਆ ਜਾਓ ਬੈਠ ਕੇ ਚੱਤਾਂ ਉਸੇ ਨਾਲ ਬਣੇ ਕਰਨਾ ਕੋਸ਼ਿਸ਼ ਇੱਕ ਸਟਾਰਟਿੰਗ ਪੁਆਇੰਟ ਹੋ ਜਾਂਦਾ ਹੈ ਉਹਦੀ ਇੱਕ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਇੱਕ ਸੱਦਾ ਕਮਨ ਅਰਗਮੇਟ ਵੀ ਆ ਦਿੱਤਾ ਜਾਂਦਾ ਹੈ ਬਹੁਤ ਪੱਤਰ ਕਰ ਵੇਲੇ ਕਰਕੇ ਵਿਚਾਰੇ ਬਿਠਾ ਦੇ ਉਹਨਾਂ ਨੇ ਉਹ ਵੀ ਆਲਰਾਟ ਜਿਹਾ ਵੀ ਦੇ ਦਿੱਤ ਇਸ ਲੈਵਲ ਦੀ ਜਿੱਦ ਉਹਦਾ ਸਕਿੱਲ ਦਾ ਮਤਲਬ ਫਾਇਦਾ ਲੈਣਾ ਚਾਹੀਦਾ ਜਿਹੜੇ ਬੰਦੇ ਉਸ ਲੈਵਲ ਤੇ ਕੰਮ ਕਰ ਸਕਦੇ ਨੇ ਬਹੁਤ-ਬਹੁਤ ਮਿਹਰਬਾਨ 5 ਲੱਖ ਰੁਪਏ ਦਾ ਨਕਦ ਇਨਾਮ ਤਰਕਸ਼ੀਲ ਸੁਸਾਇਟੀ ਪੰਜਾਬ ਰਜਿਸਟਰਡ ਵੱਲੋਂ ਗੈਬੀ ਸ਼ਕਤੀਆਂ ਦੇ ਦਾਅਵੇਦਾਰਾਂ ਨੂੰ ਖੁੱਲਾ ਚੈਲੰਜ ਕਿ ਉਹ ਸੁਸਾਇਟੀ ਦੀਆਂ 23 ਸ਼ਰਤਾਂ ਵਿੱਚੋਂ ਕੋਈ ਇੱਕ ਪੂਰੀ ਕਰਕੇ 5 ਲੱਖ ਰੁਪਏ ਦਾ ਇਨਾਮ ਜਿੱਤ ਸਕਦਾ ਹੈ ਜਿਵੇਂ ਕਿ ਸੀਲਬੰਦ ਕਰੰਸੀ ਨੋਟ ਦਾ ਲੜੀ ਨੰਬਰ ਦੱਸ ਸਕੇ ਕਰੰਸੀ ਨੋਟ ਦੀ ਖੂਬਹੂ ਨਕਲ ਪੈਦਾ ਕਰ ਸਕੇ ਗੁਆਚੀ ਚੀਜ਼ ਲੱਭ ਸਕੇ ਆਪਣੀ ਯੋਗਿਕ ਸ਼ਕਤੀ ਨਾਲ ਹਵਾ ਵਿੱਚ ਉੱਡ ਸਕੇ ਪਾਣੀ ਉੱਪਰ ਤੁਰ ਸਕੇ ਅੱਧੇ ਮਿੰਟ ਲਈ ਬਿਨਾਂ ਜਲੇ ਅੱਗ ਉੱਤੇ ਖੜ੍ਹ ਸਕੇ 30 ਮਿੰਟ ਲਈ ਸਾਹ ਕਿਰਿਆ ਰੋਕ ਸਕੇ ਟੂਨੇ ਮੰਤਰ ਰਾਹੀਂ ਸੁਸਾਇਟੀ ਮੈਂਬਰ ਦਾ ਨਿਸ਼ਚਿਤ ਸਮੇਂ ਵਿੱਚ ਨਿਸ਼ਚਿਤ ਨੁਕਸਾਨ ਕਰ ਸਕੇ ਜਨਮ ਕੁੰਡਲੀ ਜਾਂ ਹੱਥ ਦੀਆਂ ਰਖਾਵਾਂ ਦੇ ਚਿੱਤਰ ਵੇਖ ਕੇ ਮਰੇ ਅਤੇ ਜਿਉਂਦਿਆਂ ਦੀ ਵਖ-ਵਖ ਗਿਣਤੀ